विष्ण पद परज दस सह बरख राज तिन कीना। दस हजार साल पारसनाथ ने राज कीता इस तरीके नाल। दस हजार साल है यह गां हजार फिर कहता क्योंकि दस सह जो आप कही ना एक हजार कहना पेगा फिर दस सह नहीं कह सकते नौ सौ कह सकते हैं जो दस सह कहने फिर दस हजार ही मनना पेगा हाँ फिर दस सह कहते कहें हजार कहें दस हजार कह सकते हैं दस सौ नहीं कह सकते कह कह दूर तत के मत कहो राज जोग दोलीना। जड़ा दत्तात्रेय दा मत चलदा सी उहदे नां ते उहनूं कहता भी दत्तात्रेय दा मत नहीं हुण हैगा उहनूं हटाता दूर करता राज जोग दो राज और जोग धर्म और राज दोहां ते अपना कब्जा कर लिया राज भी मेरा है धर्म भी मेरे नौ ते चलू राज भी मेरे नौ ते चलूगा। देखो राज आदमी थोड़ी चलाउंदा हुंदा राज तां थले नाल दे चलाउंदे हुंदे ने राजे दा तां नौ नौ हुंदा भी किहदा राज है फैक्ट्री वाले मालक दा नौ हुंदा कम करने वाले दा थले सारी होर हुंदे ने मालक दा कई बार साल साल पर फैक्ट्री नहीं आंदे कई फैक्ट्री मालक दा मालक ही रहूगा ना इस करके राज जिहदे सिर ते ताज है ओहदा ही नौ चलूगा करना तां राज थले अधिकारियां ने हुंदा अफसरां ने राज करना हुंदा ओहदे नौ ते ही राज चलदा ओहदे नौ ते ही धर्म चलदा धर्म दा प्रचार करन वाले भी होर हुंदे ने ना ओहदा चलदा भी इह हुण पारसनाथ दा धर्म है चलाया होया पिछला धर्म और हुण दे धर्म च फर्क कोई नहीं है फर्क नहीं है कोई ਉਹ ਲਿਓਂ ਲਿਆ ਹੋਇਆ ਸੀ ਲੀ ਤੇ ਲੈ ਆਂਦਾ ਦੁਬਾਰਾ ਬਸ ਆਪਣਾ ਠੱਪਾ ਲਾਉਣਾ ਸੀ ਲਾ ਲਿਆ ਠੱਪਾ ਲਾਉਣਾ ਸੀ ਜਿਵੇਂ ਹੁਣ ਪਿੱਛੇ ਵੇਦਾਂ ਦੇ ਵਿੱਚ ਇਹ ਮਤ ਹੈਗੀ ਹੈ ਗੁਰਮਤ ਉਹ ਤੋਂ ਬਾਅਦ ਵੀ ਰਹੀ ਹੈ ਕਬੀਰ ਵੇਲੇ ਕਬੀਰ ਤੋਂ ਪਹਿਲਾਂ ਇਹਦਾ ਕੋਈ ਇਹਦੇ ਨਾਂ ਉੱਤੇ ਡੁਪਲੀਕੇਟ ਮਤਾਂ ਚੱਲਦੀਆਂ ਸੀ ਨੌ ਵੇਦ ਦਾ ਵੀ ਲੈਂਦੇ ਸੀ ਕਹਿੰਦੇ ਰਹਿੰਦੇ ਨੇ ਵੀ ਪਰਮੇਸ਼ੁਰ ਇੱਕ ਹੈ ਪਰ ਇੱਕ ਮੰਨਦੇ ਨਹੀਂ ਹੁਣ ਫਿਰ ਬਹੁਤ ਦੇਵੀ ਦੇਵਤੇ ਮੰਨੀ ਬੈਠੇ ਨੇ ਕੌਣ ਬੜਾ ਕੌਣ ਛੋਟਾ ਫਿਰ ਝਗੜਾ ਛੋਟਿਆਂ ਦਾ ਬੜੇ ਦਾ ਨਹੀਂ ਝਗੜਾ ਹੈ ਬੜਾ ਤਾਂ ਗਾਇਬ ਕੀਤਾ ਬੜੇ ਤਾਂ ਗੱਲੇ ਨਹੀਂ ਨਾ ਕਰਦੇ ਜਿਹਦੀ ਗੱਲ ਕਰਦੇ ਨੇ ਜ਼ਿਆਦਾ ਵਿਸ਼ਨੂੰ ਦੀ ਬ੍ਰਹਮਾ ਦੀ ਸ਼ਿਵਜੀ ਦੀ ਝਗੜਾ ਤਾਂ ਉਹਨਾਂ ਦਾ ਪੈਣਾ ਨਾ ਫਿਰ ਉਹਦਾ ਕਹਿਤਾ ਜੀ ਬਸ ਉਹ ਹੈ ਬਸ ਉਹ ਓਮ ਹੁੰਦਾ ਹੁੰਦਾ ਉਹ ਤਿੰਨਾਂ ਨੇ ਹੀ ਮੰਨ ਲਿਆ ਬੜਾ ਕੌਣ ਹੈ ਕੀ ਹੈ ਉਹ ਛੱਡੇ ਦਿੱਤਾ ਭਗਤਾਂ ਨੇ ਫਿਰ ਪ੍ਰਗਟ ਕੀਤਾ ਵੀ ਉਹ ਇੱਕ ਜਿਹੜੀ ਹਸਤੀ ਹੈ ਜਿਹਨੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਵੀ ਪੈਦਾ ਕੀਤੇ ਨੇ ਜਿਹਨੇ ਸਭ ਕੁਛ ਪੈਦਾ ਕੀਤਾ ਹੈ ਜਿਹਨੇ ਸੂਰਜ ਵੀ ਪੈਦਾ ਕੀਤਾ ਹੈ ਚੰਦਰਮਾ ਵੀ ਪੈਦਾ ਕੀਤਾ ਹੈ ਉਹ ਕੌਣ ਹੈ ਧਰਤੀ ਵੀ ਪੈਦਾ ਕੀਤੀ ਹੈ ਪਾਣੀ ਵੀ ਪੈਦਾ ਕੀਤਾ ਹੈ ਉਹ ਕੌਣ ਹੈ ਉਹਦੀ ਖੋਜ ਕਰੀਏ ਜਿਨ੍ਹਾਂ ਨੇ ਖੋਜ ਲਿਆ ਉਹਨਾਂ ਨੇ ਦੱਸਿਆ ਪਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਸਾਡਾ ਮਤ ਹੈ ਬਸ ਇੰਨਾ ਹੀ ਫਰਕ ਹੈ ਜਿੱਥੇ ਮੇਰਾ ਮਤ ਆ ਜਾਵੇ ਮੇਰੇ ਨਾਂ 'ਤੇ ਆ ਜਾਵੇ ਉਹ ਮਤ ਅਸਲ 'ਚ ਪਰਮੇਸ਼ੁਰ ਦਾ ਹੁੰਦਾ ਹੀ ਨਹੀਂ ਉਹ ਆਦਮੀ ਦਾ ਮਤ ਹੁੰਦਾ ਉਹ ਪੂਰਨ ਮਤ ਨਹੀਂ ਹੁੰਦੀ ਕਦੇ ਵੀ ਉਹ ਮਨ ਮੈਨ ਮੇਡ ਮਤ ਹੈ ਮਨ ਮਤ ਹੈ ਉਹ ਮੈਨਮੇਡ ਮਤ ਨੂੰ ਮਨਮਤ ਕਹਿੰਦੇ ਨੇ ਗੁਰਮਤ ਨੂੰ ਥੱਲੇ ਆ ਉਹ ਇਹ ਉਹਨੇ ਆਪਣਾ ਠੱਪਾ ਲਾਇਆ ਨਾਲ ਆਪਣੇ ਮਤ ਦਾ ਆਪਣਾ ਠੱਪਾ ਲਾਤਾ ਨਾਲ ਹੁਣ ਜੋਗ ਮਤ ਨਾਥ ਹੈਗੇ ਨੇ ਜ਼ਰੂਰ ਨਾਥ ਚੱਲਦੇ ਨੇ ਸੰਨਿਆਸੀ ਬਹੁਤ ਘੱਟ ਨੇ ਸੰਨਿਆਸੀ ਦਾ ਕੋਈ ਟਾਮਾ ਟੱਲਾ ਬਚ ਗਿਆ ਸੀਗਾ ਉਹ ਨਾਂ ਲੈਣ ਨੂੰ ਬਚ ਗਿਆ ਵੀ ਹਾਂ ਸੰਨਿਆਸੀ ਕੋਈ ਹੁੰਦਾ ਸੀ ਜੇ ਜੇ ਛਪੇ ਲੁਕੇ ਕਹੂੰ ਬਾਚੇ ਰਹਿ ਰਹਿ ਵਹਿ ਗਏ ਬਸ ਜਿਹੜੇ ਕੋਈ ਛੁਪੇ ਹੋਏ ਸੀਗੇ ਬਚ ਗਏ ਕਿਤੇ ਸੰਨਿਆਸੀ ਉਹ ਰਹਿ ਗਏ
ऐसे एक नाम लैबे को जगमो रहत पए। बस एक नाम लैण नूं वी हां संन्यास मत हुंदा सी, पर ऐ रह गए उहनां दा प्रभाव कोई नहीं है, लोकां दे कोई प्रभाव नहीं, ना मत दा प्रचार हुंदा सी, ना लोक उहनां नूं मन्नदे सी। ਇਹ ਸੀ ਵੀ ਹਾਂ ਬਈ ਇਹ ਸੰਨਿਆਸੀ ਨੇ, ਇਹ ਦੱਤਾਤਰੇ ਨੂੰ ਮੰਨਦੇ ਨੇ। ਕੋਈ ਦੱਤਾਤਰੇ ਦਸ ਪਾਤਸ਼ਾਹ ਇੱਕ ਹੋਰ ਜਗ੍ਹਾ ਲਿਖਦੇ ਨੇ, ਜੋ ਕੋਈ ਜਾਏ ਸੰਨਿਆਸਨ ਕੇ, ਜੇ ਕੋਈ ਸੰਨਿਆਸੀਆਂ ਦੇ ਜਾਂਦਾ ਉਹ ਕੀ ਕਹਿੰਦੇ, ਦੱਤ ਹੀ ਸੱਤ ਹੈ ਮੰਤਰ ਦ੍ਰਿੜਾਵੈ, ਉਹ ਕਹਿੰਦੇ ਦੱਤ ਹੀ ਸੱਤ ਸਰੂਪ ਹੈ ਹਮੇਸ਼ਾ ਰਹਿਣ ਵਾਲਾ, ਉਹ ਪਰਮੇਸ਼ਰ ਦੱਤ ਹੀ ਹੈ, ਹੋਰ ਕੋਈ ਨਹੀਂ ਹੈ। ਇਹ ਕਮੀ ਸੀ ਉਹਨਾਂ 'ਚ, ਹੁਣ ਵੀ ਕਮੀ ਹੈ, ਇਸ ਕਮੀ ਨਹੀਂ ਮਾਰੇ ਨੇ ਉਹ, ਇਹ ਕਮੀ ਖਤਰਨਾਕ ਹੈ। ਕਿਉਂ ਲਿਖੀ ਦਸਮ ਪਾਤਸ਼ਾਹ ਨੇ, ਵੀ ਕਿਤੇ ਸਾਨੂੰ ਪਰਮੇਸ਼ਰ ਨਾ ਕਹਿਣ ਲੱਗ ਜਾਓ ਬਾਅਦ 'ਚ ਗੁਰੂ ਨਾਨਕ ਨੂੰ ਜਾਂ ਸਾਨੂੰ ਦਸਾਂ ਨੂੰ ਜਾਂ ਭਗਤਾਂ ਨੂੰ। ਉਹੀ ਗਲਤੀ ਕਰਤੀ, ਗਲਤੀ ਨਹੀਂ ਕੀਤੀ, ਜਾਣ ਵਿੱਚ ਸ਼ਰਾਰਤ ਕੀਤੀ ਹੈ। ਜਿਨ੍ਹਾਂ ਨੇ ਪ੍ਰਚਾਰ ਕੀਤਾ ਬੜੇ ਸ਼ਰਾਰਤੀ ਸੀ ਲੋਕ, ਉਹ ਚਾਹੁੰਦੇ ਸੀ ਵੀ ਇਹ ਸਿੱਖੀ ਖਤਮ ਹੋ ਜਾਵੇ, ਪਿੱਛਾ ਅੰਦਰੋਂ ਸਿੱਖੀ ਦੇ ਵੈਰੀ ਸੀ, ਅੰਦਰੋਂ ਭੇਸ ਬਦਲ ਕੇ ਵਿੱਚ ਆ ਗਏ ਸੀ। ਇਹਨਾਂ ਦੇ ਮੂੰਹ 'ਚ ਪਾਤੀ ਉਹ ਗੱਲ ਸਿੱਖਾਂ ਨੇ, ਇਹਨਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ। ਉਹ ਤਾਂ ਸਾਫ ਲੈ ਜੋ ਮੌਕੋ ਪਰਮੇਸ਼ਰ ਉੱਚਰੈ ਤੇ ਸਭ ਨਰਕ ਕੁੰਡ ਮੈਂ ਪੜਾਂ, ਦਸਮ ਪਾਤਸ਼ਾਹ ਨੇ ਲਿਖਿਆ। ਉਹ ਕਹਿੰਦੇ ਦਸਮ ਨੇ ਤਾਂ ਕੋਈ ਬਾਣੀ ਹੋਣੀ, ਇਹ ਤਾਂ ਦਸਮ ਪਾਤਸ਼ਾਹ ਦੀ ਬਾਣੀ ਹੋਣੀ। ਜਿਹੜੇ ਦਸਮ ਪਾਤਸ਼ਾਹ ਦੀ ਬਾਣੀ ਤੋਂ ਮੁਨ ਕਰਨੇ ਅਸਲ ਦੇ ਵਿੱਚ ਉਹ ਸਾਰੇ ਹੀ, ਹਾਂ ਉਹਨਾਂ ਦਾ ਸਾਰਾ ਭੁਲੇਖਾ ਪਾਇਆ ਉਸ ਖਾਨਦਾਨ ਦੇ ਨੇ। ਕਿਉਂ ਦੱਤ ਨੂੰ ਜਿਵੇਂ ਪਰਮੇਸ਼ਰ ਹੈ, ਇਹਨਾਂ ਨੇ ਪਰਮੇਸ਼ਰ ਨਾਨਕ ਨੂੰ ਬਣਾਉਣਾ ਸੀ, ਬਣਾਉਣਾ ਸੀ, ਡੋਬ ਦੇਣਾ ਸੀ, ਸਿੱਖੀ ਡੋਬਤੀ। ਜਿਹੜੀਆਂ ਗਲਤੀਆਂ ਪਿੱਛੇ ਦੂਈਆਂ ਮੱਤਾਂ 'ਚ ਹੋਈਆਂ, ਉਹ ਗਲਤੀਆਂ ਸੀ ਕਰਨੀਆਂ ਨਹੀਂ। ਇਹ ਪੜ੍ਹਨ ਦਾ ਮਤਲਬ ਇਹ ਹੁੰਦਾ, ਜਿਹੜਾ ਦੂਆ ਅਸੀਂ ਕੁਛ ਪੜ੍ਹਦੇ ਹਾਂ ਗੁਰਬਾਣੀ ਤੋਂ ਸਵਾ, ਉਹ ਇਹ ਪੜ੍ਹਦੇ ਹਾਂ ਵੀ ਆਹ ਕੁਛ ਪਿੱਛੇ ਹੋਇਆ ਹੋਇਆ ਗਲਤੀਆਂ, ਇਹ ਲੈ ਕੇ ਡੁੱਬ ਜਾਂਦੀਆਂ ਨੇ, ਉਹ ਅਸੀਂ ਨਹੀਂ ਕਰਨੀਆਂ। ਭਾਂਤ ਭਾਂਤ ਦਾ ਜਗ੍ਹਾ ਜਿਹੜੇ ਸੀ ਰਾਜ ਕੀਤਾ ਉਹਨਾਂ ਨੇ, ਭਾਂਤ ਭਾਂਤ ਦੇ ਰਾਜੇ ਸੀ, ਦੂਰ ਦੂਰ ਰਾਜੇ ਸੀ, ਭਾਂਤ ਭਾਂਤ ਦਾ ਧਨ ਸਾਰਾ ਜੋੜ ਲਿਆ, ਧਨ ਇੱਕ ਜਗ੍ਹਾ ਕਰ ਲਿਆ ਉਹਨਾਂ ਦਾ। ਭਾਂਤ ਭਾਂਤ ਦਾ ਧਨ ਹੁੰਦਾ, ਦੇਖੋ ਕਿਤੇ ਜਿਹੜੇ ਪਸ਼ੂ ਨੇ, ਪਸ਼ੂ ਧਨ ਵੀ ਧਨ ਮੰਨਿਆ ਜਾਂਦਾ ਸੀ, ਅੱਗੇ ਜ਼ਿਆਦਾ ਖੇਤੀ ਘੱਟ ਹੁੰਦੀ ਸੀ। ਅਤੇ ਕਹਿੰਦੇ ਗੋ ਧਨ, ਗਈਆਂ ਗਾਇਆਂ ਜਿਹੜੀਆਂ ਰੱਖਣੀਆਂ ਇਹਨੂੰ ਧਨ ਕਹਿੰਦੇ ਨੇ, ਗਜ ਧਨ ਹਾਥੀ ਜ਼ਿਆਦਾ ਰੱਖਣੇ, ਹਾਥੀ ਵੀ ਤਾਂ ਜੇ ਜ਼ਿਆਦਾ ਹੋਣਗੇ ਵਿਕਦੇ ਹੀ ਨੇ ਨਾ, ਪੈਸੇ ਹੀ ਹੈ। ਬਾਜ ਧਨ, ਗੋ ਧਨ, ਗਜ ਧਨ, ਬਾਜ ਧਨ, ਘੋੜਿਆਂ ਦਾ ਧਨ, ਤਿੰਨ ਤਾਂ ਇਹ ਹੁੰਦੇ ਸੀ। ਔਰ ਰਤਨ ਧਨ ਖਾਨ, ਹੋਰ ਹੀਰੇ ਜਵਾਹਰਾਤ ਅਤੇ ਰਤਨ ਹੁੰਦੇ ਸੀ, ਸੋਨਾ ਚਾਂਦੀ, ਇਹ ਰਤਨ ਧਨ ਖਾਨ ਹੋ ਗਈ, ਇਹ ਅਲੱਗ ਖਾਨ ਹੋ ਗਈ। ਪਰ ਅੱਗੇ ਕੀ ਕਹਿੰਦਾ, ਜਬ ਆਵੇ ਸੰਤੋਸ਼ ਧਨ ਸਭ ਧਨ ਧੂਲ ਸਮਾਨ, ਜਾਂ ਸੰਤੋਸ਼ ਧਨ ਜਿਹਦੇ ਕੋਲ ਹੋਵੇ ਸਾਰੇ ਮਿੱਟੀ ਨੇ ਉਹਦੇ ਵਾਸਤੇ। ਸੰਤੋਸ਼ ਧਨ ਵੀ ਹੈ, ਸੰਤੋਸ਼ ਧਨ ਕੀ ਹੈ, ਨਾਮ ਧਨ, ਨਾਮ ਧਨ ਸੰਤੋਸ਼ ਧਨ, ਨਾਮ ਨਾਲ ਸੰਤੋਸ਼ ਆਉਂਦਾ। ਸੰਤੋਖ ਨੂੰ ਵੀ ਧਨ ਕਿਹਾ ਹੋਇਆ ਉਹਨਾਂ ਨੇ, ਜਬ ਆਵੇ ਸੰਤੋਸ਼ ਧਨ ਸਭ ਧਨ ਧੂਲ ਹੀ ਸਮਾਨ, ਸਾਰੇ ਹੀ ਧੂੜ ਮਿੱਟੀ ਬਰਾਬਰ ਨੇ। ਤੈਸਾ ਥੁਣ ਤੈਸੀ ਉਸ ਮਾਟੀ, ਬਿਲਕੁਲ ਗੁਰਬਤ ਨਾਲ ਮਿਲਦੀ ਗੱਲ ਹੈ। ਇੰਨੀ ਗੱਲ ਕੇ ਪਿੱਛੇ ਹੈ ਨਹੀਂ ਸੀ, ਸੀ ਪਰ ਮੂੰਹ ਤੋਂ ਉੱਤੇ ਉੱਤੇ ਹੀ ਗੱਲਾਂ ਸੀ, ਅੰਦਰ ਨਹੀਂ ਸੀ, ਕਹਿਣ ਨੂੰ ਸੀ ਮੰਨਣ ਨੂੰ ਨਹੀਂ ਸੀ। ਸਾਡੇ ਵੀ ਗੁਰਬਾਣੀ ਪੜ੍ਹਨ ਨੂੰ ਹੈ, ਮੰਨਣ ਨੂੰ ਨਹੀਂ ਹੈ। ਜਦੋਂ ਮੰਨਣ 'ਤੇ ਰਹਿ ਜਾਵੇ ਗੱਲ, ਫਿਰ ਉਹ ਪਖੰਡ ਬਣ ਜਾਂਦੀ ਹੈ। ਅਸਰ ਨਹੀਂ ਨਾ, ਗੱਲ ਦਾ ਮੰਨੇ 'ਤੇ ਹੀ ਅਸਰ ਹੁੰਦਾ, ਮੰਨਣ ਨਾਲ ਅਸਰ ਹੈ, ਬਿਨਾਂ ਮੰਨੇ 'ਤੇ ਕੋਈ ਅਸਰ ਨਹੀਂ। ਹਾਂਜੀ, ਭਾਂਤ ਭਾਂਤ ਦਾ ਧਨ ਸਾਰਾ ਜੋੜ ਲਿਆ ਆਪਣੇ ਕੋਲ, ਇਕੱਠਾ ਕਰ ਲਿਆ, ਖਜ਼ਾਨਾ ਤਾਂ ਇੱਕ ਕਰਨਾ ਹੀ ਹੁੰਦਾ ਜਾਂ ਰਾਜਾ ਹੀ ਇੱਕ ਹੋ ਗਿਆ। ਫਿਰ ਜਿਹੜੇ ਮਤਹਿਤ ਵੀ ਰਾਜੇ ਕਰਦੇ ਸੀ ਰਾਜ, ਉਹਨਾਂ ਨੂੰ ਜੋ ਕਹਿ ਦਿੰਦਾ ਸੀ ਵੀ ਇੱਥੇ ਭੇਜੋ, ਭੇਜ ਦਿੰਦੇ ਸੀ, ਭੇਜਣੇ ਪੈਂਦਾ ਸੀ। ਹਾਂਜੀ, ਜਹਾਂ ਤਹਾਂ ਮਾਨਸ ਸਰਾਉਣ ਸੁਣ ਤਹਾਂ ਤਹਾਂ ਤੇ ਤੋਰੇ ਹੋ, ਜਿੱਥੇ ਜਿੱਥੇ ਕੋਈ ਸੁਣ ਲਿਆ ਵੀ ਅਜੋ ਹੈਗਾ ਸੰਨਿਆਸੀ, ਉੱਥੇ ਉੱਥੇ ਬੰਦੇ ਭੇਜਤੇ ਆਪਣੇ।
बंदे भेजे उत्थे भी आता चुप करके बैठा रहे हो गां पबलिक दे विच अपना प्रचार ना करे जे ज्यादा क्योंकि एक प्रचार हुंदा हुंदा जे दुआ विच होण लग जाए फिर गड़बड़ हुंदी है ना जे ज्यादा गड़बड़ करदा तां फड़ लिओ या उहनूं कह दो भी इही प्रचार करी जा ਭੇਖ ਤਾਂ ਇੱਕੋ ਹੀ ਸੀ ਭੇਖ ਦਾ ਤਾਂ ਕੋਈ ਗੱਲ ਹੀ ਨਹੀਂ ਸੀ ਵੀ ਉਹਨੂੰ ਸਮਝਾਇਆ ਉਹ ਭਾਈ ਤੂੰ ਨਾਲੇ ਸਹਿਮਤ ਹੋ ਕੇ ਚੱਲ ਇਹ ਵਿਧੀ ਜੀਤ ਦੇਸ ਪਰਦੇਸਨ ਜੀਤ ਨਿਸ਼ਾਨ ਬਜਾਇਓ ਦੇਸ ਪਰਦੇਸ ਸਾਰੇ ਇਹਨਾਂ ਨੂੰ ਆਪਣਾ ਸਿੱਕਾ ਬਣਾ ਲਿਆ ਜਿੱਥੇ ਜਿੱਥੇ ਵੀ ਗਏ ਲੋਕ ਉਹਨਾਂ ਨੇ ਸਾਰਿਆਂ ਦੇ ਸਾਰੇ ਮੰਨਦੇ ਚਲੇ ਗਏ ਫਿਰ ਦੇਸ ਪਰਦੇਸ ਜਿੱਤ ਕੇ ਆਪਣਾ ਹੀ ਨਿਸ਼ਾਨ ਬਜਾਇਆ ਆਪਣਾ ਨਗਾਰਾ ਨਗਾਰਾ ਧੌਂਸਾ ਜਿਹੜਾ ਦੇ ਕੇ ਭੇਜਦੇ ਨੇ ਝੰਡਿਆਂ ਨੇ ਜਿੱਤ ਦਾ ਨਿਸ਼ਾਨ ਇਹ ਹੁੰਦਾ ਜਿੱਥੇ ਨਗਾਰਾ ਵੱਜ ਜਾਵੇ ਜਿਹੜੇ ਏਰੀਏ ਜਿਹਦਾ ਉਹਦਾ ਇਲਾਕਾ ਹੋ ਜਾਂਦਾ ਜਿੱਥੇ ਤੇ ਆਵਾਜ਼ ਜਾਂਦੀ ਹੈ ਆਵਾਜ਼ ਦਾ ਉਹ ਹੁੰਦਾ ਇੱਕ ਐਲਾਨ ਹੁੰਦਾ ਨਗਾਰਾ ਕਿ ਇੱਥੇ ਕੋਈ ਜੇ ਹੈ ਸੁਣਦਾ ਹੈ ਨਗਾਰੇ ਨੂੰ ਮੈਦਾਨ 'ਚ ਆਵੇ ਨਹੀਂ ਤਾਂ ਈਨ ਮੰਨੇ ਸਾਡੀ ਨਹੀਂ ਸਾਡੀ ਈਨ ਮੰਨੇ ਸਾਨੂੰ ਸਰੈਂਡਰ ਕਰ ਜਾਵੇ ਨਹੀਂ ਨਿਕਲ ਕੇ ਮੈਦਾਨ 'ਚ ਆਵੇ ਜੇ ਕਿਤੇ ਲੁਕਿਆ ਵੀ ਹੋਇਆ ਤਾਂ ਬਾਹਰ ਆਵੇ ਅਤੇ ਪਬਲਿਕ ਤਾਂ ਬਾਹਰ ਹੁੰਦੀ ਹੈ ਨਾ ਪਬਲਿਕ ਫਿਰ ਨਾਲ ਜੁੜ ਜਾਂਦੀ ਹੈ ਜਾਂ ਕੋਈ ਨਹੀਂ ਆਉਂਦਾ ਆਪਣਾ ਕਰਨ ਕਾਰਨ ਕਰ ਮਾਨਿਓ ਕਾਲ ਪੁਰਖ ਬਿਸਰਾਇਓ ਬਸ ਆਪ ਨੂੰ ਇਹ ਕਰਨ ਕਾਰਨ ਮੰਨ ਲਿਆ ਹੁਣ ਉਹਨੇ ਕਾਲ ਪੁਰਖ ਬਿਸਰਾਇਓ ਕਾਲ ਪੁਰਖ ਨੂੰ ਕਹਿਤਾ ਉਹ ਕੋਈ ਹੈ ਹੀ ਨਹੀਂ ਕਾਲ ਪੁਰਖ ਨੂੰ ਉਹਦੀ ਕੋਈ ਚੀਜ਼ ਨਹੀਂ ਹੈ ਮੈਂ ਉਹ ਸਭ ਕੁਛ ਹਾਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨਾਂ ਦੀ ਸ਼ਕਤੀ ਮੇਰੇ ਕੋਲ ਹੀ ਹੈ ਮੇਰੇ ਤੋਂ ਬਿਨਾਂ ਹੋਰ ਕੋਈ ਤਾਕਤ ਨਹੀਂ ਹੈ ਕਿਤੇ ਵੀ ਉਹ ਵਿਸਰਾ ਤਾ ਲੋਕਾਂ ਨੂੰ ਕਹਿਤਾ ਹੋਰ ਨਹੀਂ ਕੁਛ ਹੈ ਆਪੇ ਵਿਸਰ ਗਿਆ ਲੋਕਾਂ ਨੂੰ ਵਿਸਰਿਓ ਨਹੀਂ ਵਿਸਰਾਇਓ ਹੈ ਲਫ਼ਜ਼ ਵਿਸਰਾਇਓ ਲੋਕਾਂ ਨੂੰ ਵਿਸਰਾ ਤਾ ਪ੍ਰਚਾਰ ਜੋ ਕਰਤਾ ਵੀ ਹੋਰ ਨਹੀਂ ਕੁਛ ਹੈ ਇਹ ਮੈਨੂੰ ਜ਼ਬਰਦਸਤੀ ਮੰਨਦੇ ਨੇ ਅੰਦਰੋਂ ਭਾਵੇਂ ਕੋਈ ਨਾ ਮੰਨਦਾ ਹੋਵੇ ਪਰ ਪ੍ਰਚਾਰ ਤਾਂ ਹੋ ਰਿਹਾ ਨਾ ਰੂਆਮਲ ਛੰਦ ਦਸ ਸਹੰਸਰ ਪ੍ਰਮਾਣ ਵਰਖ ਸ਼ੌਕੀਨ ਰਾਜ ਸੁਧਾਰ ਆ ਗਿਆ ਨਾ ਦਸ ਹੰਸਰ ਹਾਂ ਆਏ ਜਾਣਾ ਸੀ ਦਸ ਹੰਸਰ ਦਸ ਹਜ਼ਾਰ ਸਾਲ ਇਸ ਤਰੀਕੇ ਨਾਲ ਉਹਨੇ ਰਾਜ ਕੀਤਾ ਉਹਨੇ ਹੀ ਨਹੀਂ ਕੀਤਾ ਉਹਦੇ ਬਾਅਦ ਚੱਲਦਾ ਰਿਹਾ ਰਾਜ ਇੱਦਾਂ ਹੀ ਹਾਂ ਇੱਕ ਆਦਮੀ ਦੀ ਇੰਨੀ ਉਮਰ ਨਹੀਂ ਹੁੰਦੀ ਉਹਦੇ ਜਿਵੇਂ ਹੁਣ ਨਾਨਕ ਦਾ ਨਾਂ ਚੱਲਦਾ ਰਿਹਾ ਜੇ ਕੋਈ ਗਲਤੀ ਨਾਲ ਸਮਝ ਲਵੇ ਬਈ ਨੌਵੇਂ ਪਾਤਸ਼ਾਹ ਵੇਲੇ ਮਹਲਾ ਨੌਵਾਂ ਨੂੰ ਨਾ ਸਮਝ ਆਵੇ ਵੀ ਕੀ ਹੈ ਗੁਰਬਾਣੀ 'ਚ ਤਾਂ ਪਤਾ ਲੱਗਣਾ ਨਹੀਂ ਔਰ ਉਹ ਟਾਈਮ ਦੇਖੇ ਯਾਰ ਉਹ ਭਾਸ਼ਾ ਦਾ ਖੋਜੀ ਹੋਵੇ ਵੀ ਉਦੋਂ ਦੀ ਭਾਸ਼ਾ ਗੁਰੂ ਨਾਨਕ ਵੇਲੇ ਦੀ ਨੌਵੇਂ ਪਾਤਸ਼ਾਹ ਵੇਲੇ ਦੀ ਭਾਸ਼ਾ ਦਾ ਫਰਕ ਹੈ ਦੋਵੇਂ ਮੁਹੱਲੇ ਦੇ ਸ਼ਲੋਕਾਂ ਦਾ ਫਰਕ ਹੈ ਭਾਸ਼ਾ ਦਾ ਗੁਰੂ ਨਾਨਕ ਨੂੰ ਬਹੁਤ ਬਰੀਕੀ ਨਾਲ ਕੋਈ ਸਮਝਦਾ ਹੋਵੇ ਭਾਸ਼ਾ ਨੂੰ ਉਹ ਕੋਈ ਵੀ ਗੱਲ ਸਮਝ ਨਹੀਂ ਆਉਂਦੀ ਵੀ 200 ਸਾਲ ਕੋਈ ਆਦਮੀ ਜਿਉਂਦਾ ਰਹਿ ਸਕਦਾ ਸ਼ੰਕਾ ਪੈਦਾ ਹੋਜੂ ਇੱਕੋ ਆਦਮੀ ਦੀ ਭਾਸ਼ਾ ਕਿਉਂਕਿ ਨਾਨਕ ਜੋ ਲਿਖਿਆ ਹੋਇਆ ਨਾਂ ਉਹਨੇ ਤਾਂ ਨਾਂ ਦੇਖਣਾ ਨਾ ਵਿੱਚ ਨਾਨਕ ਵਰਤਿਆ ਹੋਇਆ ਨਾਂ ਇਸ ਤਰੀਕੇ ਨਾਲ ਰਾਜ ਹੈ ਹਾਂ ਮਹੱਲੇ ਪੰਜਵੀਂ ਪਾਤਸ਼ਾਹ ਨੇ ਲਿਖੇ ਉੱਪਰ ਤਾਂ ਕਿ ਪਤਾ ਲੱਗੇ ਵੀ ਕਿਹਦਾ ਸ਼ਲੋਕ ਹੈਗੀ ਬਾਣੀ ਉਹਨਾਂ ਨੇ ਆਪ ਨਹੀਂ ਮਹੱਲੇ ਲਿਖੇ ਨੌਵੇਂ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੇ ਲਿਖੇ ਨੇ ਮਹੱਲੇ ਬਾਅਦ ਦੇ ਵਿੱਚ ਨੌਵੇਂ ਪਾਤਸ਼ਾਹ ਵਾਲਾ ਦਸਵੇਂ ਪਾਤਸ਼ਾਹ ਨੇ ਲਿਖਾਇਆ ਮੰਨ ਲਓ ਭਾਂਤ ਭਾਂਤ ਧਰਾਨ ਲੈ ਅਰ ਛਤਰ ਸਰਬ ਸੰਘਾਰ ਭਾਂਤ ਭਾਂਤ ਧਰਾਨ ਲੈ ਧਰਾਨ ਲੈ ਔਰ ਛਤਰ ਸਰਬ ਸੰਘਾਰ ਭਾਂਤ ਭਾਂਤ ਦੀਆਂ ਧਰਤੀਆਂ ਸਾਰੀਆਂ ਜਿੱਤ ਲੀਆਂ ਔਰ ਉੱਥੇ ਜਿਹੜੇ ਛਤਰੂ ਸੀ ਜਿਹਨਾਂ ਨੇ ਵਿਰੋਧ ਕੀਤਾ ਜਿੱਤਣ 'ਤੇ ਹੁਣ ਕਿਸੇ ਧਰਤੀ ਨੂੰ ਜਿੱਤਣ ਲਿਆਈਏ ਉੱਥੇ ਦੇ ਲੋਕਲ ਆਦਮੀ ਵਿਰੋਧ ਤਾਂ ਕਰਦੇ ਹੀ ਨੇ ਨਾ ਸ਼ਤਰੂ ਜਿਹੜੇ ਸੀ ਵਿਰੋਧੀ ਸੀ ਉਹ ਸਾਰੇ ਸੰਘਰਸ਼ ਤੇ ਜੀਤ ਜੀਤ ਅਨੂਪ ਭੂਪ ਅਨੂਪ ਰੂਪ ਅਪਾਰ ਅਨੂਪ ਕਿਸਮ ਦੇ ਭੂਪ ਸੀ
ਅਨੂਪ ਕਿਸਮ ਦੀਆਂ ਮੱਤਾਂ ਸੀ, ਅਨੂਪ ਕਿਸਮ ਦੀਆਂ ਮੱਤਾਂ ਨੇ ਸਾਰੇ ਹਿੰਦੁਸਤਾਨ 'ਚ ਦੇਖੀਏ, ਅਜੀਬ ਅਜੀਬ ਕਿਸਮ ਦੀਆਂ ਮੱਤਾਂ ਸੀ ਉੱਥੇ। ਉਹ ਜਿਹੜੇ ਮੱਤਾਂ ਨੂੰ ਮੰਨਣ ਵਾਲੇ ਹੁੰਦੇ ਨੇ, ਮਨਾਉਣ ਵਾਲੇ ਹੁੰਦੇ ਨੇ, ਜਿਹੜੇ ਲੋਕ ਮੰਨਦੇ ਨੇ, ਕੋਈ ਉਹਨਾਂ ਦਾ ਲੀਡਰ ਵੀ ਹੁੰਦਾ, ਉਹਨੂੰ ਅਭੂਪ ਕਹਿੰਦੇ ਨੇ। ਉਹ ਅਜੀਬ ਅਜੀਬ ਕਿਸਮ ਦੇ ਉਹਨਾਂ ਦੀਆਂ ਮੱਤਾਂ ਸੀਆਂ, ਅਜੀਬ ਅਜੀਬ ਕਿਸਮ ਦੇ ਉਹਨਾਂ ਦੇ ਆਗੂ ਸੀ, ਭੂਪ ਸੀ, ਉਹ ਸਾਰੇ ਜਿੱਤ ਲਏ। ਭੂਪ ਮੇਦ ਠਟਿਓ ਨਿਰਪੋਤਮ ਏਕ ਜਗ ਸੁਧਾਰ। ਨਿਰਪੋਤਮ ਕਹਿੰਦੇ ਉੱਤਮ, ਨਿਰਪ ਉੱਤਮ ਰਾਜਾ। ਉੱਤਮ ਰਾਜਾ ਦਾ ਮਤਲਬ ਇਹ ਹੈ ਉਹ ਸਾਰਿਆਂ ਨਾਲੋਂ ਪਾਵਰਫੁੱਲ ਸੀ, ਸ਼ਕਤੀਸ਼ਾਲੀ ਸੀ, ਬੁੱਧਵਾਨ ਵੀ ਸੀ, ਬੁੱਧਵਾਨ ਵੀ ਸੀ, ਉਹ ਬੁੱਧੀ ਵਾਲਾ ਵੀ ਸੀ ਸਾਰਿਆਂ ਨੂੰ, ਇਹ ਤਮੰਨਣ ਵਾਲੀ ਗੱਲ ਹੈ। ਪਰ ਜਿੱਥੇ ਜਾ ਕੇ ਕਮੀ ਹੈ ਬੁੱਧੀ 'ਚ, ਉਹ ਗੱਲ ਮੰਨਣੀ ਪਊਗੀ, ਕਿ ਉਹਨੇ ਅਕਾਲ ਫੁਰਕ ਵਿਸਰਾਤਾ ਨਾ, ਉੱਥੇ ਜਾ ਕੇ ਕਮੀ ਪੈਂਦੀ ਹੈ, ਉੱਥੇ ਹੋਮੇ ਆ ਗਈ। ਉਹ ਬੁੱਧਵਾਨ ਸੀ ਸਾਰਿਆਂ ਨੂੰ, ਜਿਵੇਂ ਵੀ ਮਤਲਬ ਹੈ ਕੋਈ ਮੰਨਦਾ ਸੀ ਉਵੇਂ ਮਨਾ ਲੈਂਦਾ ਸੀ, ਕੰਪਰੋਮਾਈਜ਼ ਵੀ ਕਰ ਲੈਂਦਾ ਸੀ, ਉਹਨੂੰ ਖੁਸ਼ ਵੀ ਕਰ ਲੈਂਦਾ ਸੀ। ਜੇ ਖੁਸ਼ ਕਰੇ ਤਾਂ ਨਾ ਮੰਨੇ ਲੜਾਈ ਤਾਂ ਫੇਰ ਸੀ ਨਾ, ਜਾਂ ਕਿਸੇ ਵੀ ਤਰੀਕੇ ਨਾਲ ਨਾ ਮੰਨੇ, ਉਹਨੂੰ ਤਾਂ ਫਿਰ ਜ਼ਬਰਦਸਤੀ ਉਹ ਕਰਨੀ ਪੈਂਦੀ ਹੈ ਸੀ ਉਹਨੂੰ, ਪਰ ਸਾਨੂੰ ਇਹ ਵੀ ਆਰਡਰ ਨਹੀਂ। ਪਰਮੇਸ਼ਰ ਐਡਾ ਪਾਵਰਫੁੱਲ, ਉਹ ਨਹੀਂ ਕਰਦਾ ਕਿਸੇ ਨਾਲ ਜ਼ਬਰਦਸਤੀ, ਉਹ ਨਹੀਂ ਮਨਾਉਂਦਾ ਸਾਰਿਆਂ ਨੂੰ ਵੀ ਮੈਨੂੰ ਮੰਨੋ, ਜਿਹਦੇ ਕੋਲ ਵਾਕਈ ਸ਼ਕਤੀ ਹੈ। ਅਤੇ ਸਾਨੂੰ ਕਿਹਨੇ ਦੇਤੀ ਪਾਵਰ ਹੈ ਕਰਨ ਦੀ? ਇਹ ਤਾਂ ਅਨੈਚੁਰਲ ਹੈ ਗੱਲ, ਸੋਚ ਇਹ ਅਨੈਚੁਰਲ ਹੈ, ਕੁਦਰਤ ਦੇ ਖਿਲਾਫ਼ ਹੈ ਸੋਚ ਇਹ, ਸਾਰਿਆਂ ਨੂੰ ਆਪਣੇ ਦੇਰ ਕਰਨਾ, ਆਪਣੀ ਮੱਤ ਮਨਾਉਣੀ, ਆਪਣੀ ਮਰਜ਼ੀ ਅਨੁਸਾਰ ਕਹਿਣਾ ਚਲੋ, ਜਾਇਜ਼ ਨਹੀਂ ਹੈ। ਇਸਲਾਮ ਦੇ ਵਿੱਚ ਹੀ ਜਾਇਜ਼ ਹੈ, ਇਸਲਾਮ 'ਚ ਜਾਇਜ਼ ਮੰਨ ਲਈ ਉਹਨਾਂ, ਬਾਅਦ ਵਾਲਿਆਂ ਨੇ ਮੰਨ ਲਈ, ਪਹਿਲਾਂ ਵਾਲਿਆਂ ਨੇ ਨਹੀਂ ਮੰਨੀ, ਕੁਰਾਨ ਨੇ ਨਹੀਂ ਮੰਨੀ, ਬਾਅਦ ਵਾਲਿਆਂ ਨੇ ਮੰਨ ਲਈ ਇਹ। ਜਿਵੇਂ ਸਾਡੇ ਹੁਣ ਰਾਜ ਕਰੇਗਾ ਖਾਲਸਾ ਵਾਲੇ, ਗੁਰਬਾਣੀ ਦੇ ਵਿੱਚ ਤਾਂ ਕਿਤੇ ਨਹੀਂ, ਨਾ ਦਸਵੀਂ 'ਚ, ਨਾ ਅੱਜ, ਗੁਰੂਆਂ ਨੇ ਤਾਂ ਕਿਤੇ ਨਹੀਂ ਕਿਹਾ, ਇਹਨਾਂ ਦੀ ਆਪਣੀ ਬਣਾਈ ਹੋਈ ਹੈ। ਸਭ ਨੂੰ ਪਤਾ ਵੀ ਆਪਣੀ ਬਣਾਈ ਹੋਈ ਹੈ ਇਹਨਾਂ ਦੀ, ਕੌਣ ਪੁੱਛਦਾ ਇਹਨਾਂ ਨੂੰ, ਪੁੱਛਦਾ ਵੀ ਕੋਈ ਨਹੀਂ। ਭੂਪ ਮੇਦ ਠਟਿਓ ਨਿਰਪੋਤਮ ਏਕ ਜਗ ਸੁਧਾਰ। ਭੂਪ ਮੇਦ ਹੁੰਦਾ ਰਾਜ ਮੇਦ, ਰਾਜਿਆਂ ਦਾ ਹਵਨ ਕਰਨਾ, ਵੱਢ ਕੇ ਰਾਜਿਆਂ ਨੂੰ ਬਲੀ ਦੇ ਕੇ ਹਵਨ ਕੁੰਡ 'ਚ ਸੁੱਟ ਦੇਣਾ, ਜਿਉਂਦਿਆਂ ਨੂੰ ਵੀ ਮਾਰੀ ਦਾ ਹੁੰਦਾ, ਬਲੀ ਜਿਉਂਦੇ ਦੀ ਉਦਈ ਦੀ ਹੈ, ਇਹਨੂੰ ਰਾਜ ਮੇਦ ਕਹਿੰਦੇ। ਠਟਿਓ ਠਾਣ ਲਈ ਉਹਨੇ ਵੀ ਇਹ ਜਿਹੜੇ ਰਾਜੇ ਨੇ ਇਹਨਾਂ ਨੂੰ ਸਾਰਿਆਂ ਨੂੰ ਖਤਮੇ ਕਰ ਦਈਏ, ਨਹੀਂ ਇਹ ਅੱਗ ਸੁਲਗਦੀ ਹੋ ਰਹਿਣੀ ਹੈ, ਕਿਉਂ ਜ਼ਬਰਦਸਤੀ ਕੀਤੇ ਹੋਏ ਤੇ ਨਾ, ਮਨੋ ਤਾਂ ਮੰਨੇ ਨਹੀਂ ਸੀ ਹੋਏ, ਉਹ ਬਹੁਤੇ ਧੱਕੇ ਨਾਲੇ ਬਣਾਏ ਹੋਏ ਸੀ ਵੀ ਕਿਤੇ ਮੇਤੇ ਬਾਅਦ ਫੌਰਨ ਫੇਰ ਇਕੱਠੇ ਹੋ ਕੇ ਬਗਾਵਤ ਨਾ ਕਰ ਦੇਣ। ਅਸਲ ਦੇ ਵਿੱਚ ਗੱਲ ਇਹ ਹੁੰਦੀ ਹੈ, ਕਿੱਥੋਂ ਤੱਕ ਜਾਇਆ ਜਾਏ ਗੱਲ, ਕਿ ਆਦਮੀ ਦੀ ਬਲੀ ਦੇ ਦੇਣੀ, ਕਿੱਥੋਂ ਤੱਕ ਗੱਲ ਜਾਇਜ਼ ਹੈ। ਉਹਨਾਂ ਨੇ ਉਹ ਗੱਲ ਦਾ ਮੇਰਾ ਖਿਆਲ ਹੈ ਮਿਸਯੂਜ਼ ਕਰ ਲਿਆ। ਸਤਿਗੁਰ ਮੇਰਾ ਮਾਰਜ ਵਾਲੇ, ਮਾਰ ਤਾਂ ਦੇਣਗੇ, ਜਿਉਂਦਾ ਕਿਵੇਂ ਕਰਨਗੇ, ਜਿਉਂਦਾ ਤਾਂ ਕਰ ਨਹੀਂ ਸਕਦੇ, ਸਰੀਰ ਦੇ ਲੈਵਲ 'ਤੇ ਮਾਰ ਕੇ ਜਿਉਂਦਾ ਨਹੀਂ ਕੀਤਾ ਜਾ ਸਕਦਾ। ਪਰ ਸਾਡੇ ਤਾਂ ਇਹ ਵੀ ਲਿਖ ਦਿੱਤਾ ਉਹਨਾਂ ਨੇ ਵੀ ਉਹ ਪੰਜ ਪਿਆਰੇ ਉਹਨਾਂ ਦੇ ਸਿਰ ਕੱਟੇ, ਦੂਏ ਦਾ ਦੂਏ ਨੂੰ ਲਾਤਾ, ਉਹ ਪਾਗਲਾਂ ਦੀ ਗੱਲਾਂ ਨੇ, ਪਾਗਲ ਸੀ ਜਿਹੜੇ ਸਿਰਾਈ ਸੀ ਨਾ, ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕਰਦੀਆਂ। ਉਹ ਮੇਰਾ ਖਿਆਲ ਹੈ ਦੱਤਾਤਰੇ ਇਹਦੇ ਹੀ ਪਾਰਸਨਾਥ ਦੇ ਚੇਲੇ ਨੇ, ਉਹ ਸਾਧੇ ਨੇ, ਸਿੱਖ ਮਤ ਨਹੀਂ ਹੈ ਉਹਨਾਂ ਕੋਲ, ਉਹਨਾਂ ਕੋਲ ਅੰਧ ਵਿਸ਼ਵਾਸ ਹੈ। ਆਹ ਸਤਿਗੁਰ ਮੇਰਾ ਮਾਰ ਜੀ ਵਾਲੇ, ਉਹ ਬਾਹਰ ਹੀ ਅਰਥ ਕਰਦੇ ਨੇ, ਅੰਦਰ ਆਤਮਾ ਦੀ ਗੱਲ ਜਾਣਦੇ ਹੀ ਨਹੀਂ ਹਨ, ਉਹ ਸਰੀਰ ਦੇ ਲੈਵਲ 'ਤੇ ਮਾਰਨ ਦੀ ਗੱਲ ਜਾਣਦੇ ਨੇ। ਮਰਨਾ ਕੀ ਹੈ ਉਹ ਨਹੀਂ ਉਹਨਾਂ ਨੇ ਸਮਝਿਆ, ਮਨ ਦਾ ਮਰਨਾ, ਸ਼ਬਦ ਮਰਿਆ ਮਰਿਆ ਫੁਨ ਜੀਵ ਹੈ, ਤਾਂ ਫਿਰ ਮਰਨਾ ਹੋਈ, ਫਿਰ ਨਹੀਂ ਮਰਨਾ ਹੁੰਦਾ, ਇਹ ਨਹੀਂ ਉਹਨਾਂ ਨੂੰ ਪਤਾ ਇਸ ਗੱਲ ਦਾ। ਸਿੱਧਾ ਹੀ ਸੀਗੇ, ਮੂਰਖ ਵਾਲੀਆਂ ਗੱਲਾਂ ਕਰਤੀਆਂ, ਮੂਰਖ ਵਾਲੀਆਂ ਗੱਲਾਂ ਲਿਖਤੀਆਂ, ਝੂਠ ਲਿਖਤਾ। ਹਾਂ ਹਾਂ, ਇੱਕ ਜੱਗ ਕਰਨਾ ਚਾਹੀਦਾ, ਸੁਧਾਰ ਕੇ, ਸੋਧ ਕੇ,
ਦੇਖੋ ਇਹ ਪੰਡਤ ਦਾ ਬਣਾਇਆ ਹੋਇਆ, ਪੰਡਤ ਬਹੁਤ ਸ਼ਾਤਰ ਹੈ। ਸਾਰੇ ਰਾਜਿਆਂ ਨੂੰ ਜਿਹੜਾ ਰਾਜਾ ਪੰਡਤ ਦੇ ਕਹਿਣੇ 'ਚ ਨਹੀਂ ਸੀ ਚੱਲਦਾ ਨਾ, ਉਹ ਚੱਲਿਆ ਤਾਂ ਜਾਂਦਾ ਸੀ ਉਹਦੇ ਨਾਲ, ਉਦੋਂ ਕੰਪਰੋਮਾਈਜ਼ ਕਰਕੇ ਫਿਰ ਦੇਖਦਾ ਸੀ ਜਾਂ ਰਾਜਾ ਬਹੁਤ ਸ਼ਕਤੀਸ਼ਾਲੀ ਹੋ ਜਾਵੇ। ਇਹ ਸਾਰੇ ਲਿਖੇ ਹੋਏ ਪੰਡਤ ਦੇ ਹੀ ਨਾ ਜੱਗ, ਇਹ ਬਾਅਦ 'ਚ ਕੁਭੇਦ ਜੋ ਉਹਨੇ ਬਣਾਏ ਨੇ। ਦੇਖੋ ਬ੍ਰਹਮ ਗਿਆਨ ਤਾਂ ਬ੍ਰਹਮ ਗਿਆਨੀਆਂ ਦਾ ਤਾਂ ਬਣਾਇਆ, ਬ੍ਰਾਹਮਣ ਦਾ ਤਾਂ ਬ੍ਰਾਹਮਣ ਨੇ, ਜਿਹੜੇ ਥੱਲੇ ਵਾਲੇ ਇਹ ਬਣਾਏ ਨੇ ਨਾ, ਆਹ ਜਿਹੜੇ ਯੱਗ ਨੇ ਬਲੀਆਂ ਵਾਲੇ, ਇਹ ਪੰਡਤ ਦੇ ਬਣਾਏ ਹੋਏ ਨੇ। ਨਿਕਲੂ ਇਹ ਚੋਂ ਬਹੁਤ ਕੁਛ, ਹਾਂ ਸੁਧਾਰ। ਉਹ ਕਹਿੰਦੇ ਸੁਧਾਰ ਤਾਂ ਪੰਡਤ ਕਰੂ ਤਾਂ ਸੋਧ ਹੋਣੀ ਉਹ 'ਚ, ਐਂ ਥੋੜ੍ਹੀ ਵੱਢ ਕੇ ਲੱਕੜੀਆਂ ਲੈ ਕੇ ਵੀ ਵੜ ਵੜ ਸਿੜੀ ਜਾਓ ਜੜੀ ਜਾਣਗੇ ਆਪੇ, ਐਂ ਨਹੀਂ ਮੰਤਰ ਪੜ੍ਹੇ ਜਾਣਗੇ ਬਕਾਇਦਾ, ਹਵਨ ਹੋਊਗਾ, ਇਹ ਹੋਊਗਾ, ਉਹ ਸੁਧਾਰ ਤਾਂ ਆ ਸਮੱਗਰੀ ਪਊਗੀ ਵਿੱਚ, ਐਂ ਮੰਤਰ ਪੜ੍ਹੇ ਜਾਣਗੇ ਤਾਂ ਤੂੰ ਪਾਪ ਤੋਂ ਬਚੇਗਾ, ਪਾਪ ਤੋਂ ਬਚਾ ਦੇਣਗੇ ਤੁਸੀਂ, ਪਾਪ ਤਾਂ ਪਾਪ ਇਹ ਹੈ, ਬਚਾ ਕੇ ਮੈਂ ਦਊਂਗੇ, ਫਿਰ ਸਾਨੂੰ ਦਾਨ ਇੰਨਾ ਦੇ ਦਿਉ ਤਾਂ ਬਚ ਜਾਓਗੇ, ਫਿਰ ਪਾਪ ਨਹੀਂ, ਫਿਰ ਪਾਪੀ ਤਾਂ ਤੁਸੀਂ ਹੋਏ ਜਿਹੜੇ ਕਰਵਾਉਂਦੇ ਹੋ ਪਾਪ। ਪਾਪੀ ਸਭ ਤੋਂ ਜ਼ਿਆਦਾ ਪੰਡਤ ਹੈ। ਹਾਂਜੀ, ਜਿਹਨੇ ਕਹਿਤਾ ਵੀ 125,000 ਰਾਜਾ ਦੀ ਬਲੀ ਦੇਵੇ, ਬੜੀ ਪੁੰਨ ਹੈ ਉਹਦਾ, ਬੜਾ ਰਾਜਾ, ਉਹਨੂੰ ਲਿਖ ਦਿਓ ਗ੍ਰੰਥਾਂ 'ਚ ਵੀ ਉਹ ਜੀ ਉਹਨੇ ਰਾਜਮੇਹ ਦਿਆ ਕੀਤਾ, ਉਹਨੇ ਅਸ਼ਮੇਹ ਦਿਆ ਕੀਤਾ, ਉਹਨੇ ਉਹ ਮੇਹ ਦਿਆ ਕੀਤਾ, ਕਾਗਜ਼ਾਂ 'ਚ ਲਿਖ ਦਿਓ, ਲੋਕ ਮੰਨੀ ਜਾਣ। ਇੱਕ ਹੁੰਦਾ ਰਿਹਾ ਹਿੰਦੁਸਤਾਨ 'ਚ, ਉਹ ਰਾਜਾ ਫਿਰ ਕਾਬੂ ਕਰ ਲੈਣਾ ਪੰਡਤਾਂ ਨੇ, ਤੇਰਾ ਰਾਜਮੇਹ ਦਿਆ ਕਰਾਤਾ, ਫਿਰ ਚੱਲ ਚੇਲਾ ਹੋ ਗਿਆ, ਆਪ ਫਿਰ ਉੱਤੇ ਆ ਗਏ, ਐਂ ਕਰਦੇ ਰਹੇ ਨੇ। ਹਾਂਜੀ, ਦੇਸ਼ ਦੇਸਨ ਕੇ ਨਰੇਸਨ ਬਾਂਧ ਕੇ ਇੱਕ ਵਾਰ, ਦੇਸਾਂ ਦੇਸਾਂ ਦੇ ਜਿਹੜੇ ਰਾਜੇ ਸੀ ਸਾਰੇ ਨਰੇਸ਼ ਸੀ, ਬੰਨ ਲਏ ਸਾਰੇ, ਕੈਦ ਕਰ ਲਏ, ਇੱਕੋ ਵਾਰ ਸਾਰੇ ਹੀ ਬੰਨ ਲਏ, ਇਕੱਠੇ ਕਰ ਲਏ। 125,000 ਰਾਜਾ ਦਾ ਜੱਗ ਕਰਨਾ, 125,000 ਤਾਂ ਥੋੜ੍ਹਾ ਹੀ ਹੁੰਦਾ। ਰੋ ਦੇਸ ਵਿਖੇ ਗਏ ਲੈ ਪੁੱਤਰ ਮਿੱਤਰ ਕੁਮਾਰ, ਕੁਮਾਰ ਦੇਖੋ ਕੁਮਾਰ ਕਿਹਾ ਇਹਨੂੰ, ਜਵਾਨੇ ਹੈ ਜੋ ਹੈ, ਥੋੜ੍ਹੀ ਉਮਰ ਦਾ ਹੀ ਹੈ, ਜਦ ਤੋਂ ਜ਼ਿਆਦਾ 16-18 ਸਾਲ ਦੇ ਵਿਚਾਲੇ ਹੈ, ਕੁਮਾਰ ਉਹਨਾਂ 'ਚ ਰਿਹਾ ਜਿਹਨਾਂ ਦਾੜੀ ਨਹੀਂ ਆਉਂਦੀ, ਦਾੜੀ ਆਈ ਤਾਂ ਆਦਮੀ ਬਣ ਜਾਂਦਾ, ਫਿਰ ਨਹੀਂ ਕੁਮਾਰ ਹੁੰਦਾ, ਜਿੰਨਾ ਚਿਰ ਦਾੜੀ ਨਹੀਂ ਆਉਂਦੀ ਉਨਾ ਚਿਰ ਕੁਮਾਰ ਹੈ, ਉਹਦੇ ਬਾਅਦ ਨਹੀਂ ਕੁਮਾਰ, ਫਿਰ ਆਦਮੀ ਹੈ, ਸਮਝਿਆ ਨੀ। ਆਦਮੀ ਅੱਗੇ ਕਹਿੰਦੇ ਵੀ ਆਦਮੀ ਹੈ ਤੂੰ, ਹੁਣ ਤੈਨੂੰ ਕੀ ਕਹੀਏ, ਦਾੜੀ ਆ ਗਈ, ਦਾੜੀ ਆ ਗਈ ਫਿਰ ਆਦਮੀ ਆ, ਉਹਨਾਂ ਚਿਰ ਕੁਮਾਰ ਹੈ। ਹਾਂਜੀ, ਲੜਕੀ ਨੂੰ ਕੁਮਾਰੀ ਉਦੋਂ ਤੱਕ ਕਹਿੰਦੇ ਨੇ ਜਿੰਨਾ ਚਿਰ ਵਿਆਹ ਨਾ ਹੋ ਜਾਵੇ, ਫਿਰ ਨਹੀਂ ਕੁਮਾਰੀ ਉਹ, ਆਦਮੀ ਕੁਮਾਰ ਜਦ ਤੱਕ ਹੈ ਜਿੰਨਾ ਚਿਰ ਦਾੜੀ ਨਾ ਹੋਵੇ। ਹਾਂਜੀ, ਲਾਰ ਸੰਯੁਕਤ ਬੈਠ ਵਿਦਵਤ ਕੀਨ ਜਗ ਆਰੰਭ, ਦਾੜੀ ਔਰ ਅਕਲ ਇਕੱਠੀਆਂ ਆਉਂਦੀਆਂ ਨੇ, 17 ਸਾਲ ਦੀ ਉਮਰ 'ਚ ਦਾੜੀ ਆਉਣੀ ਸ਼ੁਰੂ ਹੁੰਦੀ ਹੈ, ਹੋਣੀ ਚਾਹੀਦੀ ਹੈ, ਔਰ 17ਵੇਂ ਸਾਲ 'ਚ ਅਕਲ ਦਾੜ ਆਉਂਦੀ ਹੈ, ਇਹਦਾ ਮਤਲਬ ਹੈ 16 ਸਾਲ ਤੱਕ, 12 ਸਾਲ ਬਾਲਪਨ ਨੂੰ ਮੰਨਦੇ ਨੇ, 4 ਸਾਲ ਅਕਲ ਆਉਣ ਨੂੰ ਮੰਨਦੇ ਨੇ ਵਿਚਾਲੇ, ਜਿਵੇਂ ਫੁੱਲ ਹੈ, ਫੁੱਲ ਆਉਣ ਨੂੰ ਵੀ ਤਾਂ ਫੁੱਲ ਨੂੰ ਵੀ ਤਾਂ ਟਾਈਮ ਲੱਗਦਾ, 12 ਸਾਲ ਤੋਂ ਬਾਅਦ ਫੁੱਲ ਆਇਆ, ਫੁੱਲ ਤੋਂ ਬਾਅਦ ਫੁੱਲ ਪੱਕਿਆ ਝੜਿਆ ਅਤੇ ਫਿਰ ਫਲ ਸ਼ੁਰੂ ਹੋ ਗਿਆ ਫੁੱਲ ਦੀ ਜਗ੍ਹਾ, 4 ਸਾਲ ਉਹ ਫਲ ਬਣਨ ਨੂੰ ਲੱਗੇ, ਦੇਖੋ ਨਾ ਉਦਣੇ ਦਾ ਫਲ ਨਹੀਂ ਨਾ ਵੱਡਾ ਹੋ ਜਾਂਦਾ, ਫੁੱਲ ਹੈ ਫਿਰ ਉਹ ਫਲ ਬਣਿਆ, ਫਿਰ ਫਲ ਨੂੰ ਟਾਈਮ ਲੱਗਦਾ ਵੱਡਾ ਹੋਣ ਨੂੰ, ਫਿਰ ਤਾਂ ਕਹਿੰਦੇ ਵੀ 25 ਸਾਲ ਤੱਕ ਉਹ MLA ਔਰ MP ਨਾ ਬਣੇ ਖੜੇ, 17 ਤੋਂ 25 ਤੱਕ ਉਹਦਾ ਫਲ ਇਸ ਕਾਬਲ ਹੁੰਦਾ ਵੀ ਉਹ 'ਚ ਕੋਈ ਰਸ ਪੈ ਗਿਆ, ਕੱਚਾ ਤਾਂ ਫਲ ਵੀ ਨਹੀਂ ਕਿਸੇ ਕੰਮ ਦਾ ਹੁੰਦਾ,
ਭਾਵੇਂ ਉਹ 18 ਸਾਲ ਦਾ ਦੀ ਵੋਟ ਬਣ ਗਏ ਪਰ 25 ਸਾਲ ਦਾ ਹੀ ਲੀਡਰ ਬਣੇ, 18 ਸਾਲ ਦਾ ਤਾਂ ਵੋਟ ਹੀ ਪਾ ਸਕਦਾ ਨਾ। ਇਹ ਗੱਲਾਂ ਤਦੇ ਸਿਆਣਿਆਂ ਨੇ ਬੰਦੀ ਹੋਈਆਂ ਨੇ, ਜਾਣਦੇ ਸਾਰੇ ਹੀ ਨੇ ਇਹਨਾਂ ਗੱਲਾਂ ਨੂੰ, ਪ੍ਰੈਕਟੀਕਲ ਲਾਈਫ ਦੇ ਵਿੱਚ ਨੇ ਨਾ ਗੱਲਾਂ। ਉਹ ਕੁਮਾਰ ਹੈ ਅਜੇ, ਅਜੇ ਗ੍ਰੰਥ ਪੜ੍ਹ ਕੇ ਹੀ ਚੱਲਦਾ ਉਹ, ਸੁਣ ਕੇ ਸੁਣੀਆਂ ਸੁਣਾਈਆਂ ਗੱਲਾਂ 'ਤੇ। ਬੜਾ ਹੋਣ ਦੀ ਇੱਛਾ, ਨਾਲ ਸੰਯੁਕਤ ਬੈਠ ਵਿਧੀਵਤ। ਹਾਂ, ਲੈ ਕੇ ਕਿੱਥੇ ਆਰੰਭ, ਲੈ ਕੇ ਕਿੱਥੇ ਗਿਆ, ਕਿੱਥੇ ਲੈ ਕੇ ਗਿਆ, ਕਿਹੜੇ ਦੇਸ਼ 'ਚ ਲੈ ਕੇ ਗਿਆ? ਉਹ ਦੇਸ਼ 'ਚ ਲੈ ਕੇ ਗਿਆ ਜਿੱਥੇ ਦੱਤਾਤਰੇ ਜੰਮਿਆ ਸੀ, ਰੋਹ ਦੇਸ਼ ਵਿਖੇ ਗਏ ਲੈ ਪੁੱਤਰ ਮਿੱਤਰ ਕੁਮਾਰ। ਹਾਂ, ਜਿੱਥੇ ਜੜ ਸੀ ਦੱਤਾਤਰੇ ਦੀ, ਉਸ ਦੇਸ਼ ਵਿੱਚ ਜਾ ਕੇ ਜਾ ਕਰਦਾ, ਉੱਥੋਂ ਜੜ ਪੁੱਟਣੀ ਆ ਮਨੌਤ, ਉੱਥੇ ਗਿਆ। ਉੱਥੇ ਤਾਂ ਜੜ ਮਜ਼ਬੂਤ ਹੋ ਰਿਹਾ ਜਿੱਥੇ ਕੋਈ ਆਦਮੀ ਪੈਦਾ ਹੁੰਦਾ ਹੈ। ਰੋਹ ਦੇਸ਼ ਲਿਖਿਆ ਨਾ, ਰੋਹ ਦੇਸ਼ ਵਿਖੇ ਗਏ, ਫਿਰ ਰੋਹ ਦੇਸ਼ ਦੇ ਵਿੱਚ ਉੱਥੇ ਦੱਤਾਤਰੇ ਸੀ। ਰੋਹ ਦੇਸ਼ ਆਹੀ ਆ ਜਿੱਥੇ ਹੁਣ ਆਹ ਲੜਾਈ ਚੱਲਦੀ ਹੈ ਪਾਕਿਸਤਾਨ ਦੀ, ਦੇ ਵਿੱਚ ਹੈ ਨਹੀਂ ਆਪਣੇ ਫਰੰਟੀਅਰ ਦੇ ਵਿੱਚ, ਜਿੱਥੇ ਹੁਣ ਚੱਲਦਾ ਅਫਗਾਨਿਸਤਾਨ ਦਾ ਹਿੱਸਾ ਨਾ ਆਪਣੇ ਪਹਾੜੀ ਇਲਾਕਾ, ਜਿੱਥੇ ਡਰੋਨ ਹਮਲੇ ਚੱਲਦੇ ਨੇ, ਉਹ ਅਫਗਾਨਿਸਤਾਨ ਦਾ ਹਿੱਸਾ ਪਾਕਿਸਤਾਨ ਦੇ ਵਿੱਚ ਹੈ, ਇੱਥੋਂ ਉਹ ਪਹਾੜੀ ਹਿੱਸਾ ਫਰੰਟੀਅਰ ਦਾ ਇਲਾਕਾ ਕਹਿੰਦੇ ਨੇ ਉਹਨੂੰ, ਪਹਿਲੇ ਪਾਸੇ ਉਹਦਾ ਇਰਾਨ ਲੱਗਦਾ, ਇਹ ਤਾਂ ਪੱਛਮ ਦੇ ਵਿੱਚ ਹੈ ਅਫਗਾਨਿਸਤਾਨ ਦਾ, ਦੱਖਣ ਦਾ ਪਹਾੜੀ ਇਲਾਕਾ ਹੈ ਉਹ, ਰੋਹ ਦੇਸ਼ ਹੈ। ਉੱਥੋਂ ਦੱਤਾਤਰੇ ਚੱਲਿਆ ਸੀ, ਉੱਥੇ ਹੀ ਜਾ ਕੇ ਕਹਿੰਦਾ ਜੱਗ ਕਰਨਾ, ਹੁਣ ਤਾਂ ਇਹਦੇ ਇਲਾਕੇ 'ਚ ਉਹ, ਇਹਦੇ ਕਾਬੂ 'ਚ। ਇਹਦਾ ਮਤਲਬ ਆਪ ਰੋਹ ਦੇਸ਼ 'ਚ ਨਹੀਂ ਆਇਆ, ਇਹ ਲੈ ਗਏ ਰੋਹ ਦੇਸ਼ ਵਿਖੇ ਗਏ ਲੈ ਪੁੱਤਰ ਮਿੱਤਰ ਕੁਮਾਰ। ਹਾਂ, ਕੁਮਾਰ ਪੁੱਤਰਾਂ, ਕੁਮਾਰ ਪੁੱਤਰ ਔਰ ਮਿੱਤਰ ਜਿਹੜੇ ਸੀ ਰਾਣੀਆਂ ਸਾਰੀਆਂ ਆਪਣੀਆਂ, ਕਿਉਂ ਯੱਗ ਜਿਹੜਾ ਹੁੰਦਾ ਔਰਤ ਤੋਂ ਬਿਨਾਂ ਯੱਗ ਨਹੀਂ ਹੁੰਦਾ, ਬਰਾਬਰ ਬੈਠਦੀਆਂ ਨੇ, ਤਾਂ ਯੱਗ ਕਰਦੇ ਨੇ ਇਹਨਾਂ ਦੇ। ਹਾਂ, ਪੂਰਾ ਪਰਿਵਾਰ ਲੈ ਕੇ ਸਾਰੇ ਚੱਲ, ਇਹਨੀ ਰਾਜਧਾਨੀ ਉੱਥੇ ਲੈ ਗਿਆ, ਐਂ ਕਹਿ ਲਓ। ਨਾਲ ਸੰਯੁਕਤ ਬੈਠ ਵਿਧੀਵਤ ਕੀਨ ਜੱਗ ਆਰੰਭ, ਔਰਤ ਦੇ ਨਾਲ ਵਿਧੀਵਤ ਬਰਾਬਰ ਬਿਠਾਲ ਕੇ ਜੱਗ ਆਰੰਭ ਕਰਤਾ। ਨਾਰ ਹੈ ਨਾਰ, ਨਾਰ ਸੰਯੁਕਤ ਬੈਠ, ਨਾਰ ਦੇ ਨਾਲ ਬੈਠ ਕੇ ਔਰਤ ਨਾਲ ਬੈਠ ਕੇ ਜੱਗ ਉਹ ਕਰ ਦਿੱਤਾ। ਹਾਂ, ਇੱਥੇ ਦੇਖ ਲਓ ਤੁਸੀਂ ਜਦ ਉਹ ਹਵਨ ਕਰਦੇ ਨੇ ਔਰਤਾਂ ਨੂੰ ਨਾਲ ਬਿਠਾਲਦੇ ਨੇ, ਬਿਠਾਲਦੇ ਨੇ, ਵਿਆਹ ਹੋਇਆ ਸੀ ਲੈ ਐਡਾ ਹੁਣ ਰਾਜਾ, ਮਤਲਬ 18 ਸਾਲ ਦੀ ਉਮਰ ਹੋਊਗੀ, 17-18 ਸਾਲ ਦੀ, ਉਹ 10-10 ਸਾਲ ਦੇ ਗੁਰੂਆਂ ਦੇ ਵਿਆਹ ਹੋਏ ਨੇ 9-9 ਸਾਲ 'ਚ। ਹਾਂ, ਬੋਲ ਬੋਲ ਕਰੋੜ ਰਿਤਜ ਔਰ ਵਿਪਰ ਅਸੰਭਵ, ਬੋਲ ਬੋਲ ਕਰੋੜ ਰਿਤਜ, ਰਿਤਜ ਹੁੰਦੇ ਨੇ ਜੱਗ ਕਰਾਉਣ ਵਾਲੇ, ਜਿਹੜੇ ਵਿਧੀ ਜਾਣਦੇ ਨੇ, ਐਕਸਪਰਟ ਬੰਦੇ ਹੁੰਦੇ ਨੇ, ਕੋਈ ਜੱਗ ਕਰਾਉਣ ਵਾਲੇ ਹੁੰਦੇ ਨੇ, ਕੁਛ ਮੰਤਰ ਪੜ੍ਹਨ ਵਾਲੇ ਹੁੰਦੇ ਨੇ, ਜਿਹੜੇ ਤਾਂ ਸਿਰਫ ਪੜ੍ਹਦੇ ਪੜ੍ਹਦੇ ਨੇ, ਇੱਕ ਵੇਦ ਪੜ੍ਹਦੇ ਨੇ, ਜਵਾਨੀ ਯਾਦ ਹੁੰਦਾ ਸੀ ਵੇਦ ਉਹਨਾਂ ਦੇ, ਜਵਾਨੀ ਯਾਦ ਤੋਂ ਬਿਨਾਂ ਪੜ੍ਹਨ ਨਹੀਂ ਲਾਉਂਦੇ ਹੁੰਦੇ, ਵੇਦ ਨਹੀਂ ਪੜ੍ਹ ਸਕਦਾ, ਉਹ ਤਾਂ ਭੁੱਲ ਜੂਗਾ। ਸਾਡੇ ਅਖੰਡ ਪਾਠ 'ਤੇ ਜਿਵੇਂ ਲਾਉਂਦੇ ਲੋਕਾਂ ਨੂੰ, ਇੱਦਾਂ ਨਹੀਂ ਉਹ ਲਾਉਂਦੇ ਸੀ ਕਦੇ ਵੀ, ਪਹਿਲਾਂ ਸਾਰਾ ਜਵਾਨੀ ਯਾਦ ਕਰੇ ਔਰ ਸ਼ੁੱਧ ਯਾਦ ਕਰੇ, ਫਿਰ ਵੇਦ ਪੜ੍ਹ ਲਾਉਣਾ, ਉੱਥੇ ਐਵੇਂ ਨਹੀਂ ਪੜ੍ਹ ਸਕਦਾ, ਸਾਡੇ ਤਾਂ ਗਲਤ ਪੜ੍ਹੀ ਜਾਂਦੇ, ਉਹ ਵਰਕੇ ਹੀ ਥੱਲੀ ਜਾਂਦੇ ਨੇ ਇਹਨਾਂ ਦੇ, ਇੱਕ ਆਦਮੀ ਪੜ੍ਹਦਾ ਹੁੰਦਾ, ਰੱਬ ਜਾਣੇ ਪੜ੍ਹਦਾ ਕਿ ਦੂਏ ਵਰਕੇ ਥੱਲੀ ਜਾਂਦੇ ਨੇ, ਸਾਰੇ ਅਖੰਡ ਪਾਠ ਇਕੱਠੇ ਭੋਗ ਕੇ ਵੀ ਪੈ ਜਾਣਗੇ, ਪੈ ਨਹੀਂ ਸਕਦੇ, ਫਰੋਡ ਹੈ ਚੱਲਦਾ, ਨਾਲੇ ਦੁਕਾਨਦਾਰੀ ਹੈ ਕੋਈ ਪਾਠ ਥੋੜ੍ਹੀ ਨੇ ਪਾਠ, ਨਾਲੇ ਫਿਰ ਐਂ ਪਾਠ ਕਰਨ ਨੂੰ ਤਾਂ ਗੁਰਬਾਣੀ ਇਜਾਜ਼ਤ ਨਹੀਂ ਦਿੰਦੀ, ਜਿਵੇਂ ਇਹ ਕਰਦੇ ਨੇ ਇਹਦੀ ਤਾਂ ਖੰਡਨ ਕੀਤਾ ਗੁਰਬਾਣੀ ਨੇ, ਪਹਿਲਾਂ ਕਰਦੇ ਸੀ ਇਹ ਸਭ ਕੁਛ, ਇਹ ਤਾਂ ਹਟਾਇਆ ਹੋਇਆ, ਇਹ ਤਾਂ ਸਾਧਨ ਸ਼ੁਰੂ ਕੀਤੇ ਨੇ, ਕਮਾਈ ਦਾ ਸਾਧਨ ਉਹਨਾਂ ਦਾ, ਇਕੱਠੇ ਪਾਠ ਲੜੀਆਂ ਲਾ ਕੇ ਆਮਦਨ ਹੈ ਨਾ, ਬੁੱਕ ਕਰਾ ਲੈਣੇ ਅਗਲੇ ਨੂੰ ਚਲਾ ਜਾਣਾ, ਲੈ ਵੀ ਤੂੰ ਵੀ ਬੁੱਕ ਕਰਾ, ਇੰਨੇ ਹੋ ਗਏ, 5 ਰਹਿ ਗਏ, ਇੱਕ ਤੂੰ ਕਰਾ ਲੈ, ਹੁਣ ਅਗਲਾ ਕੀ ਕਹੇ, ਨਾ ਕਰਾਉਣਾ ਹੁੰਦਾ ਤਾਂ ਵੀ ਕਰਾ ਲੈਂਦਾ, ਉਹਨੇ ਕਿਹੜਾ ਜਾਣਾ ਉੱਥੇ ਸੁਣਨਾ ਦੇਖਣਾ। ਪਰ ਉਹ ਕੀ ਕਰਦੇ ਨੇ, ਇੱਕ ਆਦਮੀ ਦੇ ਇੱਕ ਬੇਦਿਆਦ ਹੈ, ਉਹ ਇੱਕ ਪਾਸੇ ਬੈਠੂਗਾ,
ਦੂਜਾ ਦੂਆ ਵੇਦ ਪੜੂਗਾ, ਤੀਜਾ ਤੀਆ, ਚੌਥਾ, ਉਹ ਜਿਹੜਾ ਰਿਤਜ ਹੈ ਉਹ ਚਾਰਾਂ ਦੇ ਉੱਤੇ ਨਿਗਾਹ ਰੱਖੂਗਾ, ਪਿੱਛੇ ਬੈਠ ਕੇ ਖੜ ਕੇ ਦੇਖ ਕੇ ਆਊਗਾ ਵੀ ਠੀਕ ਪੜਦਾ, ਉਹ ਕਮਾਂਡਰ ਹੈ ਉੱਤੇ, ਰਿਤੇ 'ਚ ਕਮਾਂਡਰ ਹੁੰਦਾ, ਉਹ ਵਿਧੀ ਜਾਣਦਾ, ਅਹੁਦਿਆਂ ਪਾਉਣ ਵਾਲੇ ਅਹੁਦਿਆਂ ਪਾ ਰਹੇ ਨੇ, ਠੀਕ ਪਾ ਰਹੇ ਨੇ, ਘਸਾਉਂਗੇ ਉੱਦਾਂ ਹੀ, ਉਹ ਕੁਛ ਬੋਲਦਾ ਉਹਦੀ ਕਦ ਪਾਉਂਦੇ ਨੇ, ਜਦ ਉਹ ਕਹੂ ਜਾਂਦੇ ਉਹਦੀ ਪਾਉਣੀ, ਉਹਦੀ ਇੱਦਾਂ ਨਹੀਂ ਪੈਂਦੀ ਹੁੰਦੀ, ਇਹ ਜਿਹੜੇ ਜੱਗ ਹੁੰਦੇ ਨੇ ਕੋਲ ਬਹਿ ਕੇ ਨਹੀਂ ਹੁੰਦੇ, ਇੰਨੀਆਂ ਕੁ ਲੱਕੜੀਆਂ ਨਹੀਂ ਇੱਥੇ ਹੁੰਦੀਆਂ, ਇਹ ਤਾਂ ਕਿਲੋ ਕਿਲੋਮੀਟਰ 'ਤੇ ਪਿੱਛੇ ਬੈਠੇ ਹੁੰਦੇ ਨੇ, ਕਿਲੋ ਕਿਲੋਮੀਟਰ 'ਤੇ ਇਹੋ ਜਿਹੇ ਜੱਗ ਨੇ ਪਿੱਛੇ ਬੈਠੇ ਹੁੰਦੇ ਨੇ, ਇੰਨਾ ਕੁਛ ਹੁੰਦਾ ਇੱਥੇ ਲੱਕੜੀਆਂ ਪੈਂਦੀਆਂ, ਜਿਵੇਂ ਆਹ ਭੱਠੀ ਹੁੰਦੀ ਹੈ ਮਿਲਦੀ, ਉਹਦੇ ਨੇੜੇ ਖੜ ਜੂਗਾ ਆਦਮੀ, ਉਹ ਤਾਂ ਬੰਦ ਹੁੰਦੀ ਹੈ ਤਾਂ ਖੁੱਲ੍ਹਾ ਹੁੰਦਾ, ਪਰ ਨਾਲੇ ਪਾ ਕੇ ਨਾ ਇਹ ਉੱਚਾ ਚੱਕ ਕੇ ਮਨੇ ਉੱਚਾ ਬਣਾ ਕੇ, ਜਿਵੇਂ ਆਪਾਂ ਪੈਡ ਬਣਾਉਂਦੇ ਹਾਂ, ਐਂ ਲਾਏ ਹੁੰਦੇ ਨੇ ਉੱਤੇ, ਇਹ ਉੱਤੇ ਬੈਠੇ ਹੁੰਦੇ ਨੇ ਬਹੁਤ ਉੱਚੇ, ਉੱਥੋਂ ਪਰਨਾਲਾ ਐਂ ਆਉਂਦਾ ਹੁੰਦਾ ਟੀਨ ਦੇ ਬਣਾ ਕੇ, ਉੱਥੋਂ ਉਹਦੀ ਪਾਉਂਦੇ ਨੇ, ਤਾਂ ਕਿਤੇ ਜੱਗ ਚਾਹੁੰਦੀ ਉੱਥੇ ਉਹਦੀ ਕੋਲ ਬੈਠ ਕੇ ਮਰਨਾ, ਇੰਨੀ ਲੜਦੇ ਦੂਰ ਹੁੰਦੇ ਨੇ ਪਿੱਛੇ, ਕਾਫੀ ਕਾਫੀ ਦੂਰ, ਉਹ ਜਿਹੜਾ ਗਿਆਨ ਪ੍ਰਬੋਧ ਹੈ ਨਾ ਉਹਦੇ ਵਿੱਚੋਂ ਉਹ ਗੱਲ ਦੱਸੀ ਹੋਈ ਹੈ ਸਾਰੀ, ਇਹ ਸਰਪਮੇ ਯੱਗ ਕੀਤਾ ਜਦੋਂ ਇੱਥੇ ਆਪਣੇ ਯੂਪੀ ਦੇ ਵਿੱਚ ਹੈਗਾ ਜਨਮੇਜੇ ਨੇ ਕੀਤਾ ਸਰਪਮੇ ਯੱਗ, ਉਦੋਂ ਇਹ ਪ੍ਰਸੰਗ ਆਉਂਦਾ ਵੀ ਇਹ ਕਿਵੇਂ ਹਵਨ ਕੁੰਡ ਬਣਾਇਆ ਸੀ, ਉੱਚ ਪਿੱਛੇ ਬੈਠੇ ਸੀ, ਉਹ ਪ੍ਰਣਾਲੇ ਸੀ ਪਿੱਛੇ, ਜਿੰਨੀ ਲਾਟ ਵੱਡੀ ਉੱਥੇ ਉਹਨਾਂ ਨੂੰ ਸੇਕ ਨਾ ਲੱਗੇ, ਬਸ ਉਹਦੀ ਉੱਥੋਂ ਪਾ ਦੇਣੀ, ਉੱਥੋਂ ਐਂ ਫਿਰ ਹੌਲੀ ਹੌਲੀ ਉਹ ਗਰਮ ਹੁੰਦਾ, ਘਿਓ ਪਾਇਆ ਹੋਇਆ, ਉਹ ਫਿਰ ਗਰਮੀ ਦੇ ਹਿਸਾਬ ਨਾਲ ਜਾਈ ਜਾਂਦਾ ਆਪੇ ਰੁੜਦਾ, ਪ੍ਰਣਾਲੇ 'ਚੋਂ ਜਿਵੇਂ ਪਾਣੀ ਜਾਈ ਜਾਂਦਾ, ਉਹਨੂੰ ਗਰਮ ਵੀ ਰੱਖਣਾ ਪੈਂਦਾ ਜੇ ਠੰਡ ਹੋਵੇ, ਨੇੜੇ ਨਹੀਂ ਹੁੰਦੇ ਜੱਗ, ਉਹ ਫਿਰ ਉੱਥੇ ਖੜ੍ਹੇ ਹੁੰਦੇ ਨੇ ਅਲੱਗ ਅਲੱਗ, ਔਰ ਵਿਪਰ ਅਸੰਭ, ਔਰ ਵਿਪਰ ਨੇ, ਵਿਪਰ ਕੌਣ ਨੇ, ਵਿਪਰ ਪੜ੍ਹਨ ਵਾਲੇ ਨੇ, ਜਿਹੜੇ ਪੜ੍ਹਨ ਵਾਲੇ ਨੇ ਰੇਤੇ 'ਚ ਨੇ, ਜਿਹੜੇ ਉਹ ਉੱਤੇ ਨਿਗਰਾਨੀ ਰੱਖਣ ਵਾਲੇ ਨੇ, ਕਮਾਂਡਰ ਨੇ, ਯੱਗ ਕਰਾਉਣ ਵਾਲੇ ਨੇ, ਪੜ੍ਹਨਾ ਦੇਖੋ ਵੇਦ ਪੜ੍ਹਨਾ ਵੀ ਜਾਣਦੇ ਨੇ, ਉੱਤੇ ਦੀ ਵਿਧੀ ਵੀ ਜਾਣਦੇ ਨੇ, ਦੋ ਚੀਜ਼ਾਂ ਨੇ ਜਾਣਦੇ, ਐਕਸਪਰਟ ਨੇ ਉਹ, ਇਹ ਵਿਚਾਰੇ ਪੜ੍ਹਨ ਵਾਲੇ ਨੇ, ਇੱਕ ਤਾਂ ਹੁਣ ਗ੍ਰੰਥੀ ਲੈ ਜਾਂਦੇ ਨੇ, ਇੱਕ ਸੰਤ ਜਾਂਦਾ, ਉਹ ਆਪ ਦਾ ਪਾਠ ਨਹੀਂ ਕਰਦਾ ਪਰ ਉਹਦੇ ਦੇਖ ਰੇਖ 'ਚ ਪਾਠ ਹੁੰਦੇ ਨੇ, ਰਾਜ ਮੇਧ ਕਰਿਓ ਲੱਗਾ ਆਰੰਭ ਭੂਪ ਅਪਾਰ, ਰਾਜ ਮੇਧ ਯੱਗ ਸ਼ੁਰੂ ਕਰਤਾ ਰਾਜੇ ਨੇ, ਕਰਾਉਣ ਵਾਲੇ ਕਰਨ ਵਾਲੇ ਕਰੋੜਾਂ ਉਹ ਜਾਂ ਰਾਜ ਉਹਦਾ ਜਿੰਨੇ ਮਰਜ਼ੀ ਕਹਿਤੇ ਆ ਗਏ ਸਭ, ਆਰਡਰ ਕਰਨਾ ਸੀ ਵੀ ਸਾਰੇ ਬੁਲਾ ਲਓ ਬਈ, ਆਪੇ ਆ ਜਾਂਦੇ ਨੇ ਲੋਕ ਤਾਂ, ਰਾਜੇ ਦੇ ਨਿਗਾਹ 'ਚ ਹੋਣ, ਕੰਮ ਜੋ ਉਹਨੇ ਕਹਿ ਦਿੱਤਾ ਵੀ ਕਰੋ, ਗਾਹ ਨੂੰ ਵਾਕਫੀਅਤ ਹੋ ਜੂ, ਹਾਂਜੀ, ਭਾਂਤ ਭਾਂਤ ਸਮ੍ਰਿਧ ਜੋੜ ਸੁਮਿੱਤਰ ਛਤਰ ਕੁਮਾਰ, ਭਾਂਤ ਭਾਂਤ ਦੀ ਸਮ੍ਰਿਧੀ ਜੋੜ ਲਈ, ਸਮ੍ਰਿਧੀ ਕੀ ਆ, ਘਿਓ ਕੰਮ ਆਉਣ ਵਾਲੀਆਂ ਚੀਜ਼ਾਂ ਨੇ, ਤਿਲ ਤਿਲਾਂ ਦਾ ਵੀ ਕਰਦੇ ਨੇ ਵਿੱਚ ਪਾਉਂਦੇ ਨੇ ਇਹਦੇ ਰਲਾ ਕੇ, ਹੋਰ ਜਿਹੜਾ ਆਪਾਂ ਜੋ ਯੱਗ 'ਚ ਜੋ ਸਮਾਨ ਪੈਂਦਾ ਸੀ ਉਹ ਸਾਰੀ ਸਮ੍ਰਿਧੀ ਜੋੜ ਲਈ, ਸੁਮਿੱਤਰ ਛਤਰ ਕੁਮਾਰ, ਹਾਂ ਸਾਰੇ ਜਿਹੜੇ ਸੁਮਿੱਤਰ ਸੁਮਿੱਤਰਾਂ ਨੇ ਜੋੜੀ ਹੈ, ਜਿਹੜੇ ਉਹ ਸੀ ਵੀ ਕੋਈ ਚੀਜ਼ ਦੀ ਘਾਟ ਨਾ ਰਹਿ ਜਾਵੇ, ਕੋਈ ਕਮੀ ਨਾ ਰਹਿ ਜਾਵੇ, ਇਹ ਨਾ ਹੋਵੇ ਸਾਡਾ ਜੱਗ ਦਾ ਫਲ ਨਾ ਮਿਲੇ, ਉਹ ਮਿੱਤਰੇ ਨੇੜੇ ਰੱਖੀਦੇ ਨੇ, ਦੂਆ ਤਾਂ ਗੜਬੜ ਕਰ ਦੂ ਕੋਈ, ਡਰਦੇ ਬਹੁਤ ਹੁੰਦੇ ਸੀ ਵੀ ਇਹ ਬੜੀਆਂ ਇਹਨਾਂ ਦੀਆਂ ਹੁੰਦੀਆਂ ਸੀ ਵੀ ਸੰਖ ਆਵੇ ਵਜੂ ਜੇ ਜੱਗ ਪੂਰਾ ਹੋ ਗਿਆ, ਨਹੀਂ ਤਾਂ ਸੰਖ ਨਹੀਂ ਵੱਜਣਾ, ਇਹ ਰੱਖਦੇ ਹੁੰਦੇ ਸੀ ਬਹੁਤ ਕੁਛ, ਹਾਂ ਹਾਂ ਛਤਰੀ ਆ ਉਹ, ਭਾਂਤ ਅਨੇਕਣ ਕੇ ਜੁਰੇ ਜਨ ਆਣ ਕੇ ਤਿਹ ਦੇਸ਼, ਅਨੇਕਾਂ ਭਾਂ ਪ੍ਰਕਾਰ ਦੇ ਲੋਕ ਦੇਸ਼ ਦੇਸ਼ ਤੋਂ ਆ ਕੇ ਜੁੜ ਗਏ, ਬਈ ਅਨੇਕਾਂ ਭੇਖ ਹੁੰਦੇ ਨੇ, ਅੱਡ ਅੱਡ ਭੇਖਾਂ ਦੇ ਲੋਕ ਸੀਗੇ, ਅੱਡ ਅੱਡ ਦੇਸ਼ ਹੁੰਦੇ ਨੇ, ਅੱਡ ਅੱਡ ਭੇਸ ਹੁੰਦੇ ਨੇ, ਅੱਡ ਅੱਡ ਉਹਨਾਂ ਦੇ ਸ਼ਕਲਾਂ ਵੀ ਅੱਡ ਅੱਡ ਹੁੰਦੀਆਂ ਨੇ, ਖਾਣ ਪੀਣ ਵੀ ਅੱਡ ਅੱਡ ਹੁੰਦਾ, ਉਹ ਬਹੁਤ ਰੰਗੀ ਉਹ ਦੁਨੀਆਂ ਜੁੜ ਗਈ ਉੱਥੇ।
ਜਿਵੇਂ ਕੋਈ ਮੇਲਾ ਲੱਗ ਜਾਂਦਾ ਬਹੁਤ ਬੜੇ ਏਰੀਏ ਚ। ਛੀਨ ਛੈਨ ਲਏ ਨਿਰਪਾਂਬਰ ਦੇਸ ਦਰਬ ਅਭਿਲੇਸ਼। ਹਾਂ, ਸਾਰਿਆਂ ਦੇ ਜਿਹੜੇ ਖਜ਼ਾਨੇ ਸੀ ਸਾਰੇ ਛੀਨ ਕੇ ਇਕੱਠੇ ਕਰ ਲਏ, ਕਿਉਂਕਿ ਬਹੁਤ ਸਾਰਾ ਦਾਨ ਦੇਣਾ ਪੈਂਦਾ ਇਹਨਾਂ ਨੂੰ, ਇਕੱਠਾ ਕਰ ਲਿਆ ਸਭ ਕੁਛ ਇਕੱਠਾ। ਚੰਦਨ ਉਹਦਾ ਜਾਲਣਾ ਪੈਂਦਾ ਇਹਦੇ ਵਿੱਚ ਕੇਸਰ, ਕਿਉਂਕਿ ਬਦਬੂ ਨਾ ਹੋ ਜਾਏ, ਸਮੈਲ ਜਿਹੜੀ ਹੁੰਦੀ ਹੈ ਨਾ ਜਿੱਥੇ ਕੁਛ। ਅਸ਼ਮੇਧ ਦੇ ਵਿੱਚ ਘੋੜੇ ਵੱਢ ਕੇ ਪਾਉਂਦੇ ਹੁੰਦੇ ਸੀ, ਅਸ਼ਮੇਧ ਦੇ ਵਿੱਚ ਰੋਜ਼ ਘੋੜੇ, ਉਹ ਘੋੜਾ ਤਾਂ ਜਾਂਦਾ ਸੀ ਬਾਹਰ, ਰੋਜ਼ ਬਹੁਤ ਸਾਰੇ ਘੋੜਿਆਂ ਦੀ ਬਲੀ ਹੋਰ ਆਉਂਦੀ ਸੀ। ਉਹਦੇ 'ਚ ਜਿਹੜੀ ਚਰਬੀ ਹੈ ਘੋੜੇ ਦੀ ਉਹ ਤਾਂ ਜਾਂਦੀ ਸੀ, ਜਿਹੜਾ ਦੂਆ ਮਾਂਸ ਹੈ ਉਹ ਇਹ ਖਾਂਦੇ ਸੀ। ਸਭ ਤੋਂ ਚੰਗਾ ਮਾਂਸ ਬ੍ਰਾਹਮਣ ਖਾਂਦੇ ਸੀ ਔਰ ਛੱਤਰੀ ਖਾਂਦੇ ਸੀ। ਜਿਹੜੀਆਂ ਵਿਚਲੀਆਂ ਅੰਤਾਂ ਨੇ ਉਹਨਾਂ ਨੂੰ ਸਾਫ਼ ਕਰਕੇ, ਜਿਹੜੇ ਜਿਹਨਾਂ ਨੂੰ ਕਹਿੰਦੇ ਨੇ ਨਾ ਇਹ ਬਹੁਤ ਨੀਵੀਆਂ ਜਾਤਾਂ, ਉਹਨਾਂ ਨੂੰ ਦਿੰਦੇ ਸੀ। ਉਹਦੇ ਲਈ ਪੇਟੀ ਵਗੈਰਾ ਉਹ ਅੰਤ ਜਿਹੜੀ ਸਾਫ਼ ਕਰਕੇ ਉਹ ਕਹਿੰਦੇ ਉਹ ਤੁਸੀਂ ਖਾ ਲਓ। ਇੱਦਾਂ ਹੀ ਕਰਦੇ ਰਹੇ ਨੇ ਇਹ, ਉਹ 'ਚ ਵਿਸਤਾਰ ਨਾਲ ਲਿਖਿਆ ਹੋਇਆ ਸਾਰਾ। ਖੁਰ ਜਿਹੜੇ ਨੇ ਵੱਢ ਕੇ ਉਹ ਉਹਦੇ 'ਚ ਜਾਂਦੇ ਸੀ ਯੱਗ 'ਚ, ਸਿਰ ਯੱਗ 'ਚ ਜਾਂਦਾ ਸੀ, ਸਿਰ ਔਰ ਖੁਰ, ਪੂਛ, ਚਮੜਾ। ਹੁਣ ਜੇ ਚੀਜ਼ਾਂ ਸੜਨਗੀਆਂ ਇਹਦੀ ਬਦਬੂ ਤਾਂ ਪੈਦਾ ਹੋਊਗੀ, ਬਦਬੂ ਤਾਂ ਪੈਦਾ ਹੋਣੀ। ਉਹ ਬਦਬੂ ਨੂੰ, ਬਦਬੂ ਨਾ ਰਹੇ, ਜਿਵੇਂ ਹੁਣ ਆਪਾਂ ਜਾ ਕੇ ਉੱਥੇ ਵਿੱਚ ਘਿਓ ਦੇਸੀ ਜਦੋਂ ਸੰਸਕਾਰ ਕਰਨ ਜਾਂਦੇ ਹੋ ਕਾਹਦੇ ਪਾਉਂਦੇ ਹਾਂ, ਅਸਲ 'ਚ ਬੈਡ ਸਮੈਲ ਹੈ ਜਿਹੜੀ, ਪੋਲਿਊਸ਼ਨ ਨਾ ਪੈਦਾ ਹੋਵੇ ਉਹਨੂੰ, ਪੋਲਿਊਸ਼ਨ ਨੂੰ ਨਿਊਟਰਲਾਈਜ਼ ਕਰਨ ਵਾਸਤੇ ਪਾਉਂਦੇ ਹਾਂ ਇਹ ਚੀਜ਼ਾਂ, ਹੋਰ ਉਹਦਾ ਕੋਈ ਮਤਲਬ ਨਹੀਂ ਹੈਗਾ। ਨਹੀਂ ਤਾਂ ਹਵਾ 'ਚ ਪੋਲਿਊਸ਼ਨ ਪੈਦਾ ਹੋਜੂਗੀ, ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਆਦਮੀਆਂ ਨੂੰ, ਫਿਰ ਇਹਦਾ ਜਲਣਾ ਮਾਸ ਦਾ ਇਹ ਪੋਲਿਊਟ, ਹਵਾ ਖਰਾਬ ਹੋ ਜਾਂਦੀ ਹੈ ਇਹਦੇ ਨਾਲ। ਇਸ ਕਰਕੇ ਉਹ ਵਿੱਚ ਧੂਪ ਲੈ ਕੇ ਜਾਂਦੇ ਆ ਪਾਉਣ ਨੂੰ, ਸਮੱਗਰੀ ਲੈ ਕੇ ਜਾਂਦੇ ਆ ਪਾਉਣ ਨੂੰ, ਤਾਂ ਪਾਉਂਦੇ ਹੁੰਦੇ ਆ। ਉਹ ਸਭ ਕੁਛ ਇਕੱਠਾ ਕੀਤਾ ਤਾਂ ਕਿ ਜਿਹੜੀ ਕੋਈ ਬਿਮਾਰੀਆਂ ਵੀ ਨਾ ਫੈਲ ਜਾਣ ਪਬਲਿਕ ਦੇ ਵਿੱਚ। ਦੇਖ ਕੇ ਇਹ ਭਾਂਤ ਸਰਬ ਸੋ ਭੂਪ ਸੰਪਤ ਨੈਣ, ਦੇਖ ਕੇ ਭਾਂਤ ਸਰਬ, ਸਾਰਾ ਕੁਛ ਦੇਖਿਆ ਉਹਨੇ ਆਪ, ਜੋ ਸਮਾਨ ਇਕੱਠਾ ਹੋਇਆ ਆਪਣੀ ਅੱਖਾਂ ਨਾਲ ਵੀ ਦੇਖਿਆ ਵੀ ਸਮਾਨ ਠੀਕ ਹੈ, ਪੂਰਾ ਇਕੱਠਾ ਹੋ ਗਿਆ ਇਹ ਨੈਣ। ਗਰਭ ਸੋ ਪੁਜ ਦੰਡ ਕੈ ਇਹ ਭਾਂਤ ਬੋਲਾ ਬੈਣ, ਬਸ ਫਿਰ ਉਹਨੂੰ ਆਪਣੇ ਬਾਹਾਂ ਤੇ ਹੰਕਾਰ ਹੋ ਗਿਆ, ਆਪਣੀ ਸ਼ਕਤੀ 'ਤੇ ਵੀ ਮੇਰੇ ਹੁਕਮ ਨਾਲ ਸਭ ਕੁਛ ਆਉਣ ਲੱਗ ਗਿਆ, ਇਕੱਠਾ ਜੋ ਸਭ ਕੁਛ ਹੋ ਗਿਆ। ਭੂਪ ਮੇਦ ਕਰੋ ਸਭੈ ਤੁਮ ਆਜ ਜਗ ਆਰੰਭ, ਮੈਂ ਕਹਿੰਦਾ ਹੁਣ ਕਰ ਦਿਓ ਆਰੰਭ, ਸਮਾਨ ਜੋ ਹੋ ਗਿਆ। ਸਤਿਯੁਗ ਮਾਹੇ ਭਇਓ ਜਿਹੀ ਵਿਦਕੀਨ ਰਾਜੈ ਜੰਬ, ਇੱਕ ਉਹਨਾਂ ਨੇ ਕਹਾਣੀ ਬਣਾਈ ਹੋਈ ਸੀ ਵੀ ਜੰਬ ਰਾਜੇ ਨੇ ਸਤਯੁਗ ਜਗ ਕੀਤਾ ਤੇ ਉਹਦੇ ਬਾਅਦ ਕਿਸੇ ਨੇ ਕੀਤਾ ਹੀ ਨਹੀਂ, ਐਵੇਂ ਲਿਖਤਾ ਉਹਨੇ। ਸਤਯੁਗ ਤਾਂ ਹੁੰਦਾ ਹੀ ਨਹੀਂ ਕਦੇ, ਸਤਯੁਗ ਕਦੇ ਹੁੰਦਾ, ਲਿਖਿਆ ਹੋਇਆ ਸੀਗਾ, ਹੁਣ ਵੀ ਮੰਨੀ ਜਾਂਦੇ ਨੇ ਸਤਯੁਗ ਹੁੰਦਾ, ਸਤਯੁਗ ਤਾਂ ਹੁੰਦਾ ਹੀ ਨਹੀਂ ਕਦੇ, ਲਿਖ ਦਿੱਤਾ ਝੂਠ ਲਿਖਣਾ ਜੋ ਮਰਜ਼ੀ ਲਿਖ ਦਿਓ। ਹੁਣ ਰਾਜੇ ਉਡੀਕਦੇ ਰਹਿੰਦੇ ਨੇ ਵੀ ਮੈਂ ਵੀ ਕਰਾਂ, ਹੜੇ ਹਰੇਕ ਉਡੀਕਦਾ ਰਹਿੰਦਾ ਸਿਆਸਤਦਾਨ ਸਾਰੀ ਉਮਰ ਵੀ ਇੱਕ ਵਾਰ ਮੈਂ ਚੀਫ ਮਿਨਿਸਟਰ ਬਣ ਜਾਂ, ਚਾਹੇ ਹਫ਼ਤੇ ਖਾਤਰ ਬਣ ਜਾ, ਚੱਲ ਮੇਰਾ ਨਾਂ ਉਹਦੇ 'ਚ ਹੋ ਜਾਏ ਚੀਫ ਮਿਨਿਸਟਰ। ਕੋਈ ਵਜ਼ੀਰ ਦੇ ਵਾਸਤੇ ਕਹਿੰਦਾ ਮੈਂ ਮਿਨਿਸਟਰ ਬਣ ਜਾਂ, ਚਲੋ ਮੈਂ ਮਿਨਿਸਟਰ ਤੱਕ ਹੀ ਉਹਦੀ ਇੱਛਾ ਹੁੰਦੀ ਹੈ, ਉਹ ਇੰਨਾ ਕੁ ਬਣ ਸਕਦਾ। ਕੋਈ MLA ਤੱਕ ਕਹਿੰਦਾ ਮੈਂ MLA ਹੀ ਬਣ ਜਾ ਇੱਕ ਵਾਰ, ਜਿੰਨੀ ਕਿਸੇ ਦੇ ਵਿੱਚ ਹਿੰਮਤ ਹੁੰਦੀ ਹੈ ਉਹਦੀ, ਉਹਨੂੰ ਛੂਹਣ ਦੀ ਕੋਸ਼ਿਸ਼ ਕਰਦਾ। ਹੁਣ ਰਾਜੇ ਜਿਹੜੇ ਵੱਡੇ ਹੋ ਜਾਂਦੇ ਨੇ ਉਹਦੀ ਵੱਡੀ ਇੱਛਾ ਹੋ ਜਾਂਦੀ ਹੈ, ਜਿਹੜਾ ਚੀਫ ਮਿਨਿਸਟਰ ਹੋ ਜਾਂਦਾ ਉਹਦੀ ਅੱਖ ਫਿਰ ਪ੍ਰਾਈਮ ਮਿਨਿਸਟਰੀ 'ਤੇ ਚਲੀ ਜਾਂਦੀ ਹੈ ਵੀ ਮੈਂ ਇਹ ਹੋ ਜਾਂ। ਕੋਈ ਰਾਸ਼ਟਰਪਤੀ 'ਤੇ ਹੋ ਜਾਂਦੀ ਹੈ ਵੀ ਚਲੋ ਰਾਸ਼ਟਰਪਤੀ ਹੋ ਗਿਆ, ਹੁਣ ਮੈਨੂੰ ਕੋਈ ਰੌਲਾ ਨਹੀਂ, ਹੁਣ ਮੈਂ ਸਿਆਸਤ ਤੋਂ ਹੀ ਬਾਹਰ ਚਲਾ ਜਾਂਦਾ, ਸੁਨਿਆਸ ਲੈ ਲੈਂਦਾ, ਹੁਣ ਮੈਂ ਇੱਦੋਂ ਵੱਡਾ ਕੀ ਬਣਨਾ ਹੋਰ। ਇਹ ਦੌੜ ਹੈ ਸੰਸਾਰੀ ਵਡਿਆਈ ਦੀ, ਇਹ ਦੌੜ ਤੋਂ ਭਗਤ ਬਾਹਰ ਰਹੇ ਨੇ, ਖਾਲਸਾ ਤੋਂ ਬਾਹਰ ਹੈ ਔਰ ਬਾਹਰ ਰਹੂਗਾ ਵੀ। ਜਿਹੜੇ ਇਹ ਦੌੜ 'ਚ ਨੇ ਉਹ ਨਾ ਸਿੱਖ ਨੇ, ਨਾ ਭਗਤ ਨੇ, ਨਾ ਖਾਲਸੇ ਨੇ। ਇਹ ਦੌੜ 'ਚ
ਮਨਮੁੱਖ ਸੰਸਾਰੀ ਆਦਮੀ ਹੁੰਦੇ ਨੇ। ਇਹ ਤਾਂ ਸੰਸਾਰੀ ਦੌੜ ਹੈ। ਜੇ ਦੁਨੀਆਂ ਅੱਗੇ ਵਡਿਆਈਆਂ ਅੱਗੇ ਸੇਤੀ ਜਾਲ ਹੈ ਤਾਂ ਖਾਲਸਾ ਰਾਜ ਵਾਲੇ ਤਾਂ ਬਹੁਤ ਨੀਚ ਆਦਮੀ ਨੇ। ਉਹ ਤਾਂ ਨੀਚ ਨੇ ਬਿਲਕੁਲ। ਕਹਿੰਦੇ ਨੇ ਅਸੀਂ ਖਾਲਸਾ ਹੈ ਨੀਚ। ਇਹੋ ਜਿਹਾ ਨੀਚ ਖਾਲਸਾ ਨਹੀਂ ਹੁੰਦਾ। ਗੁਰੂ ਦਾ ਖਾਲਸਾ ਨਹੀਂ ਜੋ ਪਤਾ ਨਹੀਂ ਖਾਲਸਾ ਕਿਉਂ ਕਹਾਉਂਦੇ ਨੇ। ਹਾਂਜੀ ਮੰਤਰੀ ਹੈ ਬਾਚ ਲੱਚ ਜੋ ਨਿਰਪ ਮਾਰੀ ਹੈ ਤਬ ਹੋਤ ਹੈ ਨਿਰਪ ਮੇਦ। ਹੁਣ ਉਹ ਕਹਿੰਦਾ ਉਹਨੇ ਕਹਿਤਾ ਦਿੱਤਾ ਵੀ ਪਹਿਲਾਂ ਤਾਂ ਉਹਦੇ ਮਨ ਦੇ ਵਿੱਚ ਸੀ ਰਾਜੇ ਦੇ, ਹੁਣ ਮੰਤਰੀ ਆਵਾਜ਼ ਹੈ। ਨਹੀਂ ਨਹੀਂ ਨਹੀਂ, ਜਦ ਸਮਾਨ ਸਾਰਾ ਇਕੱਠਾ ਹੋ ਕੇ ਦੇਖ ਕੇ ਫਿਰ ਐਲਾਨ ਕੀਤਾ ਉਹਨੇ ਵੀ ਰਾਜਮੇਧ ਕਰੋ, ਤਾਂ ਮੰਤਰੀ ਬੋਲਿਆ। ਪਹਿਲਾਂ ਜਦ ਇੱਥੇ ਆਇਆ ਸਾਰੇ ਪਰਿਵਾਰ ਇਕੱਠਾ ਲੈ ਕੇ ਉਹਦੇ ਮਨ 'ਚ ਇਹ ਗੱਲ ਹੈ, ਰਾਜਮੇਧ ਕਰਨ ਐਲਾਨ ਨਹੀਂ ਕੀਤਾ ਹੋਇਆ ਕਿ ਮੰਤਰੀ ਪਹਿਲਾਂ ਬੋਲਦਾ ਨਹੀਂ। ਜਦ ਮੰਤਰੀ ਬੋਲਿਆ ਤਾਂ ਇਹਦਾ ਮਤਲਬ ਐਲਾਨ ਜਦ ਕੀਤਾ, ਕੁਛ ਲਿਖਿਆ ਹੁੰਦਾ ਕੁਛ ਅਸੀਂ ਵੀ ਅੰਦਾਜ਼ਾ ਲਾਉਣਾ ਹੁੰਦਾ। ਪਹਿਲਾਂ ਜੋ ਕੁਛ ਆਇਆ ਉਹਦੇ ਮਨ ਦੀ ਗੱਲ ਕਰੀ ਹੈ ਦਸਮ ਪਾਤਸ਼ਾਹ ਨੇ, ਉਹਦੇ ਮਨ ਵਿੱਚ ਅਸੀਂ ਮਾਇਆ ਕਰਨਾ। ਫਿਰ ਉਹਨੇ ਸਾਰਾ ਦੇਖਿਆ, ਚੈੱਕ ਕੀਤਾ, ਸਮਾਨ ਆ ਗਿਆ ਜਿੰਨਾ ਚਾਹੀਦਾ, ਜਿੰਨਾ ਉਹਨੇ ਸੁਣਿਆ ਸੀ ਜਾਂ ਬ੍ਰਾਹਮਣਾਂ ਨਾਲ ਕਿਸੇ ਨੇ ਸਲਾਹ ਕੀਤੀ ਹੋਊ। ਜਦ ਉਹਨੇ ਕਿਹਾ ਸਮੱਗਰੀ ਪੂਰੀ ਹੋ ਗਈ ਜਿੰਨੀ ਚਾਹੀਦੀ ਹੈ, ਫਿਰ ਉਹਨੇ ਕਿਹਾ, ਫਿਰ ਉਹਨੇ ਹੰਕਾਰ ਕੀਤਾ ਵੀ ਹੁਣ ਇਹ ਰਾਜਮਹਿਲ ਦੇ ਅੱਗ ਹੋ ਸਕਦਾ। ਮੈਂ ਉਸ ਟੀਸੀ ਨੂੰ ਪਹੁੰਚ ਗਿਆ ਜਿਹੜੀ ਟੀਸੀ ਨੂੰ ਕੋਈ ਪਹੁੰਚਿਆ ਹੀ ਨਹੀਂ ਸੀ ਜੋ ਤੋਂ ਬਾਅਦ, ਇੱਥੋਂ ਹੰਕਾਰ ਹੋਇਆ ਉਹਨੂੰ ਵੀ ਸਤਿਯੁਗ ਦੇ ਵਿੱਚ ਇੱਕ ਆਦਮੀ ਨੇ ਯੱਗ ਕੀਤਾ, ਦੂਜੇ ਆਦਮੀ ਦਾ ਨਾਂ ਹੀ ਨਹੀਂ ਆਇਆ ਹੋਇਆ ਇੱਥੇ। ਜੰਬ ਰਾਜਾ ਕੋਈ ਉਹਨੇ ਯੱਗ ਕੀਤਾ ਸੀ ਸਤਿਯੁਗ ਦੇ ਵਿੱਚ, ਉਹਦੇ ਬਾਅਦ ਨਹੀਂ ਕਿਸੇ ਨੇ ਯੱਗ ਕੀਤਾ, ਇਹ ਰਾਜਾ ਕਹਿ ਰਿਹਾ। ਮੰਤਰੀ ਕਹਿੰਦਾ ਵੀ ਗੱਲ ਇਹ ਹੈ ਜੇ 1,25,000 ਰਾਜਾ 1,00,000 ਰਾਜੇ ਦਾ ਜੇ ਤਾਂ ਬਲੀ ਦੇ ਕੇ ਯੱਗ ਕਰਨਾ, ਤੈਨੂੰ ਪਤਾ ਖਰਚਾ ਕਿੰਨਾ ਹੋਊ? ਮੰਤਰੀ ਨੂੰ ਇਹ ਨਹੀਂ ਪਤਾ ਹੈ ਵੀ ਇਹਦੇ ਕੋਲ ਧਨ ਕਿੰਨਾ ਹੈ। ਮੰਤਰੀ ਤੋਂ ਵੀ ਚੋਰੀ ਹੈ ਸਾਰਾ। ਲੱਛ ਜੋ ਨਿਰਪ ਮਾਰੀ ਹੈ ਤਾਂ ਬਹੁਤ ਹੈ ਨਿਰਪ ਮੇਦ। ਕਹਿੰਦਾ 1,00,000 ਨਿਰਪ ਮਾਰੇ ਤੇ ਹੋਊਗਾ, ਇਹ ਤੋਂ ਘੱਟ ਨਾ ਨਹੀਂ ਆਉਣਾ ਨਿਰਪ ਮੇਦ ਅੱਗ, ਮੰਤਰੀ ਕਹਿਣ ਲੱਗਿਆ। ਮੰਤਰੀ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਰਾਜੇ ਨੂੰ, ਪਰ ਉਹ ਅੰਦਰਖਾਨੇ ਜੁੜਿਆ ਹੋਇਆ ਬ੍ਰਾਹਮਣਾਂ ਨਾਲ। ਮੰਤਰੀ ਦਾ ਬ੍ਰਾਹਮਣਾਂ ਨਾਲ ਘੱਟ ਲਿੰਕ ਹੈ ਕਿ ਉਹ ਰਾਜੇ ਦੇ ਮਨ ਦੇ ਵਿੱਚ ਗੱਲ ਹੈ, ਉਹ ਪੰਡਿਤ ਨੂੰ ਪਤਾ ਹੈ ਰਾਜੇ ਨੂੰ ਪਤਾ ਹੈ। ਮੰਤਰੀ ਨਾਲ ਸਲਾਹ ਕੋਈ ਨਹੀਂ, ਮੰਤਰੀ ਨਾਲ ਸਲਾਹ ਹੁੰਦੀ ਹੈ ਬਾਹਰਲੇ ਰਾਜ ਦੀ, ਧਰਮ ਦੀ। ਇਹਦੀ ਮੰਤਰੀ ਨਾਲ ਕੀ ਸਲਾਹ ਕਰਨੀ ਹੈ? ਇਹਦੀ ਸਲਾਹ ਕਰਨੀ ਹੈ ਪੰਡਿਤ ਨਾਲ ਜਿਹਨੇ ਯੱਗ ਕਰਾਉਣਾ। ਮੰਤਰੀ ਨਾਲ ਰਾਜ ਪ੍ਰਬੰਧ ਦੀ ਸਲਾਹ ਹੈ, ਅੱਡੋ ਅੱਡ ਨੇ ਦੋਵੇਂ ਮਹਿਕਮੇ। ਏਕ ਏਕ ਅਨੇਕ ਸੰਪਤ ਦੀਜੀਏ ਭਵੀ ਖੇਦ। ਇਕੱਲੇ ਇਕੱਲੇ ਬ੍ਰਾਹਮਣ ਨੂੰ ਬਹੁਤ ਤਕੜਾ ਦਾਨ ਦੇਣਾ ਪੈਣਾ, ਯਾਨੀ ਤਾਂ ਦੇਣਾ ਪੈਣਾ ਕਿ ਉਹ ਪਾਪ ਜਿਹੜਾ ਹੋਣਾ ਉਹਨੂੰ ਨਿਊਟਰਲਾਈਜ਼ ਕਰਨ ਵਾਸਤੇ। ਇਹਦਾ ਮਤਲਬ ਹੈ ਵੀ ਬ੍ਰਾਹਮਣਾਂ ਨੂੰ ਦੇ ਦਿਓ ਦੌਲਤ, ਬਣ ਦਿਓ ਲੋਕਾਂ ਦੀ ਰਾਜਿਆਂ ਦੀ ਇਕੱਠੀ ਕਰਕੇ, ਰਾਜਾ ਨੂੰ ਮਾਰ ਦਿਓ। ਪਰ ਬ੍ਰਾਹਮਣ ਨੇ ਕੁਛ ਨਹੀਂ ਕੀਤਾ, ਲੜੇ ਛਤਰੀ ਨੇ, ਮੂਰਖ ਛਤਰੀ ਬਣਾ ਕੇ ਰੱਖੇ। ਪੈਸਾ ਫਿਰ ਪੰਡਿਤ ਕੋਲ ਆ ਗਿਆ, ਲੜਦੇ ਮਰਦੇ ਰਹੇ, ਇਹ ਅਕਲ ਨਾ ਖਾਂਦੇ ਰਹੇ ਨੇ। ਹਾਂ ਅਕਲ ਤੇ ਖਾਲੀ ਰਹੇ ਨੇ ਕੌਣ? ਸਿੱਖ ਦੇ ਬਿਲਕੁਲ ਖਾਲੀ ਨੇ ਅਕਲ ਤੇ। ਔਰ ਇਹ ਗ੍ਰੰਥ ਨੂੰ ਕਿਉਂ ਨਹੀਂ ਪੜ੍ਹਨ ਦਿੰਦੇ? ਅਕਲ ਆ ਜੂਗੀ ਇਹਦੇ ਨਾਲ, ਪਤਾ ਲੱਗ ਜੂਗਾ ਸਾਰਾ। ਇਹ ਬਾਮਣੇ ਨੇ ਜਿਹੜੇ ਗ੍ਰੰਥ ਨਹੀਂ ਪੜ੍ਹ ਦਿੰਦੇ ਅਸਲ ਦੇ ਵਿੱਚ। ਕੁਛ ਗ੍ਰੰਥ ਇਹੋ ਜਿਹੇ ਨੇ, ਬਾਮਣਾਂ ਦੀ ਪੋਲ ਖੁੱਲੀ ਹੋਈ ਹੈ ਉੱਥੇ, ਲਿਖਾਏ ਹੋਏ ਨੇ ਸਿਆਣਿਆਂ ਦੇ, ਲਿਖਾਏ ਹੋਏ ਨੇ, ਬਾਮਣਾਂ ਦੀ ਪੋਲ ਵੀ ਖੋਲੀ ਹੋਈ ਹੈ। ਔਰ ਜੇ ਤਾਂ ਇਹਨੂੰ ਮੰਨ ਲਵੇ ਦੂਏ ਲੋਟ, ਫਿਰ ਤਾਂ ਬਾਮਣ ਨੂੰ ਦਾਨ ਦੇਣਾ ਚਾਹੀਦਾ। ਜੇ ਦੂਏ ਪਾਸੇ ਨੂੰ ਵਿਚਾਰ ਲਵੇ ਫਿਰ ਬਾਮਣ ਕਟਹਿਰੇ 'ਚ ਖੜਾ ਹੋ ਜਾਂਦਾ। ਹਾਂ ਦਸਮ ਪਾਤਸ਼ਾਹ ਕਟਹਿਰੇ 'ਚ ਖੜਾ ਕਰ ਰਹੇ ਨੇ ਪੰਡਿਤ ਨੂੰ। ਉਹ ਅਸੀਂ ਇਸ ਐਂਗਲ ਤੋਂ ਪੜ੍ਹਨਾ ਇਹਨੂੰ, ਇਸ ਐਂਗਲ ਤੋਂ ਨਹੀਂ ਪੜ੍ਹਨਾ ਵੀ ਅਸੀਂ ਰਾਜ ਯੱਗ ਕਰਨਾ, ਅਸੀਂ ਦਾਨ ਕਰਨਾ, ਅਸੀਂ ਰਾਜੇ ਇੰਨੇ ਇਕੱਠੇ ਕਰਕੇ ਧੰਨ ਬਾਹਮਣ ਨੂੰ ਦੇ ਦੇਣਾ, ਇਸ ਕਰਕੇ ਨਹੀਂ ਅਸੀਂ ਪੜ੍ਹਦੇ। ਅਸੀਂ ਪੜ੍ਹਦੇ ਹੁਣ ਕਰਦੇ ਕੀ ਰਹੇ ਨੇ, ਇਹ ਹੁੰਦਾ ਕੀ ਰਹੇ, ਅੱਜ ਕੀ ਕਰ ਰਹੇ ਨੇ,
ਆ ਜਿਹੜੇ ਹਿੰਦੂਤ ਵਾਲੇ ਨੇ ਉਹਨਾਂ ਦਾ ਇਰਾਦਾ ਕੀ ਹੈ, ਜਿਹੜਾ ਇੰਨਾ ਪੈਸਾ ਖਰਚ ਕਰ ਰਹੇ ਨੇ ਸਾਰੇ, ਮਤਲਬ ਹੈ ਇਹਨਾਂ ਨੂੰ ਅੰਮ੍ਰਿਤਸਰ ਤਨਖਾਹਾਂ ਵੀ ਦੇ ਰਹੇ ਨੇ, ਕਿਉਂ ਦੇ ਰਹੇ ਨੇ ਆਪਣੀ ਜੇਬ 'ਚੋਂ ਖਰਚਾ, ਕਿਉਂ ਕਰ ਰਹੇ ਨੇ ਅੰਦਰਖਾਨੇ ਜਿਹੜੇ ਪੈਸੇ ਦੇ ਰਹੇ ਨੇ, ਕਿਉਂ ਦੇ ਰਹੇ ਨੇ? ਆ ਜਿਹੜੇ ਖਰਬਾਂ ਰੁਪਏ ਮੰਦਰਾਂ 'ਚ ਨੇ, ਇਹਨਾਂ ਦਾ ਖਤਰਾ ਪੈ ਗਿਆ ਇਹਨਾਂ ਨੂੰ ਚੜਾਵਾ ਦਾ, ਚੜਾਵੇ ਦਾ। ਇਹ ਛੂਟਾਂ ਨੇ, ਉਹ ਛੂਟਾਂ ਨਹੀਂ ਰਹਿਣੀਆਂ ਹੁਣ। ਹੋ ਸਕਦਾ ਸਰਕਾਰ ਪਬਲਿਕ ਕਬਜ਼ਾ ਕਰ ਲਵੇ ਮੰਦਰਾਂ 'ਤੇ ਇਹਨਾਂ 'ਤੇ, ਵੀ ਪੈਸਾ ਹੈ ਜੇ ਪਰਮੇਸ਼ੁਰ ਦਾ ਪੈਸਾ, ਪਰਮੇਸ਼ੁਰ ਦੀ ਪਬਲਿਕ ਇਹਦੇ ਵਾਸਤੇ ਹੈ, ਤੁਹਾਡੇ ਵਾਸਤੇ ਨਹੀਂ। ਇਹਨਾਂ ਦਾ ਕਬਜ਼ਾ ਹੀ ਚੱਕ ਦੇਵੇ, ਤੁਸੀਂ ਠੇਕੇਦਾਰ ਹੋ, ਪੁਜਾਰੀ ਠੇਕੇਦਾਰ ਨੇ ਰੱਬ ਦੇ, ਪਬਲਿਕ ਰੱਬ ਦੀ ਹੈ, ਵੋਟਾਂ ਪਾ ਲਓ, ਕਿਹਦਾ ਜਾਊ ਪੈਸਾ ਜਾਊ? ਸਾਰੀ ਉਹ ਪਬਲਿਕ ਬਣਦੀ ਹੈ, ਸਾਰੀ ਪਬਲਿਕ ਚੜਾਵਾ ਚੜਾਉਂਦੀ ਹੈ, ਵੋਟਾਂ ਪਾਓ, ਪੈਸਾ ਕਿੱਥੇ ਲੱਗਣਾ ਚਾਹੀਦਾ? ਸਰਕਾਰ 'ਚ ਲੱਗਣਾ ਚਾਹੀਦਾ, ਪਬਲਿਕ ਵਾਸਤੇ ਹੀ ਲੱਗਣਾ ਚਾਹੀਦਾ, ਕਿਉਂ ਨਹੀਂ ਲਾਉਂਦੇ ਪਬਲਿਕ ਵਾਸਤੇ? ਸਰਕਾਰਾਂ ਪਬਲਿਕ ਵਾਸਤੇ ਲਾਉਂਦੀਆਂ ਨੇ ਪੈਸੇ, ਇਹਦੇ ਨਾਲ ਤਾਂ ਉਹ ਚੰਗੇ ਨੇ ਅਮਰੀਕਾ ਵਾਲੇ ਜਿਹੜੇ ਪੈਸੇ ਉਹ ਕੈਂਸਰ ਵਾਲਿਆਂ ਨੂੰ ਪੈਸੇ ਗਰੀਬ ਦੇਸ਼ਾਂ ਨੂੰ, ਉਹ ਚੰਗੇ ਨੇ ਤੁਹਾਡੇ ਮੰਦਰਾਂ ਤੋਂ, ਉਹ ਧਾਰਮਿਕ ਨੇ। ਤੁਹਾਡਾ ਪੈਸਾ ਕਿਸ ਵਾਸਤੇ ਹੈ? ਗੁਰਦੁਆਰਿਆਂ ਦਾ ਪੈਸਾ ਕਿਸ ਵਾਸਤੇ ਹੈ? ਫਰੋਡ ਕਰਨ ਵਾਸਤੇ ਹੈ? ਤੁਸੀਂ ਇਕੱਲੇ ਠੇਕੇਦਾਰ ਹੋ ਰੱਬ ਦੇ। ਹਾਂਜੀ, ਲੱਛ ਲੱਛ ਤਰੰਗ ਇੱਕ ਹੈ ਦੀਜੀਏ ਅਭਿਚਾਰ, ਲੱਖ ਲੱਖ ਤਰੰਗ ਇੱਕ ਹੈ, ਇੱਕ ਬਾਹਮਣ ਨੂੰ ਇੱਕ ਇੱਕ ਲੱਖ ਘੋੜਾ ਦਿਓ, ਦੀਜੀਏ ਅਭਿਚਾਰ। ਹਾਂ, ਇੱਕ ਇੱਕ ਲੱਖ ਘੋੜਾ, ਔਰ ਉਹਦੇ 'ਤੇ ਓਨਾ ਧਨ ਲੱਦ ਕੇ ਜਿੰਨਾ ਉਹ ਚੱਕ ਲਵੇ ਘੋੜਾ, ਉਹ ਇੰਨਾ ਚਾਹੀਦਾ। ਉਹ ਕਹਿ ਰਿਹਾ ਮੰਤਰੀ ਵੀ ਇੰਨਾ ਸਾਡੇ ਕੋਲ ਹੈ ਨਹੀਂ, ਤੂੰ ਕਰ ਕਿਵੇਂ ਕਰ ਲਏਗਾ, ਇੰਨਾ ਕੁ ਚਾਹੀਦਾ। ਉਹਨੂੰ ਨਹੀਂ ਪਤਾ ਵੀ ਸਭ ਕੁਛ ਆ ਗਿਆ ਪਿਆ, ਇਕੱਠਾ ਕੀਤਾ, ਮੰਤਰੀ ਨੂੰ ਨਹੀਂ ਪਤਾ ਹੈਗਾ ਵੀ ਇੰਨਾ ਕੁ ਚਾਹੀਦਾ, ਸਾਡੇ ਕੋਲ ਇੰਨਾ ਖਜ਼ਾਨਾ ਹੈ ਕਿੱਥੇ। ਜਗ ਪੂਰਨ ਹੋਤ ਹੈ ਸੁਣ ਰਾਜ ਰਾਜ ਅਵਤਾਰ, ਹਾਂ ਹੈ ਰਾਜ ਅਵਤਾਰ, ਤਾਂ ਜਗ ਪੂਰਨ ਹੁੰਦਾ ਹੁੰਦਾ। ਇੱਕ ਬ੍ਰਾਹਮਣ ਨੂੰ, ਸਵਾ ਲੱਖ ਬ੍ਰਾਹਮਣ ਨੂੰ, ਜੇ ਨਾ ਇੱਕ ਲੱਖ ਜੇ ਬੰਦਾ ਮਾਰਨਾ, ਇੱਕ ਲੱਖੇ ਬ੍ਰਾਹਮਣ ਨੂੰ ਇੱਕ ਇੱਕ ਲੱਖ, ਇੱਕ ਇੱਕ ਲੱਖ ਘੋੜਾ ਇੱਕ ਨੂੰ, ਲੱਛ ਲੱਛ ਤਰੰਗ ਕਹਿ ਦੀਜੀਏ, ਲੱਛ ਲੱਛ ਤਰੰਗ, ਇੱਕ ਲੱਖ ਘੋੜਾ ਇੱਕ ਬ੍ਰਾਹਮਣ ਨੂੰ ਦੇਣਾ, ਇੱਕ ਲੱਖ ਕਤਲ ਦਾ ਇੱਕ ਇਕੱਲੇ ਬ੍ਰਾਹਮਣ ਨੂੰ ਦਾਨ ਦੇਣਾ, ਤਾਂ ਉਹ ਤੇਰਾ ਜਿਹੜਾ ਪਾਪ ਲਹੂਗਾ, ਪਾਪ ਤਾਂ ਨਹੀਂ ਕਹਿ ਰਿਹਾ, ਜਗ ਸੰਪੂਰਨ ਰਹੂਗਾ, ਦਾਨ ਦਾ ਪਾਪ ਮੁਕਤੀ ਦੀ ਗੱਲ ਹੈ, ਪਾਪ ਨਹੀਂ ਕਹਿ ਰਿਹਾ। ਜੇ ਪਾਪ ਕਹਿੰਦੇ ਫਿਰ ਜਗ ਨਹੀਂ ਬਣਦਾ, ਅਸਲ 'ਚ ਪਾਪ ਨਿਊਟਰਲਾਈਜ਼ ਕਰਨਾ ਹੈ, ਵੀ ਪੰਡਿਤ ਨੂੰ ਦਾਨ ਕਰਤਾ, ਹੁਣ ਮੇਰੇ 'ਤੇ ਪਾਪ ਨਹੀਂ ਹੈ, ਫਿਰ ਪੰਡਿਤ ਪੰਡਿਤ ਤਾਂ ਹੋ ਗਿਆ ਪਾਪ। ਹਾਂਜੀ, ਭਾਤ ਭਾਤ ਸਮ੍ਰਿਧ ਸੰਪਤੀ ਦੀਜੀਏ ਇੱਕ ਵਾਰ, ਇੱਕੋ ਵਾਰ ਭਾਂਤ ਭਾਂਤ ਦੀ ਜਿਹੜੀ ਹੈ ਸੰਪਤੀ, ਇੱਕੋ ਵਾਰ ਇਕੱਠੀ ਦੇਣੀ ਹੈ, ਕਿਸ਼ਤਾਂ 'ਚ ਨਹੀਂ ਦੇ ਸਕਦੇ। ਜੇ ਧਨ ਹੈ ਤਾਂ ਧਨ ਭਰ ਕੇ ਘੋੜਾ ਜਿੰਨਾ ਚੱਕਦਾ ਉਹ ਦੇ ਦਿੱਤਾ ਇੱਕ ਵਾਰ, ਫਿਰ ਜਿਹੜਾ ਹੈ ਕਣਕ ਕੋਈ ਦਾਣਾ ਅੰਨ ਉਹਦਾ ਜਿੰਨਾ ਘੋੜਾ ਚੱਕਦਾ ਉਹ ਦੇ ਦਿੱਤੀ, ਸਮਝੇ ਨੀ? ਭਾਂਤ ਭਾਂਤ ਦੇ ਨੇ ਨਾ ਇਹ ਧਨ, ਫਿਰ ਉਹਨੂੰ ਘਿਓ ਪੂਰਾ ਘਿਓ ਭਰ ਕੇ ਦੇ ਦਿੱਤਾ, ਉਹਨਾਂ ਮਿੱਠਾ ਉਹਨਾਂ ਮਿੱਠਾ ਦੇ ਦਿੱਤਾ, ਖਾਣ ਨੂੰ ਵੀ ਤਾਂ ਦੇਣਾ ਕੁਛ। ਹਾਂਜੀ, ਲੱਛ ਹਸਤ ਤੁਰੰਗ ਦਵੈ ਲੱਛ ਸਵਰਨ ਭਾਰ ਅਪਾਰ, ਲੱਖ ਹਸਤ ਤੁਰੰਗ ਦਵੈ ਲੱਛ, ਪਹਿਲਾਂ ਕੀ ਲਿਖਿਆ ਸੀ? ਇੱਕ ਲੱਖ ਭਾਂਤ ਭਾਂਤ ਸਮ੍ਰਿਧ ਸੰਪਤੀ, ਨਹੀਂ ਪਹਿਲਾਂ ਕੀ ਲਿਖਿਆ, ਪਹਿਲੀ ਪੰਕਤੀ ਕੀ ਸੀ? ਅੱਗੇ ਲੱਛ ਲੱਛ ਤੁਰੰਗ ਇੱਕ ਹੈ ਦੀਜੀਏ ਅਵਿਚਾਰ, ਅੱਛਾ, ਜਗ ਪੂਰਨ ਹੋਤ ਹੈ ਸੁਣ ਰਾਜ ਰਾਜ ਅਵਤਾਰ, ਅੱਛਾ, ਦੋ ਲੱਖ ਨਾ ਇੱਕ ਲੱਖ ਹਾਥੀ, ਲੱਛ ਹਸਤ ਤੁਰੰਗ ਦਵੈ ਲੱਛ, ਦੋ ਲੱਖ ਘੋੜਾ ਸਵਰਨ ਭਾਰ ਉਪਾਰ, ਸਵਰਨ ਭਾਰ ਮਤਲਬ ਹੈ ਦੋ, ਇਹ ਐਂ ਅਸਲ ਦੋ ਲੱਖ ਘੋੜਾ ਨਹੀਂ, ਇੱਕ ਘੋੜੇ ਨੂੰ ਦੋ ਵਾਰ ਸਵਰਨ ਲੱਦ ਕੇ ਦੇਣਾ,
ਘੋੜਾ ਲੱਖੇ ਹੈ, ਦੋ ਵਾਰ ਸੋਨਾ ਦੇਣਾ। ਫਰਜ਼ ਕੀਤਾ ਇੱਕ ਕੁਇੰਟਲ ਘੋੜਾ ਚੱਕ ਲੈਂਦਾ ਜੇ, ਤਾਂ ਦੋ ਕੁਇੰਟਲ ਸੋਨਾ ਦੇਣਾ ਉਹਨੂੰ, ਦੋ ਭਾਰ ਹੋ ਗਏ ਨਾ, 2,50,000 ਭਾਰ ਨਾਲ ਲਾਤਾ ਨਾ, ਯਾਨੀ 2,00,000 ਭਾਰ ਸੋਨਾ ਦੇਣਾ, 1,00,000 ਘੋੜਾ ਦੇਣਾ, 2,00,000 ਭਾਰ ਜਿੰਨਾ ਘੋੜਾ ਚੱਕ ਸਕੇ ਡਬਲ ਦੇਣਾ। ਕੋਟ ਕੋਟ ਦਿਜੇ ਕੇ ਦੀਜੀਏ ਅਭੀ ਲੰਬ, ਕੋਟ 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 ਦਿਜੇ ਦਿਜ ਇੱਕ ਦੀਜੀਏ ਅਭੀ ਲੰਬ, ਇੱਕ ਇੱਕ ਕਰੋੜ ਉਹਨਾਂ ਨੂੰ ਕੀ ਦੇਣਾ, ਕਰੋੜ ਜਾਣੀ ਦਿਜ ਨੂੰ ਪੰਡਿਤ ਨੂੰ, ਇੱਕ ਕਰੋੜ ਪੰਡਿਤ ਨੂੰ ਇੱਕੋ ਵਾਰੇ ਚੀਜ਼ ਦੇਣੀ ਹੈ। ਪੰਡਿਤ ਕਰੋੜ ਹੈ, ਲੱਖ ਨਹੀਂ ਹੈ, ਫਿਰ 1,00,000 ਘੋੜਾ 1,00,000 ਹਾਥੀ ਹੈ, ਪੰਡਿਤ ਕਰੋੜ ਹੈ। ਇਹ ਕਰੋੜ ਦਿਜ ਦਿਜ ਬਾਹਮਣ ਨੂੰ ਕਹਿੰਦੇ, ਇਹਨਾਂ ਨੂੰ ਦੇਣਾ। ਜਗ ਪੂਰਨ ਹੋਏ ਤੋਂ ਸੁਣ ਰਾਜ ਰਾਜ ਅਸੰਭਵ, ਹੇ ਰਾਜੇ, ਰਾਜਿਆਂ ਦੇ ਰਾਜੇ, ਫਿਰ ਤੂੰ ਸਮਝੋ ਫਿਰ ਸੰਭਵ ਹੈ ਜਗ ਦਾ ਪੂਰਨ ਹੋਣਾ, ਇਹ ਪੂਰਨ ਹੋ ਜਾਣਾ। ਅਸੰਭਵ ਜਿਹੜਾ ਕੰਮ ਹੈ ਜਗ ਦਾ ਪੂਰਨ ਹੋਣਾ, ਫਿਰ ਪੂਰਾ ਹੋਊਗਾ। ਪਾਰਸਨਾਥ ਬਾਚ ਰੂਆਲ ਛੰਦ, ਸਵਰਨ ਕੀ ਨਾ ਇਤੀ ਕਮੀ ਜੋ ਟੂਟ ਹੈ ਬਹੁ ਵਰਖ, ਕਹਿੰਦਾ ਇੰਨੀ ਕਮੀ ਸਵਰਨ ਸੋਨੇ ਦੀ ਨਹੀਂ ਹੈ ਮੇਰੇ ਕੋਲ, ਤਾਂ ਕਈ ਸਾਲ ਤੂੰ ਘੋੜੇ ਭਰ ਭਰ ਕੇ ਦੇਈ ਜਾਈ, ਮੁੱਕਦਾ ਹੀ ਨਹੀਂ, ਤੈਨੂੰ ਨਹੀਂ ਪਤਾ, ਰਮਦਾ ਮੰਤਰੀ ਨੂੰ ਨਹੀਂ ਪਤਾ ਹੈ, ਕੋਈ ਕਮੀ ਨਹੀਂ ਸੋਨੇ ਦੀ, ਕਈ ਵਰਖ ਤੱਕ ਤੂੰ ਹਾਥੀ ਘੋੜੇ ਭਰ ਭਰ ਦੇਈ ਜਾਈ ਤਾਂ ਨਹੀਂ ਮੁੱਕਦਾ, ਇੰਨਾ ਪਿਆ। ਇਹ ਤਾਂ ਮਤਲਬ ਉਹਨੂੰ ਪਤਾ ਨਹੀਂ ਹੈ। ਹਸਤ ਕੀ ਨਾ ਕਮੀ ਮੁਝੇ ਹਈ ਸਾਰ ਲੀਜੈ ਪਰਖ, ਹਈ ਸਾਰ ਜਾ ਕੇ ਦੇਖ ਲੈ ਉੱਥੇ ਹਾਥੀਆਂ ਦੇ ਸਤਬਲ ਦੇ ਵਿੱਚ, ਹਾਥੀਆਂ ਦੀ ਕੋਈ ਕਮੀ ਨਹੀਂ, ਦੇਖ ਜਾ ਕੇ ਕਰਨੇ ਨੇ, ਇੱਥੇ ਬੈਠਾ ਗੱਲਾਂ ਕਰੀ ਜਾਂਦਾ ਤੂੰ ਬਾਹਰੇ। ਹਾਥੀ ਜਿਹੜਾ ਹਾਥੀ ਦਾ ਜਿੱਥੇ ਹਾਥੀ ਨੇ ਅਸਤਬਲ ਹੈ, ਹਾਥੀਆਂ ਦਾ ਘੋੜਿਆਂ ਦਾ ਅਸਤਬਲ ਹੁੰਦਾ, ਹਾਥੀ ਘਰ 'ਚ ਜਾ ਕੇ ਦੇਖ ਲੈ ਕਿੰਨੇ ਹਾਥੀ ਨੇ, ਕੋਈ ਕਮੀ ਨਹੀਂ ਹੈ ਹਾਥੀਆਂ ਦੀ। ਔਰ ਜੋ ਧਨ ਚਾਹੀਏ ਸੋ ਲੀਜੀਏ ਅਭਿਚਾਰ, ਹੋਰ ਕਹਿੰਦੇ ਜਿੰਨਾ ਧਨ ਜਿਹੜਾ ਚਾਹੀਦਾ ਉਹ ਵੀ ਦੱਸਦੀ ਤੂੰ, ਵਿਚਾਰ ਲਈ ਉਹ ਵੀ ਬਥੇਰਾ ਆਪਣੇ ਕੋਲ, ਕੋਈ ਕਮੀ ਨਹੀਂ ਕਿਸੇ ਗੱਲ ਦੀ। ਵੱਡੀਆਂ ਗੱਲਾਂ ਸੋਨੇ ਦੀਆਂ ਹੁੰਦੀਆਂ ਨੇ, ਇਹ ਹਾਥੀ ਘੋੜਿਆਂ ਦੀਆਂ ਹੁੰਦੀਆਂ, ਘੋੜਿਆਂ ਦੀ ਨਹੀਂ ਹੁੰਦੀ, ਹਾਥੀਆਂ ਦੀ ਹੁੰਦੀ। ਬਾਕੀ ਧਨ ਤੂੰ ਦੇਖ ਲਈ ਜਿਹੜਾ ਚਾਹੀਦਾ ਬਥੇਰਾ ਆਪਣੇ ਕੋਲ, ਕੋਈ ਕਮੀ ਨਹੀਂ ਹੈਗੀ। ਚਿਤ ਮੈਂ ਨਾ ਕਛੂ ਕਰੋ ਸੁਣ ਮੰਤਰ ਮਿੱਤਰ ਅਵਤਾਰ, ਮੰਤਰੀ ਨੂੰ ਕਹਿੰਦਾ ਤੂੰ ਚਿੱਤ 'ਚ ਕੋਈ ਇਹੋ ਜਿਹੀ ਗੱਲ ਨਾ ਲਿਆਈ, ਤੂੰ ਨਾ ਫਿਕਰ ਕਰ, ਸਭ ਕੁਛ ਹੈਗਾ, ਤੂੰ ਗੱਲ ਕਰ ਜੱਗ ਸ਼ੁਰੂ ਕਰਾਉਣ ਦੀ, ਸ਼ੁਰੂ ਕਰਾਉਣ ਦੀ ਗੱਲ ਕਰ, ਤੂੰ ਆ ਗੱਲਾਂ ਛੱਡ, ਇਹਦਾ ਨਾ ਤੂੰ ਫਿਕਰ ਕਰ, ਮੇਰਾ ਪਹਿਲਾਂ ਇੰਤਜ਼ਾਮ ਕੀਤਾ ਹੋਇਆ। ਨਿਰਪੁੱਛ ਰਹੇ ਹੋ, ਇੱਕ ਗੱਲ ਹੋਰ ਹੈ ਇੱਥੇ, ਮੰਤਰੀ ਹਮੇਸ਼ਾ ਰਾਜੇ ਨੂੰ ਸਿਆਣਾ ਹੁੰਦਾ, ਬਸ ਇਸ ਰਾਜੇ ਦਾ ਮੰਤਰੀ ਨੂੰ ਕੋਈ ਭੇਦ ਨਹੀਂ, ਇਹਦਾ ਮਤਲਬ ਬੁੱਧਵਾਨ ਦੀ ਗੱਲ ਹੈ, ਫਿਰ ਉੱਥੇ ਬੁੱਧੀ ਦੀ ਗੱਲ ਆ ਗਈ, ਕੋਈ ਐਸਾ ਬੁੱਧਵਾਨ ਮੰਤਰੀ ਨਹੀਂ ਇਹਦੇ ਕੋਲ, ਇਹਦੇ ਨਾਲ ਬੁੱਧੀ ਜ਼ਿਆਦਾ ਕਿਸੇ ਦੀ ਹੈ ਹੀ ਨਹੀਂ। ਬੁੱਧੀਵਾਨ ਆਦਮੀ ਹੋਵੇ ਤਾਂ ਮੰਤਰੀ ਮਿਲੇ, ਬੁੱਧੀਵਾਨ ਬੰਦਾ ਹੀ ਨਹੀਂ ਕੋਈ ਇਹਦੇ ਨਾਲ ਜ਼ਿਆਦਾ, ਸਭ ਗੱਲ ਆਪ ਕਰਦਾ ਆਪਣੇ ਕੰਟਰੋਲ 'ਚ, ਇਹਦੇ 'ਚ ਇਹਨੂੰ ਗਿਆਨ ਹੈ, ਮੰਤਰੀ ਨੂੰ ਕੋਈ ਗਿਆਨ ਨਹੀਂ। ਮੰਤਰੀ ਇੰਨੇ ਦੇਸ਼ਾਂ ਦਾ ਰਾਜਾ ਹੋਵੇ, ਮੰਤਰੀ ਕੀ ਕਰ ਲੂਗਾ, ਸਾਰਿਆਂ ਨੂੰ ਅਟੈਂਡ ਕਰਨਾ ਉਹਨੇ, ਸਾਰਿਆਂ ਦੀਆਂ ਗੱਲਾਂ ਤਕਲੀਫਾਂ ਸੁਣਨੀਆਂ ਨੇ, ਮੰਤਰੀ ਕੋਲ ਇੰਨਾ ਟਾਈਮ ਕਿੱਥੇ ਹੁੰਦਾ, ਪਰ ਉਹ ਸਾਰੇ ਪੱਖਾਂ ਦੀ ਨਿਗਾਹ ਆਪ ਰੱਖਦਾ ਇਕੱਲਾ ਹੀ। ਜਦ ਨਿਰ ਰਾਜੇ ਨੇ ਗੱਲਾਂ ਕਹੀਆਂ ਨਰ ਔਰ ਮੰਤਰੀ ਨੇ ਸੁਣੀਆਂ ਇਹ ਗੱਲਾਂ, ਇਹ ਵਚਨ ਸੁਣੇ, ਹੱਥ ਜੋੜ ਸਲਾਮ ਕਹਿ ਨਿਰਪ ਨੀਚ ਕਹਿ ਜੁਗ ਨੈਣ, ਹੱਥ ਜੋੜ ਕੇ ਸਲਾਮ ਕਰ ਲਈ, ਕੀਤੀ ਉਹਨੇ ਚੁੱਕ ਗਿਆ ਮੰਤਰੀ ਨੇ, ਬਸ ਅੱਖਾਂ ਹੀ ਨੀਵੀਆਂ ਕਰ ਗਿਆ, ਵੀ ਮੈਂ ਜਿਹੜਾ ਸਵਾਲ ਕੀਤਾ ਸੀ ਇਹ ਕੀਤਾ ਸੀ ਵੀ ਤੂੰ ਇਹ ਖਿਆਲ ਕਰ ਲਿਆ ਆਪਣਾ ਕਿ ਰਾਜ ਵੇਦੀ ਅਕਰਨ, ਤੈਨੂੰ ਪਤਾ ਕੀ ਹੋਊਗਾ, ਉਹ ਤੂੰ ਇਹ ਪਹਿਲਾਂ ਇੰਤਜ਼ਾਮ ਕਰੀ ਬੈਠਾ, ਅਤੇ ਮੈਂ ਮੰਤਰੀ ਕਾਹਦਾ ਰਹਿ ਗਿਆ, ਪਾਗਲ ਤਾਂ ਮੈਂ ਹਾਂ, ਮੈਨੂੰ ਪਤਾ ਹੀ ਨਹੀਂ ਹੈ ਮੇਰੇ ਆਲੇ ਦੁਆਲੇ ਕੀ ਹੈ।
तू इंतजाम करी बैठे पलान बाद च कीता इंतजाम पहलों कीता होया मैनू नहीं कहा भी अपने आ काम करना इंतजाम करो इंतजाम मेरे बिना ही करया होया मैनू पता भी नहीं इंतजाम होया होया मंत्री नू ना पता होवे राजे दे किसे काम दा हो नहीं सकदा मंत्री तो काम कराउंदे ने अमिनिस्टरां जो करना है अफसरां ते कराउंदे ने काम अफसरे मंत्री ने ना दे ए मंत्री कादे ने इहदा गूठा टेक ने सारे यही कराउंदे ने काम सारे यही करदे ने कराउंदे की ने करदे ये ने इहनां दा दसी जांदे ने वी आ करता आ करना आ करना ऐ फैसले लेने ने हाँ जी और एक सुनो नृपुत्तम उचरो एक गाथ और एक सुनो नृप उत्तम नृपोत्तम उत्तम है सर्वश्रेष्ठ राजन उचरो एक गाथ मैं एक कहानी तुहानू सुनाउना कथा सुनाउना एक गाथ कहंदे ने कथा कोई गल जौन मद सुनी पुराणन और स्मृति साथ मैं जो प्राण देखो प्राण स्मृति की गल आउंदी है वेद की नहीं गल आउंदी है नुक्ते ने इत्थे पे जिहड़ी गाथा है वेदां दी नहीं वेदां दी नहीं गाथा है ये सारिया जग जुग प्राण स्मृति की शरारत की हुई है ये मनूर की शरारत है सारी जिहड़ा मनुराज होया ना ओहदे विच ने सब कुछ होया है किस तरीके ना राजा नू बेवकूफ बना के सब कुछ फेर लै लैना इन्हां ते लड़ा के ये मनु दी है सारी शरारत किसे वक्त जे साडा राज चला जावे मनु खुद राजा है ब्राह्मण है जे राज चला जावे छत्रियां को आज भी छत्री कह लड़दे असी हाँ मरदे असी हाँ राजे फरीद ने तो इन्हां नू किवें काबू रखना पहले ही उन्होंने प्लान किया होया हिंदुस्तान को आजादी देने तो पहले ही अंग्रेजों को पता थी उन्होंने काबू किवें रखना बड़े बड़े राजे आपे फड़े हुए थे पहले ही जवाहरलाल पहले ही उन्होंने काबू सी उसे प्राइम मिनिस्टर बनाया जिवें वह कहते थे करता सी उन्होंने कहा इन्हें आ जड़ा सीज फायर कराता उन्होंने कहे थे सीज फायर कराता उत्थे कश्मीर च हुण तक सैपा खड़ा है वह हथे सी उन्होंने स्याणे बंदे हाथ च रखते होंगे ने स्याणे सी पढ़े लिखे सी जौन मद सुनी पुराणन और स्मृति साथ स्मृति में और पुराणा चो जिम्मे मैं सुनी है गल गाथा वो मैं दसन लगे तेन मंत्री बाज रुआल छंद और जो सब देश के निरप जीतिए सुन भूप होर देशां दे जिहड़े भूप ने जीते हुए तेरे ये तो है ही है ये जिन्हें जीते ने इन्हों तो पुछ लै कि होर तो नहीं कोई रह गया जे कोई भूप रह गया होया ना जितने तो अजो होर आपू ना पता होना चो किसी ने कहा तो गवंढी होगा ही अपने गवंढी राजे का पता होंगे यो नहीं जितया गया अपन नहीं पता है फिर वो यग पूरा नहीं होना तेरा जो कोई राजा रह गया सब कुछ होंदे हुए भी जे कोई राजा धरती ते रह गया होर वो यज्ञ च नहीं आया वो बराबर पैलर राजा है तेरे इक्को ही राजा नहीं रहा तू राजे दो हो गए फिर हो सकता दो रह गए हुण फिर यज्ञ नहीं मन्या नहीं जाना उस पूर्ण नहीं होना यज्ञ तेरा हाँ जी परण रूप पवित्र गात अपवित्र हरण स्वरूप परम गात परम रूप पवित्र गात परम रूप पवित्र गात है तू पवित्र शरीर वाला है परम रूप है तू तेरी बुद्धि बहुत अच्छी है मन दे हो अपवित्र हरण स्वरूप अपवित्र हरण स्वरूप हो जू वो फिर ये जड़ा मतलब है वो दाग हो जूगा वो जे राजा रह गया बुद्धि की कमी मनी जाऊगी वह बुद्धवान मन्या जाएगा तू ठीक है जे सारे राजे तो जित ले बुद्धि के बिना नहीं जीती जाती कोई जंग अकल के बिना कोई लड़ाई नहीं जित होंगी जितते हुए लड़ाइया हारते रहे ने अकल तो बिना लड़ाई हारी हुई जितते रहे ने अकल लड़े
ਅਕਲਾਂ ਨੇ ਫੌਜਾਂ ਨਾਲ ਨਹੀਂ ਲੜਾਈ ਜਿੱਤ ਹੁੰਦੀ, ਕੱਲੀ ਕੱਲੀਆਂ ਫੌਜਾਂ ਨਾਲ ਲੜਾਈ ਨਹੀਂ ਜਿੱਤ ਹੁੰਦੀ, ਅਕਲ ਨਾਲ ਜਿੱਤ ਹੁੰਦੀ ਲੜਾਈ। ਹਾਂ, ਅਕਲ ਹੋਵੇ ਨਾਲ, ਫੌਜਾਂ ਵੀ ਨਾਲ ਹੋਣ। ਫੌਜਾਂ ਦੀ ਕਮੀ ਅਕਲ ਦੀ ਕਮੀ ਨੂੰ ਨਹੀਂ ਪੂਰਾ ਕਰ ਸਕਦੀਆਂ, ਅਕਲ ਦੀ ਕਮੀ ਫੌਜ ਦੀ ਕਮੀ ਨੂੰ ਪੂਰਾ ਕਰ ਦਿੰਦੀ ਹੈ। ਕਰਨਾਟਕ ਦੀ ਲੜਾਈ ਦੇ ਵਿੱਚ ਕਲਾਈ ਵਿਖ ਹੋਇਆ ਅੰਗਰੇਜ਼ਾਂ ਦਾ ਕਮਾਂਡਰ ਫੌਜਾਂ ਦਾ, ਉਹ ਜਦੋਂ ਅੰਗਰੇਜ਼ਾਂ ਦੀ ਫਰਾਂਸੀਸੀਆਂ ਦੀ ਲੜਾਈ ਹੋਈ ਹੈ, ਇੱਕ 16ਵੀਂ ਸਦੀ ਦੀ ਗੱਲ ਹੋਊ, ਉਦੋਂ ਅੰਗਰੇਜ਼ ਹਾਰ ਜਾਂਦੇ, ਉਦੋਂ ਉਹ ਅੰਗਰੇਜ਼ ਹਾਰ ਜਾਂਦੇ, ਹਿੰਦੁਸਤਾਨ 'ਚ ਫਰਾਂਸੀਸੀ ਰਹਿ ਜਾਂਦੇ। ਕਲਾਈਵ ਸੀ ਇਹਨਾਂ ਦਾ ਜਰਨੈਲ, ਅਰਕਾਟ ਇੱਕ ਸ਼ਹਿਰ ਸੀ, ਇੱਥੇ ਰਾਜਧਾਨੀ ਸੀ ਫਰਾਂਸੀਸੀਆਂ ਦੀ ਦੱਖਣ 'ਚ। ਇਹ ਬੰਬਈ ਸੀ ਅੰਗਰੇਜ਼, ਉਹ ਪੂਨਾ ਸੀਗੇ, ਪੂਨਾ 'ਚ ਫਰਾਂਸੀਸੀ ਸੀ ਅਤੇ ਅੰਗਰੇਜ਼ ਬੰਬਈ ਸੀ। ਉਹਨੇ ਕਿਹਾ ਵੀ ਆਪਾਂ ਹਾਰ ਜਾਣਾ, ਅੱਜ ਆਪਣੇ ਕੋਲ ਕਮੀ ਹੈ, ਹਥਿਆਰਾਂ ਦੀ ਵੀ ਕਮੀ ਹੈ, ਫੌਜ ਦੀ ਵੀ ਕਮੀ ਹੈ। ਫਿਰ ਕੀ ਕੀਤਾ? ਕਹਿੰਦਾ ਆਪਾਂ ਅੱਜ ਮੈਦਾਨ 'ਚ ਨਹੀਂ ਜਾਓ, ਇਹਨਾਂ ਦੀ ਰਾਜਧਾਨੀ 'ਤੇ ਹਮਲਾ ਕਰ ਦਿਓ ਜਾ ਕੇ। ਉਹਨਾਂ ਨੇ ਹਮਲਾ ਰਾਜਧਾਨੀ 'ਤੇ ਕਰਤਾ, ਮੈਦਾਨ 'ਚ ਨਹੀਂ ਗਏ। ਉਹ ਰਾਜਧਾਨੀ ਖਾਲੀ ਹੁੰਦੀ ਹੈ, ਉਹਨਾਂ ਨੇ ਦੇਖਿਆ ਮੈਦਾਨ 'ਚ ਨਹੀਂ ਆਏ, ਕਿੱਧਰ ਗਏ? ਰਾਜਧਾਨੀ ਵੱਲ ਚਲੇ ਗਏ, ਉਹ ਰਾਜਧਾਨੀ ਬਚਾਉਣ ਚਲੇ ਗਏ ਆਪਣੀ। ਜਾਣਾ ਸੀ ਨਾ, ਉਦੋਂ ਲੜਾਈ ਨਹੀਂ ਹੋ ਸਕੀ। ਉਹ ਰਾਜਧਾਨੀ ਬਚਾਉਣ ਗਏ, ਉਹ ਵਾਪਸ ਆ ਗਏ ਮੈਦਾਨ 'ਚ ਦੂਏ ਦਿਨ। ਦੋ ਦਿਨ ਲੰਘ ਗਏ ਜਾਣ ਨੂੰ ਉਹਨਾਂ ਦੇ ਜਹਾਜ਼ ਆ ਗਏ, ਰਾਹ 'ਚ ਆਉਂਦੀ ਸੀ ਜਿਹੜੀ ਫੋਰਸ। ਸਿਰਫ ਦੋ ਦਿਨ ਲੜਾਈ ਟਾਲ ਨੂੰ ਕੀਤੇ 'ਚ ਉਹਨੇ ਬੁੱਧੀ ਤੋਂ ਕੰਮ ਲਿਆ, ਲੜਾਈ ਜਿੱਤ ਗਿਆ। ਅਕਲ ਦਾ ਜਿਹੜਾ ਕੰਮ ਉਹ ਹੋਰ ਹੈ, ਫੌਜ ਦੀ ਕਮੀ ਨੂੰ ਅਕਲ ਦੀ ਕਮੀ ਨੇ ਪੂਰਾ ਕਰ ਲਿਆ। ਦੋ ਦਿਨ ਲੜਾਈ ਹੋਣ 'ਤੇ ਟਾਲਤੀ, ਹਿਸਟਰੀ 'ਚ ਲਿਖਿਆ ਹੋਇਆ ਹੈ ਕਿ ਲੜਾਈ ਜਿੱਤੀ ਅੰਗਰੇਜ਼ਾਂ ਨੇ, ਔਰ ਹਿੰਦੁਸਤਾਨ 'ਚ ਅੰਗਰੇਜ਼ਾਂ ਦਾ ਰਾਜ ਹੋਇਆ, ਫਰਾਂਸੀਸੀਆਂ ਦਾ ਬਿਸਤਰਾ ਬੋਰੀਆ ਬੰਨ ਕੇ ਤੌਰ 'ਤੇ ਜਦੇ। ਉਸ ਲੜਾਈ ਵਿੱਚ ਫਰਾਂਸੀਸੀਆਂ ਨੂੰ ਹਾਰ ਆਈ ਔਰ ਬਿਸਤਰਾ ਬੋਰੀਆ ਉਹਨਾਂ ਦਾ ਫਰਾਂਸ ਪਹੁੰਚ ਗਿਆ। ਹਾਲਾਂਕਿ ਫਰਾਂਸੀਸੀ ਇੱਥੇ ਮਜ਼ਬੂਤ ਸੀ ਹਿੰਦੁਸਤਾਨ 'ਚ, ਉਹਨਾਂ ਨੂੰ ਅੰਗਰੇਜ਼ਾਂ ਨੂੰ ਜ਼ਿਆਦਾ, ਲੇਕਿਨ ਅਕਲ ਉਹਨਾਂ 'ਚ ਜ਼ਿਆਦਾ ਸੀ। ਉਸ ਵੇਲੇ ਦਾ ਕਮਾਂਡਰ ਅਕਲਮੰਦ ਸੀ ਉਹਨਾਂ ਦਾ, ਅਕਲ ਦੇ ਜ਼ੋਰ 'ਤੇ ਰਾਜ ਕੀਤਾ ਅੰਗਰੇਜ਼ਾਂ ਨੇ, ਆਦਮੀ ਦੇ ਫੌਜਾਂ ਦੇ ਜ਼ੋਰ 'ਤੇ ਰਾਜ ਨਹੀਂ ਕੀਤਾ। ਫੌਜਾਂ ਹਿੰਦੁਸਤਾਨ ਦੀਆਂ ਸੀਆਂ, ਫੌਜਾਂ ਦੋਵੇਂ ਮੁਲਕਾਂ ਦੀਆਂ ਸੀਆਂ ਜ਼ਿਆਦਾ, ਅਕਲ ਉਹਨਾਂ ਕੋਲ ਜ਼ਿਆਦਾ ਸੀ। ਅਕਲ ਰਾਜ ਕਰਦੀ ਹੈ, ਅਕਲ ਸਭ ਤੋਂ ਸ਼ਕਤੀਸ਼ਾਲੀ ਚੀਜ਼ ਹੈ ਦੁਨੀਆਂ ਦੇ ਵਿੱਚ। ਹਾਂਜੀ, ਐਸ ਜੋ ਸੁਣ ਭੂਪ ਭੂਪਤੀ ਪੁੱਛਿਆ ਤੇ ਗਾਥ, ਐਸੋ ਐਸ ਜੋ ਸੁਣ ਭੂਪ, ਹਾਂ ਐਸੀਆਂ ਗੱਲਾਂ ਸੁਣ ਕੇ ਭੂਪ ਰਾਜੇ ਨੇ ਭੂਪਤੀ ਪੁੱਛਿਆ ਤੇ ਗਾਥ, ਉਹਨੂੰ ਪੁੱਛਿਆ, ਮੰਤਰੀ ਨੂੰ ਪੁੱਛਿਆ। ਪੂਛ ਆਓ ਸਭੇ ਨਿਰਪਾਲਨ ਹੋ ਕਹੋ ਤੋ ਸਾਥ, ਤੂੰ ਐਂ ਕਰ, ਤੂੰ ਜਾ ਕੇ ਰਾਜਾ ਨੂੰ ਪੁੱਛਿਆ ਵੀ ਕੋਈ ਰਹਿ ਤਾਂ ਨਹੀਂ ਗਿਆ, ਕਿਉਂਕਿ ਇਹ ਕੰਮ ਤਾਂ ਤੂੰ ਕਿਸੇ ਤੇ ਕਰਾਉਣਾ, ਰਾਜੇ ਨੇ ਆਪ ਕਹਿੰਦੇ ਜਾਵੇ ਪੁੱਛਣ ਵੀ ਤੂੰ ਕਿਸ ਮਰਜ਼ੀ ਦੀ ਦਵਾਉਣੇ, ਤੇਰੇ ਤੋਂ ਕੀ ਕਰਾਉਣਾ, ਜਾ ਕੇ ਪੁੱਛਿਆ। ਇਹ ਗੱਲ ਤੇਰੀ ਠੀਕ ਹੈ, ਜਾ ਕੇ ਪੁੱਛ ਕੇ ਉਹਨੂੰ, ਤੂੰ ਪੁੱਛ ਕੇ ਜਾ ਕੇ ਇਨਕੁਆਇਰੀ ਕਰਿਆ ਵੀ ਭਾਈ ਦੱਸੋ ਜੇ ਕੋਈ ਰਹਿ ਗਿਆ ਰਾਜਾ, ਆਪਾਂ ਫਿਰ ਪਿੱਛੋਂ ਸ਼ੁਰੂ ਕਰ ਦਿੰਦੇ ਹਾਂ, ਇਹ ਤਾਂ ਕੋਈ ਖਾਸ ਗੱਲ ਨਹੀਂ ਹੈ, ਇਹ ਤਾਂ ਕੋਈ ਗੱਲ ਨਹੀਂ, ਜੇ ਕੋਈ ਰਹਿ ਗਿਆ ਤਾਂ ਉਹਨੂੰ ਆਪਾਂ ਫੜ ਲਿਆਉਂਦੇ ਹਾਂ, ਜਿੱਤ ਲੈਂਦੇ ਹਾਂ, ਆਪਣੇ ਮੁਤਾਹਿਤ ਕਰ ਲੈਂਦੇ ਹਾਂ, ਉਹ ਤੋਂ ਬਾਅਦ ਸ਼ੁਰੂ ਕਰ ਦਾਂਗੇ ਜੱਗ। ਜਾ ਰਾਜਾ ਜਾ ਕੇ ਪੁੱਛਿਆ, ਤੂੰ ਪੁੱਛਿਆ, ਉਹਦੀ ਡਿਊਟੀ ਮੰਤਰੀ ਦੀ ਹੀ ਡਿਊਟੀ ਲਾ ਦਿੱਤੀ ਪੁੱਛਣ ਦੀ। ਰੁਆਲ ਜੋ ਕਹੇ ਜਬ ਬੈਨ ਭੂਪਤੀ ਮੰਤਰ ਬਲ ਸੁਣਤਾ ਹੈ, ਬਸ ਜਦ ਭੂਪ ਰਾਜੇ ਨੇ ਗੱਲ ਕਹੀ, ਮੰਤਰੀ ਉੱਠ ਕੇ ਚਲਾ ਗਿਆ, ਮੰਤਰੀ ਉੱਠ ਕੇ ਉੱਥੇ ਚਲਾ ਗਿਆ ਜਿੱਥੇ ਰਾਜੇ ਕੈਦ ਕੀਤੇ ਸੀਗੇ। ਕੈਦ ਕਿਹੜਾ, ਉਹ ਮਕਾਨ 'ਚ ਸੀ, ਕੀਤੇ ਹੋਏ ਖੁੱਲ੍ਹੇ ਏਰੀਏ 'ਚ, ਹੁਣੇ ਨੇ ਤੰਬੂ ਲਾ ਕੇ ਆਲੇ ਦੁਆਲੇ ਕੋਈ ਤਾਰ ਤੂਰ ਲਾਤੀ ਹੋਊ, ਬਾਉਂਡਰੀ ਲਾ ਕੇ ਪਹਿਰੇ ਕਢਾਤੇ ਹੋਣੇ ਨੇ, ਕੋਈ ਬਾਹਰ ਨਾ ਜਾਵੇ। ਪੰਚ ਲੱਖ ਬੁਲਾਏ ਭੂਪਤ ਪੂਛ ਸਰਬ ਬੁਲਾਏ, ਪੰਜ ਲੱਖ ਬੁਲਾਏ ਭੂਪਤ, 5 ਲੱਖ ਰਾਜੇ ਸੀ ਟੋਟਲ, ਜਿਹ 'ਚੋਂ 1 ਲੱਖ ਰਾਜੇ ਦੀ ਬਲੀ ਦੇਣੀ ਸੀ।
ਕੁੱਲ ਟੋਟਲ 5 ਲੱਖ ਸੀ। ਉਹ ਬੁਲਾ ਲਏ, ਉਹਨਾਂ ਨੂੰ ਪੁੱਛਿਆ ਇਕੱਲੇ ਇਕੱਲੇ ਨੂੰ ਬੁਲਾ ਕੇ, ਉਹਨੇ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਬੁਲਾ ਕੇ ਪੁੱਛਣਾ ਸੀ। ਔਰ ਸਾਤ ਹੂੰ ਲੋਕ ਭੀਤਰ ਦੇ ਔਰ ਬਤਾਏ, 7 ਲੋਕਾਂ ਦੇ ਵਿੱਚ ਸਾਰੀ ਦੁਨੀਆਂ 'ਚ ਐਂ ਕਹਿ ਲਓ, ਅਸਲ ਦੇ ਵਿੱਚ ਆ ਜਿਹੜੇ ਦੂਈ ਬਰੇ ਆਦਮੀ ਜਿਹਨੂੰ ਆਪਾਂ ਕਹਿੰਦੇ ਹਾਂ, ਮਹਾਂਦੀਪ ਜਿਹਨੂੰ ਕਹਿੰਦੇ ਹਾਂ, ਇਹਨਾਂ ਨੂੰ ਕਹਿੰਦੇ ਹੁਣੇ ਲੋਕ ਇਹ ਉਦੋਂ ਆਪਣੇ, ਜਿਵੇਂ ਯੂਰਪ ਹੈ, ਏਸ਼ੀਆ ਹੈ, ਅਮਰੀਕਾ ਦੇ 2 ਬਰੇ ਆਦਮ ਨੇ, ਇਸ ਤਰੀਕੇ ਨਾਲ 7 ਹੋਣੇ ਨੇ ਇਹ, ਵਿਚਾਲੇ ਸਮੁੰਦਰ ਪੈਂਦਾ ਹੋਊਗਾ ਵੀ ਇਹ ਸਾਰੇ ਏਰੀਏ ਦੇ ਵਿੱਚ ਕੋਈ ਰਹਿ ਤਾਂ ਨਹੀਂ ਗਿਆ। ਜਾਣ ਜਾਣ ਨਾ ਜਿੱਤਿਆ ਨਿਪ ਰੋਸ ਕਾ ਨਿਰਪਰਾਏ, ਜਿਹੜਾ ਜਿਹੜਾ ਕੋਈ ਰਾਜਾ ਨਹੀਂ ਜਿੱਤਿਆ ਗਿਆ 7, ਪਰ ਸਾਡੇ ਨਾਲ ਉਹ ਆਕੀ ਹੋਇਆ ਹੋਇਆ ਬੈਠਾ ਹੈ, ਉਹ ਕੋਈ ਦੱਸੋ, ਉਹ ਬੈਠਾ ਹੁਣ ਵੀ ਸਾਡੇ ਮੁਕਾਬਲੇ 'ਤੇ, 7 ਆਕੀ ਹੈ, ਸਹਿਮਤ ਨਹੀਂ, ਆਪਣੇ ਘਰ ਬੈਠਾ, ਉਹ ਕੋਈ ਦੱਸੋ ਸਾਨੂੰ, ਤੁਹਾਡੇ ਗਵਾਂਢ 'ਚ ਆਊ, ਕਿਉਂਕਿ ਨਾਲ ਦੇ ਨਾਲ ਲੱਗਦਾ ਚਲਿਆ ਜਾਂਦਾ ਨਾ। ਰੁਆਲ ਦੇਖ ਦੇਖ ਰਹੇ ਸਭੈ ਤਰਕੋ ਨਾ ਦੇਦ ਵਿਚਾਰ, ਸਾਰੇ ਦੇਖਦੇ ਨੇ, ਕੋਈ ਮਤਲਬ ਹੈ ਆਪਣੀ ਨਿਗਾਹ ਮਾਰਦੇ ਨੇ, ਸਭ ਦੇ ਆਸ ਪੜੋਸ ਦੇ ਸਾਰੇ ਉੱਥੇ ਬੈਠੇ ਹੀ ਨੇ, ਕੋਈ ਵਿਚਾਰ ਨਹੀਂ ਦੇ ਰਿਹਾ, ਕੋਈ ਇਹ ਨਹੀਂ ਕਹਿ ਰਿਹਾ ਵੀ ਕੋਈ ਰਹਿ ਗਿਆ, ਕਿਸੇ ਨੇ ਨਹੀਂ ਕਿਹਾ ਕੋਈ ਰਹਿ ਗਿਆ, ਚੁੱਪ ਨੇ ਸਾਰੇ, ਚੁੱਪ ਨੇ। ਐਸ ਕੌਣ ਰਹਾ ਧਰਾ ਪਰ ਦੇ ਤਾਏ ਉਚਾਰ, ਐਸਾ ਕੋਈ ਰਿਹਾ ਹੀ ਨਹੀਂ, ਦੱਸੇ ਕਿਵੇਂ ਕੀ ਉਚਾਰਨ ਕਰੇ, ਕਹਿੰਦਾ ਐਸਾ ਕੋਈ ਹੈ ਨਹੀਂ ਰਾਜਾ, ਹੁਣ ਰਿਹਾ ਤਾਂ ਹੈ ਨਹੀਂ ਕੋਈ, ਸਾਰੇ ਤਾਂ ਜਿੱਤ ਲਏ, ਕਿਹਨੂੰ ਦੱਸੀਏ ਅਸੀਂ, ਨਹੀਂ ਹੈ ਕੋਈ। ਏਕ ਏਕ ਬੁਲਾਏ ਭੂਪਤ ਪੂਜ ਸਰਬ ਬੁਲਾਏ, ਕੱਲਾ ਕੱਲਾ ਸੱਦੀ ਗਿਆ ਫਿਰ ਰਾਜਾ ਉੱਥੇ, ਉਹਨਾਂ ਨੂੰ ਸਾਰੇ ਬੁਲਾ ਕੇ ਆਪ ਤਸੱਲੀ ਕਰੀ ਉਹਨੇ। ਉਹ ਅਜੀਤ ਰਹਾ ਨਹੀਂ ਜੇ ਠੌਰ ਦਿਓ ਬਤਾਏ, ਕੋਈ ਕਹਿੰਦੇ ਜਿੱਤਣ ਵਾਲਾ ਨਹੀਂ ਰਿਹਾ, ਜਿੱਥੇ ਤੱਕ ਸਾਨੂੰ ਸਮਝ ਆ, ਇਕੱਲੇ ਇਕੱਲੇ ਨੇ ਕਿਹਾ ਵੀ ਜਿੱਥੇ ਤੱਕ ਸਾਨੂੰ ਪਤਾ ਹੈ ਕੋਈ ਨਹੀਂ ਰਿਹਾ ਜਿੱਤਣ ਵਾਲਾ, ਜੇ ਕੋਈ ਹੁੰਦਾ ਅਸੀਂ ਦੱਸ ਦਿੰਦੇ। ਏਕ ਨਿਰਪਵਾਚ ਰੁਵਾਲ ਛੰਦ, ਏਕ ਭੂਪਤ ਉੱਚਰੋ ਸੁਣ ਲਿਓ ਰਾਜਾ ਬੈਨ, ਇੱਕ ਰਾਜਾ ਸੀ ਉਹਨੇ ਸਿਆਣਾ, ਉਹਨੇ ਕਿਹਾ ਵੀ ਰਾਜਾ ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਕੁਛ ਦੱਸਦਾ, ਦੱਸਣ ਲੱਗਾ। ਜਾਨ ਮਾਫ ਕਰੋ ਕਹੋ ਤਬ ਰਾਜ ਰਾਜ ਸੁਨੈਣ, ਜੇ ਮੇਰੀ ਜਾਨ ਬਖਸ਼ੀ ਕਰੇ ਮੈਂ ਤਾਂ ਦੱਸੂ, ਪਰ ਗੱਲ ਹੈਗਾ ਇੱਕ ਰਾਜਾ ਜ਼ਰੂਰ, ਜੇ ਤੂੰ ਮੈਨੂੰ ਗੁੱਸਾ ਨਾ ਕਰੇ ਮੇਰੀ ਗੱਲ ਦਾ ਤਾਂ ਦੱਸੂਗਾ, ਪਰ ਮੈਂ ਕਹਿੰਦਾ ਉਹ ਆਕੀ ਹੈ, ਤੂੰ ਕਹੇ ਵੀ ਤੂੰ ਐਵੇਂ ਉਹਦਾ ਗੁੱਸਾ ਕਰ ਜਿਵੇਂ, ਫਿਰ ਤੂੰ ਕਹੇ ਇਹਨੂੰ ਪਹਿਲਾਂ ਫਾਹੇ ਲਾਓ, ਜੇ ਤਾਂ ਗੁੱਸਾ ਕਰਨਾ ਫਿਰ ਨਹੀਂ ਮੈਂ ਦੱਸਦਾ, ਜੇ ਗੁੱਸਾ ਨਾ ਕਰੇ ਜਾਨ ਬਖਸ਼ੀ ਕਰੇ, ਉਹ ਗੁੱਸਾ ਜਾਨ ਲੈਣਾ ਹੀ ਹੁੰਦਾ, ਰਾਜੇ ਦਾ ਗੁੱਸਾ ਹੋਰ ਕੀ ਹੁੰਦਾ, ਜਾਨ ਬਖਸ਼ੀ ਦਾ ਮਤਲਬ ਹੈ ਗੁੱਸਾ ਨਾ ਕਰੇ, ਗੁੱਸਾ ਨਾ ਕਰੇ ਨਹੀਂ ਕਹਿੰਦੇ ਹੁੰਦੇ, ਜਾਨ ਬਖਸ਼ੀ ਕਹਿੰਦੇ ਹੁੰਦੇ ਨੇ ਰਾਜਾ ਨੂੰ। ਇੱਕ ਕਹਿੰਦੇ ਸਮੁੰਦਰ ਦੇ ਵਿੱਚ ਹੈ ਰਾਜਾ, ਪਾਣੀ 'ਚ ਹੈ ਰਾਜਾ, ਉਹ ਪਤਾਲ ਦਾ ਰਾਜਾ ਹੈ, ਉਹ ਮੱਛ ਦੇ ਪੇਟ 'ਚ, ਮੱਛ ਹੈ ਨਾ ਜਿਹੜਾ ਉਹਦੇ ਪੇਟ 'ਚ, ਉਹ ਹੈਗਾ, ਹੁਣ ਤੈਂ ਮੰਨਣੀ ਨਹੀਂ ਇਹ ਗੱਲ, ਜੇ ਨਾ ਮੰਨੇਗਾ ਫਿਰ ਉਹ ਗੁੱਸਾ ਹੈ, ਫਿਰ ਜਾਨ ਬਖਸ਼ੀ ਕਰੇਗਾ, ਮੇਰੀ ਜਾਨ ਲਏਗਾ, ਤਾਂ ਉਹਨੇ ਕਿਹਾ ਸੀ ਮੱਛ ਦੇ ਪੇਟ 'ਚ ਹੈ ਇੱਕ ਰਾਜਾ, ਸਮੁੰਦਰ ਦੇ ਵਿੱਚ ਹੈ, ਸਿੰਧ ਵਿੱਚ ਹੈ, ਸਿੰਧ ਸਮੁੰਦਰ ਨੂੰ ਕਹਿੰਦੇ ਨੇ। ਮੋਹੇ ਰਾਵ ਵਿਵੇਕ ਭਾਖੋ ਤਾਹੇ ਭੂਪਤ ਨਾਹੇ, ਮੋਹੇ ਰਾਵ ਵਿਵੇਕ ਭਾਖੋ, ਉਹਦਾ ਨਾਂ ਵਿਵੇਕ ਹੈ, ਵਿਵੇਕ ਹੈ ਉਹਦਾ ਨਾਂ, ਰਾਜੇ ਦਾ ਨਾਂ ਵੀ ਦੱਸਦਾ, ਤਾਹੇ ਭੂਪਤ ਨਾਹੇ, ਤਾਹੀ ਭੂਪਤ ਨਾਹੇ, ਐਸਾ ਭੂਪਤ ਨਹੀਂ ਹੋਰ ਕੋਈ, ਉਹ ਹੋਰ ਕਿਸਮ ਦਾ ਭੂਪਤ ਹੈ, ਰਾਜਾ ਹੈ ਉਹ, ਵਿਵੇਕ ਹੈ, ਪਰ ਉਹ ਹੁਕਮ ਚੱਲਦਾ ਨਾ, ਕਹੇ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨਾ ਵਿਵੇਕੋ,
ਉਹ ਜਿਹਦਾ ਹੁਕਮ ਸੰਸਾਰ 'ਚ ਚੱਲਦਾ ਉਹਦਾ ਕਹਿਣ ਦਾ ਮਤਲਬ ਤੀ ਹੋਰੀ ਤਾਂ ਤੇ ਜਿੱਤਿਆ ਗਿਆ ਜੋ ਰੁਵਾਲ ਏਕ ਦਿਓਸ ਜੱਟ ਤਰੀ ਨਿਰਪਕੀਨ ਛੀਨ ਪਰਵੇਸ ਏਕ ਦਿਓਸ ਜੱਟ ਤਰੀ ਨਿਰਪਕੀਨ ਛੀਰ ਪਰਵੇਸ ਨਿਰਪਕੀਨ ਛੀਨ ਪਰਵੇਸ ਇੱਕ ਦਿਨ ਛੀਰ ਛੀਰ ਸਾਗਰ 'ਚ ਇੱਕ ਦਿਨ ਉਹ ਰਾਜਾ ਵੜ ਗਿਆ ਸੀ ਉਹ ਖੀਰ ਸਾਗਰ 'ਚ ਵੜ ਗਿਆ ਸੀ ਇੱਕ ਦਿਨ ਉਹ ਰਾਜਾ ਜੱਟ ਧਰੀ ਰਾਜੇ ਨੂੰ ਕਹਿੰਦੇ ਨੇ ਨਾ ਜਟਾਂ ਵਾਲਾ ਰਾਜਾ ਉਹ ਜੱਟ ਧਰੀ ਹੈ ਉਹ ਖੀਰ ਸਾਗਰ ਹੈ ਖੀਰ ਸਾਗਰ ਦੁੱਧ ਦੇ ਸਮੁੰਦਰ ਨੂੰ ਕਹਿੰਦੇ ਨੇ ਖੀਰ ਸਾਗਰ 'ਚ ਕਹਿੰਦੇ ਵੜ ਗਿਆ ਸੀ ਉਹ ਚਿੱਤਰ ਰੂਪ ਹੁਤੀ ਤਹਾਂ ਇੱਕ ਨਾਰ ਨਾਗਰ ਭੇਸ ਇੱਕ ਨਾਰ ਨਾਗਰ ਭੇਸ 'ਚ ਸੀ ਆਦਮੀ ਦੇ ਰੂਪ 'ਚ ਉੱਥੇ ਸੀ ਚਿੱਤਰ ਰੂਪ ਉਹਦਾ ਨਾਂ ਉਹਦੇ ਵਿੱਚ ਸਾਗਰ ਦੇ ਵਿੱਚ ਤਾਸ ਦੇਖਸ ਵੇਸ ਕੋ ਗਿਰਬਿੰਦ ਸਿੰਧ ਮਜਹਾਰ ਉਹਨੂੰ ਦੇਖ ਕੇ ਉਹਦਾ ਬਿੰਦ ਜਿਹੜਾ ਸੀ ਵੀਰਜ ਕਹਿੰਦੇ ਸਮੁੰਦਰ 'ਚ ਗਿਰ ਗਿਆ ਰਾਜੇ ਦਾ ਕੋਈ ਰਾਜਾ ਸੀ ਉਹ ਕਿਵੇਂ ਉਹ ਜਿਹੜਾ ਮੱਛੀ ਦੇ ਪੇਟ 'ਚ ਰਾਜਾ ਕਿਵੇਂ ਪੈਦਾ ਹੋਇਆ ਉਹ ਰਾਜੇ ਦਾ ਪੁੱਤਰ ਰਾਜਾ ਕਹਿੰਦੇ ਇੱਕ ਦਿਨ ਉਹਨੇ ਫਿਰ ਦੱਸਣਾ ਸੀ ਨਾ ਵੀ ਉਹ ਮੱਛੀ ਦੇ ਪੇਟ 'ਚ ਕਿਵੇਂ ਹੈ ਅਸਲ ਦੇ ਵਿੱਚ ਤਾਸ ਦੇਖਸ ਵੇਸ ਕੋ ਇਹ ਉਹਨੇ ਗੱਲ ਬਣਾਈ ਆ ਕੋਲੋਂ ਸਿਆਣਾ ਸੀ ਨਾ ਹਾਂ ਉਹਨੂੰ ਕਿਸੇ ਤਰੀਕੇ ਨਾਲ ਦੂਏ ਪਾਸੇ ਲਾਉਣਾ ਸੀ ਰਾਜੇ ਨੂੰ ਮੈਨੂੰ ਕਿਉਂਕਿ ਉਹ ਇਹਦੇ ਨਾਲ ਸਿਆਣਾ ਸੀ ਅਸਲ 'ਚ ਕਹਿ ਸਕਦਾ ਨਹੀਂ ਸੀ ਸੰਸਾਰੀ ਪਾਵਰ ਘੱਟ ਸੀ ਸ਼ਕਤੀ ਘੱਟ ਸੀ ਨੌਵੇਂ ਪਾਤਸ਼ਾਹ ਕੋਲ ਸੰਸਾਰੀ ਸ਼ਕਤੀ ਘੱਟ ਹੈ ਬੁੱਧ ਬਲ ਜ਼ਿਆਦਾ ਹੈ ਔਰੰਗਜ਼ੇਬ ਨੂੰ ਸਾਰਿਆਂ ਨੂੰ ਜ਼ਿਆਦਾ ਇਕੱਲਾ ਬੁੱਧ ਬਲ ਕੁਛ ਨਹੀਂ ਕਰਦਾ ਫਿਰ ਇਹ ਸੰਸਾਰੀ ਪਾਵਰ ਨਹੀਂ ਹੁੰਦੀ ਇਕੱਲਾ ਬੁੱਧ ਬਲ ਨਹੀਂ ਕਰਦਾ ਕੁਛ ਹਾਂ ਇਕੱਲਾ ਬੁੱਧ ਬਲ ਦਾ ਰਿਜ਼ਲਟ ਫਿਰ ਬਾਅਦ 'ਚ ਆਉਂਦਾ ਫੌਰੀ ਤੌਰ 'ਤੇ ਨਹੀਂ ਉਹਦਾ ਰਿਜ਼ਲਟ ਆਉਂਦਾ ਫੌਰੀ ਤੌਰ 'ਤੇ ਰਿਜ਼ਲਟ ਦੁਨਿਆਵੀ ਕੁਛ ਹੋਰ ਹੁੰਦਾ ਕਿਉਂ ਦੁਨੀਆਂ ਤਾਂ ਉਹਨੇ ਤਿਆਗੀ ਹੋਈ ਹੁੰਦੀ ਹੈ ਨਾ ਸੰਸਾਰੀ ਸ਼ਕਤੀਆਂ ਤੋਂ ਤਿਆਗ ਕੀਤਾ ਹੋਇਆ ਹੁੰਦਾ ਤਾਸ ਦੇਖਸ ਵੇਸ ਕੋ ਗਿਰਬਿੰਦ ਸਿੰਧ ਮਜਹਾਰ ਉਸ ਔਰਤ ਸੀ ਇੱਕ ਉੱਥੇ ਬਹੁਤ ਉਹਦੇ ਵਿੱਚ ਸਮੁੰਦਰ 'ਚ ਦੇਖ ਕੇ ਉਹਦਾ ਵੀਰਜ ਉੱਥੇ ਗਿਰ ਗਿਆ ਰਾਜੇ ਦਾ ਮੱਛੀ ਨੇ ਉਹਨੂੰ ਨਿਗਲ ਲਿਆ ਐਂ ਕਹਿੰਦਾ ਉਹ ਮੱਛ ਪੇਟ ਮਛਿੰਦਰ ਜੋਗੀ ਬੈਠ ਹੈ ਨਿਰਪਬਾਰ ਦੇਖੋ ਇਹ ਵੇਦ ਦੀ ਲਿਖੀ ਹੋਈ ਗੱਲ ਨਹੀਂ ਹੈ ਇਹ ਤੇ ਸ਼ੰਕਾ ਨਹੀਂ ਕਰ ਸਕਦੇ ਸੀ ਇਹ ਸਿਮਰਤ ਸ਼ਾਸਤਰਾਂ ਦੀ ਲਿਖੀ ਹੋਈ ਹੈ ਗਾਥਾ ਹੈ ਗਾਥਾ ਉਹਨੂੰ ਕਹਿੰਦੇ ਨੇ ਜਿਹੜੀ ਝੂਠੀ ਗੱਲ ਹੋਵੇ ਗਿਆਨ ਦੇਣ ਵਾਲੀ ਹਾਂ ਇਹ ਗਾਥ ਹੈ ਕਾਥ ਨਹੀਂ ਕਥਾ ਸਭ ਤੇ ਉੱਤਮ ਹਰ ਕੀ ਕਥਾ ਉੱਤੇ ਕਥਾ ਹੈ ਇਹ ਗਾਥਾ ਹੈ ਗਾਥਾ ਹੁੰਦਾ ਕਾਲਪਨਿਕ ਗੱਲ ਗਾਥਾ ਗੁੰਦ ਕੇ ਐਵੇਂ ਗੁੰਦ ਕੇ ਇੱਕ ਗੱਲ ਕਰਤੀ ਗੱਲ 'ਚ ਦਮ ਕੋਈ ਨਹੀਂ ਹੈ ਉਹ ਤੈਨੂੰ ਇੱਕ ਝੂਠ ਨੂੰ ਸੱਚ ਬਣਾਇਆ ਹੋਇਆ ਗੱਲ ਬਣਾ ਕੇ ਪੇਸ਼ ਕੀਤੀ ਹੋਈ ਇਹਨੂੰ ਗਾਥਾ ਕਹਿੰਦੇ ਨੇ ਇਹਦੇ ਵਿੱਚ ਗਾਥਾਵਾਂ ਨੇ ਸਾਰੀਆਂ ਸਮ੍ਰਿਤ ਸ਼ਾਸਤਰਾਂ 'ਚ ਕਥਾ ਨਹੀਂ ਹੈ ਕੋਈ ਕਥਾ ਗੁਰਬਾਣੀ 'ਚ ਹੈ ਕਥਾ ਸੱਚੀ ਹੁੰਦੀ ਹੈ ਕਥਾ ਔਰ ਗਾਥਾ 'ਚ ਕੀ ਫਰਕ ਹੈ ਗਾਥਾ ਕਾਲਪਨਿਕ ਹੈ ਸੋਚੀ ਹੋਈ ਗੱਲ ਹੈ ਕਥਾ ਸਮਝੀ ਹੋਈ ਗੱਲ ਹੈ ਜੋ ਸਮਝੀ ਹੋਈ ਗੱਲ ਕਹੀ ਹੈ ਉਹ ਕਥਾ ਜੋ ਸੋਚੀ ਹੋਈ ਹੈ ਹਨੇਰੇ 'ਚੋਂ ਗਾਥਾ ਖਿਆਲ ਹੈ ਉਹ ਜਿਹੜੇ ਇਹਨਾਂ ਦੇ ਹੁੰਦੇ ਨੇ ਨਾ ਕਵੀਆਂ ਦੇ ਖਿਆਲ ਉਹ ਹੈ ਉਹਦਾ ਆਪਣਾ ਖਿਆਲ ਹੈ ਊਈ ਉਹਨੂੰ ਗਾਥਾ ਕਹਿੰਦੇ ਨੇ ਮੱਛ ਪੇਟ ਮਛਿੰਦਰ ਜੋਗੀ ਬੈਠ ਹੈ ਨਿਰਪਬਾਰ ਇਸ ਕਰਕੇ ਉਹ ਮਛਿੰਦਰ ਉੱਥੇ ਜਿਹੜਾ ਜੋਗੀ ਹੈ ਉਹ ਮੱਛ ਦੇ ਪੇਟ ਦੇ ਵਿੱਚ ਬੈਠਣ ਕਰਕੇ ਉਹਦਾ ਨਾਂ ਮਛਿੰਦਰ ਹੈ ਉਹਦਾ ਨਾਂ ਮਛਿੰਦਰ ਹੈ ਰੁਵਾਲ ਛੰਦ ਮਛਿੰਦਰ ਨੂੰ ਤਾਂ ਕਹਿੰਦੇ ਮੱਛ ਦੇ ਜੋ ਪੇਟ 'ਚ ਹੈ ਰੁਵਾਲ ਛੰਦ ਤਾਸ ਤੇ ਚੱਲ ਪੁੱਛੀ ਹੈ ਨਿਰਭ ਸਰਬ ਬਾਤ ਵਿਵੇਕ ਉਹ ਵਿਵੇਕ ਹੈ ਉਹਦਾ ਨਾਂ ਉਹਦੇ ਪੁੱਛਦੇ ਹਾਂ ਆਪਾਂ ਗੱਲ ਵੀ ਕੋਈ ਰਾਜਾ ਰਹਿ ਗਿਆ ਨਹੀਂ ਰਹਿ ਗਿਆ ਉਹ ਦੱਸ ਸਕਦਾ ਉਹਨੂੰ ਤਿੰਨ ਲੋਕ ਦਾ ਗਿਆਨ ਹੈ ਕੋਈ ਐਸਾ ਦੇਸ਼ ਹੀ ਹੋਵੇ ਜਿਹਦਾ ਆਪਾਂ ਨੂੰ ਪਤਾ ਹੀ ਨਾ ਹੋਵੇ ਅੱਡ ਹੋਵੇ ਕੋਈ ਟਾਪੂ ਸਮੁੰਦਰ ਦੇ ਵਿੱਚ ਉੱਥੇ ਦਾ ਰਾਜਾ ਹੋਵੇ ਉਹਨੂੰ ਸਾਰਾ ਹੀ ਪਤਾ ਵਿਵੇਕ ਨੂੰ ਉਹਦੇ ਪੁੱਛੀਏ ਆਪਾਂ
ਉਹ ਦੱਸੂਗਾ ਕਿਹੜਾ ਰਾਜਾ ਰਹਿ ਗਿਆ ਕਿਹੜਾ ਨਹੀਂ ਰਹਿ, ਉਹ ਆਪ ਰਾਜਾ ਨਹੀਂ ਹੈ ਰਿਹਾ ਹੋਇਆ, ਉਹ ਦੱਸੂਗਾ ਕੌਣ ਰਹਿ ਗਿਆ। ਉਹ ਤਾਂ ਪੁੱਛੀਏ, ਅਜੀਬ ਗੱਲ ਸੀ ਉਹਨੂੰ ਲੱਗੀ ਰਾਜੇ ਨੂੰ, ਵੀ ਮੱਛੀ ਦੇ ਪੇਟ 'ਚ ਕੋਈ ਬੰਦਾ ਜਿਉਂਦਾ ਰਹਿ ਸਕਦਾ ਹੈ, ਇੱਦਾਂ ਹੋ ਸਕਦਾ ਹੈ। ਉਹਨੇ ਆਣੀ ਸੱਚ ਮੰਨ ਲਈ, ਸੱਚ ਮੰਨ ਲਈ ਇਹ ਗੱਲ, ਅਜੀਬ ਗੱਲ ਲੱਗੀ ਵੀ ਪਹਿਲਾਂ ਇਹ ਗੱਲ ਦਾ ਪਰਦਾ ਚੱਕੀਏ ਆਪਾਂ, ਫਿਰ ਗਾਹਾਂ ਗੱਲ ਕਰਾਂਗੇ ਰਾਜਿਆਂ ਵਾਲੀ। ਰਾਜਿਆਂ ਵਾਲੀ ਗੱਲ ਭੁੱਲ ਗਿਆ, ਆਦੂ ਹੀ ਲੱਗ ਗਿਆ, ਦੂਏ ਪਾਸੇ ਲੱਗ ਗਿਆ। ਇਹ ਰਾਜੇ ਨਹੀਂ ਦੱਸ ਸਕਦੇ ਉਹ ਗੱਲ ਜਿਹੜੀ ਉਹ ਦੱਸੂਗਾ, ਇਹ ਰਾਜਿਆਂ ਨੂੰ ਨਹੀਂ ਗਿਆਨ ਹੈਗਾ ਇੰਨਾ, ਇਹਨਾਂ ਦਾ ਆਪਣੇ ਨਾਲ ਨਾਲ ਦੀ ਹੱਦ ਦਾ ਪਤਾ ਵਿਚਾਰਿਆਂ, ਇਹਨਾਂ ਨੂੰ ਕੀ ਪਤਾ, ਉਹਨੂੰ ਪਤਾ ਤਿੰਨ ਲੋਕ ਦਾ ਵਿਵੇਕ ਨੂੰ, ਉਹ ਦੱਸੂਗਾ ਤੈਨੂੰ ਵੀ ਕੌਣ ਰਹਿ ਗਿਆ ਕੌਣ ਨਹੀਂ ਰਹਿ ਗਿਆ। ਐਸ ਬਾਤ ਸੁਣੀ ਜਬ ਤਬ ਰਾਜ ਰਾਜ ਅਵਤਾਰ, ਜਦ ਇਹ ਗੱਲ ਸੁਣੀ ਰਾਜੇ ਨੇ, ਮਹਾਰਾਜੇ ਨੇ, ਰਾਜ ਅਵਤਾਰ ਹੁੰਦਾ ਮਹਾਰਾਜਾ, ਰਾਜਾਂ ਦਾ ਰਾਜਾ, ਉਹ ਸੁਣੀ। ਸਿੰਧ ਖੋਜਣ ਕੋ ਚਲਾ ਲੈ ਜਗਤ ਕੇ ਸਭ ਜਾਰ, ਸਾਰੇ ਜਾਲ ਲੈ ਲੇ ਜਗਤ ਦੇ, ਸਾਰੇ ਮਛੇਰੇ ਬੁਲਾ ਲੇ। ਸਿੰਧ ਜਿਹੜਾ ਸਾਗਰ ਸੀ ਕਹਿੰਦਾ ਵੀ ਚਲੋ ਫੜੋ ਜਾਲ ਲਿਆਓ, ਮੱਛ ਫੜੀ ਜਾਓ ਤੇ ਉਹਨਾਂ ਦਾ ਪੇਟ ਚੱਕ ਕਰੀ ਜਾਓ, ਕਿਤੋਂ ਤਾਂ ਨਿਕਲੂਗੇ। ਰੁਆਲ ਛੰਦ ਭਾਂਤ ਭਾਂਤ ਮੰਗਾਏ ਜਾਲਣ, ਸੰਗ ਲੈ ਦਲ ਸਰਬ, ਭਾਂਤ ਭਾਂਤ ਦੇ ਜਾਲ ਮੰਗਾ ਲੇ, ਸੰਗ ਲੈ ਦਲ ਸਰਬ, ਸਾਰੇ ਦਲ ਲੈ ਲੈ ਨਾਲ ਫੜਨ ਵਾਲੇ ਬਛੇਰਿਆਂ ਦੇ, ਸਾਰੇ ਫੌਜਾਂ ਲੈ ਲਈਏ ਦਲ ਸਰਬ। ਜੀਤ ਦੰਬ ਦੇ ਚਲਾ ਨਿਰਪਛਾਣ ਕੈ ਜੀ ਗਰਭ, ਬਸ ਸਾਰੇ ਇੱਕ ਵਾਢਿਓ ਲੱਗ ਗਏ ਜਾਲ ਪਾਉਣ ਸਮੁੰਦਰ ਦੇ ਏਰੀਆ, ਹੁਣ ਇੱਕੋ ਏਰੀਆ ਤੋਂ ਪਾਉਣ ਲੱਗਣਗੇ ਤਾਂ ਹੀ ਪਤਾ ਲੱਗੂਗਾ, ਸਾਫ਼ ਕਰੀ ਜਾਂਦੇ ਨੇ ਜਿਹੜੇ ਬੜੇ ਮੱਛ ਨੇ ਇੱਕ ਪਾਸੇ ਨੂੰ, ਵੀ ਇੱਕ ਪਾਸੇ ਕਰੀ ਜਾਓ ਉਹਨਾਂ ਨੂੰ, ਉਹਨਾਂ ਨੂੰ ਫੜੀ ਜਾਓ ਅਤੇ ਪੇਟ ਚੱਕ ਕਰੀ ਜਾਓ, ਦੇਖੀ ਜਾਓ ਵੀ ਵਿੱਚੋਂ ਕਿਹਦੇ ਨਿਕਲਦਾ ਉਹ। ਮੰਤਰੀ ਮਿੱਤਰ ਕੁਮਾਰ ਸੰਪਤੀ ਸਰਬ ਮੱਧ ਬੁਲਾਏ, ਸਾਰੇ ਮੰਤਰੀ ਬਣਾ ਲਏ, ਮਿੱਤਰ ਬਣਾ ਲਏ, ਕੁਮਾਰ ਨੇ ਸੰਪਤ ਸਰਬ ਮੱਧ ਬੁਲਾਏ, ਹਾਂ ਸਾਰੇ ਉੱਥੇ ਹੀ ਬੁਲਾ ਲਏ ਜਿੱਥੇ ਉਹ ਜਾਲ ਪਾਉਂਦੇ ਸੀ, ਕਹਿੰਦੇ ਇੱਥੇ ਆ ਜਾਓ ਹੁਣ, ਉੱਥੋਂ ਚੱਕਿਆ ਉਹ ਡੇਰੇ ਹਾਲੇ। ਸਿੰਧ ਜਾਲ ਡਰੇ ਜਹਾਂ ਤਾਂ ਮੱਛ ਛਤਰ ਡਰਾਏ, ਜਿੰਨੇ ਜਹਾਂ ਤਾਂ ਜਾਲ ਪਾ ਤਰ ਜਾ ਕੇ, ਇੱਕੋ ਜਗ੍ਹਾ ਥੋੜ੍ਹੀ ਪਾਉਣੀ ਸੀ, ਦੁਨੀਆ ਹੀ ਸੀ, ਸਾਰੇ ਲਾ ਦਿੱਤੇ ਕੰਮ, ਮੱਛ ਛਤਰ ਡਰਾਏ, ਮੱਛ ਜਿਹੜੇ ਸੀਗੇ ਉਹ ਵੀ ਡਰ ਗਏ ਵਿਚਾਰੇ, ਭੱਜਣ ਲੱਗ ਗਏ ਹੁਣ, ਜਦ ਇਹ ਤਾਂ 24 ਘੰਟੇ ਬਾਅਦ ਹੀ ਪੈ ਗਏ ਮੱਛਾਂ ਦੇ। ਭਾਂਤ ਭਾਂਤਨ ਮੱਛ ਕੱਛਪ ਔਰ ਜੀਵ ਅਪਾਰ, ਅਪਾਰ ਜੀਵ ਮੱਛ ਕੱਛੂ ਜਿਹੜਾ ਹੱਥ ਆ ਗਿਆ ਬਾਹਰ ਕੱਢ ਕੇ ਸਿੱਟੀ ਜਾਂਦੇ ਨੇ, ਖਾਣ ਵਾਲੀ ਪਬਲਿਕ ਵੀ ਉੱਥੇ ਨਹੀਂ ਸੀ, ਉਹ ਕਿਹੜਾ ਗਾਂ ਸਿੱਟਦੇ ਸੀ ਫਿਰ ਵਾਪਸ, ਜਿਹੜਾ ਵੱਢਿਆ ਗਿਆ ਉਹਨੂੰ ਫਿਰ ਖਾ ਲਓ, ਪਬਲਿਕ ਬਥੇਰੀ ਸੀ, ਆ ਖੋੜੇ ਖਾਂਦੇ ਬੱਚੇ ਖਾਈ ਜਾਓ, ਹੁਣ ਪਾੜ ਕੇ ਜਾਂ ਦੇਖਦੇ ਨੇ ਉਹ, ਉਹਨੇ ਤਾਂ ਮਰੇ ਜਾਣੇ ਫਿਰ ਉਹਨੂੰ ਕੀ ਕਰਨਗੇ। ਜਿਹੜੇ ਬੰਨ ਕੇ ਜਾਣ ਦੇ ਵਿੱਚੋਂ ਬਾਹਰ ਕੱਢਦੇ ਸੀ ਉਹ ਬਾਹਰ ਹਵਾ 'ਚ ਨਿਕਲਦੀ ਸਾਰੇ ਪ੍ਰਾਣ ਛੱਡ ਦਿੰਦੇ ਨੇ, ਕਿਉਂ ਮੱਛੀ ਜਿਹੜਾ ਪਾਣੀ 'ਤੇ ਬਾਹਰ ਆਉਂਦੇ ਮੱਛੀ ਉਹ ਮਰ ਜਾਂਦੀ ਹੁੰਦੀ ਹੈ, ਜਦ ਪਾਣੀ 'ਤੇ ਬਾਹਰ ਕੱਢਦੇ ਸੀ ਜਦ ਵਿਚਾਰੇ ਮਰ ਜਾਂਦੇ ਸੀ ਉਹ। ਸਿੰਧ ਤੀਰ ਗਏ ਜਬ ਜਲ ਜੀਵ ਇੱਕੈ ਵਾਰ, ਫਿਰ ਉਹ ਸਾਰੇ ਜਲ ਦੇ ਜੀਵ ਸਾਗਰ ਨੂੰ ਜਾ ਕੇ ਪੁਕਾਰ ਕਰਨ ਲੱਗੇ ਇੱਕੋ ਵਾਰ, ਵੀ ਸਾਡਾ ਅਸੀਂ ਤਾਂ ਦੁਖੀ ਕਰਤੇ ਇਹਨਾਂ ਨੇ, ਸਾਡੇ 'ਤੇ ਭੀੜ ਪੈ ਗਈ, ਸਾਡਾ ਕੋਈ ਹੀਲਾ ਕਰੋ, ਸਾਨੂੰ ਤਾਂ ਤੇਰੇ 'ਚ ਕਿਤੇ ਵੀ ਨਹੀਂ ਟਿਕਣ ਦਿੰਦੇ ਹੈ। ਐਸ ਭਾਂਤ ਲਏ ਬਖਾਨਤ ਸਿੰਧ ਪੈ ਮਤ ਸਾਰ, ਇਸ 'ਤੇ ਉਹਨੂੰ ਕਹਿੰਦੇ ਵੀ ਸਾਨੂੰ ਸਾਡਾ ਕੋਈ ਇਲਾਜ ਕਰੋ, ਸਾਨੂੰ ਕੋਈ ਅਕਲ ਦੱਸੋ ਅਸੀਂ ਕਿੱਥੇ ਜਾਈਏ ਹੁਣ, ਅਸੀਂ ਕੀ ਕਰੀਏ ਹੁਣ। ਸਲਾਹ ਲੈਣ ਗਏ ਸਿੰਧ ਤੋਂ ਸਮੁੰਦਰ ਅੱਗੇ ਹੀ ਪੁਕਾਰ ਕਰਨੀ ਸੀ। ਪਿਪਕੋ ਧਰ ਸਿੰਧ ਮੂਰਤ ਆਇਓ ਤੇ ਪਾਸ, ਉਹ ਜਲ ਦੇ ਜੀਵਾਂ ਕੋਲ ਬਿੱਪਰ ਦਾ ਰੂਪ ਧਾਰਨ, ਦੇਖੋ ਆਇਆ ਫਿਰ ਬਿੱਪਰ ਦਾ ਰੂਪ ਧਾਰਨ ਕਰਕੇ, ਮੰਤਰ ਵੀ ਪੰਡਿਤ ਨੇ ਦੱਸਣਾ, ਇਲਾਜ ਵੀ ਪੰਡਿਤ ਨੇ ਸਭ ਕੁਝ ਆਪਣੇ ਕੋਲ ਰੱਖਿਆ ਹੋਇਆ।
ਆਪਣੀ ਪੁੱਠੀ ਵਿਪਕੋ ਧਰ ਸਿੰਧ ਮੂਰਤ ਮੂਰਤ ਵੀ ਵਿਪਰ ਦੇ ਧਾਰੂਗਾ ਭੱਜ ਲੋ ਜਿਹਨੂੰ ਭੱਜਣਾ ਮੂਹਰੇ ਪੰਡਤ ਮਿਲੂਗਾ ਜਿੱਥੇ ਜਿਹਨੂੰ ਜਾਓਗੇ ਪੰਡਤ ਮੂਹਰੇ ਆ ਇੱਥੇ ਹੀ ਹੁਣ ਪੰਡਿਤ ਉਹ ਜਲਦੇ ਜੀਬਾਂ ਨੂੰ ਵੀ ਪੰਡਿਤ ਦੱਸ ਰਿਹਾ ਆ ਕੇ ਤਰੀਕਾ ਵੀ ਬਚਾਓ ਕਿਵੇਂ ਹੋਊ ਹੁਣ ਤੁਹਾਡਾ ਰਤਨ ਹੀਰ ਪਰਵਾਲ ਮਾਨ ਦੀਨ ਹੈ ਅਨਿਆਸ ਆ ਰਤਨ ਹੀਰ ਪਰਵਾਨ ਪਰਵਾਲ ਪਰਵਾਲ ਦੀਨ ਹੈ ਅਨਿਆਸ ਕਹਿੰਦਾ ਵੀ ਇਹ ਹੁਣ ਜਿਹੜੇ ਸਮੁੰਦਰ ਕਿੰਨਾ ਕੁ ਦਿੰਦਾ ਹੈ ਸਮੁੰਦਰ ਵਿੱਚੋਂ ਹੀਰ ਜਵਾਹਰ ਬਹੁਤ ਕੁਝ ਨਿਕਲਦਾ ਹੈ ਕਹਿੰਦਾ ਇਹਨਾਂ ਨੂੰ ਬਥੇਰਾ ਕੁਝ ਦਿੱਤਾ ਹੈ ਮੈਂ ਉਹਨੇ ਵੇਪਰ ਕਹਿੰਦਾ ਵੀ ਇਹਦੇ ਵਿੱਚੋਂ ਹੀਰੇ ਜਵਾਹਰਾਤ ਜਿਹੜੇ ਮਿਲਦੇ ਨੇ ਸਮੁੰਦਰ ਦੇ ਵਿੱਚੋਂ ਆਪ ਇਹਨਾਂ ਸਮੁੰਦਰ ਦਾ ਰੂਪ ਧਾਰਨ ਕਰਕੇ ਆਇਆ ਵੀ ਮੈਂ ਸੰਸਾਰ ਨੂੰ ਇਹਨਾਂ ਕੋਲ ਦਿੱਤਾ ਰਾਜਿਆਂ ਨੂੰ ਬਈ ਮੇਰੇ 'ਤੇ ਜਿਹੜੇ ਮੇਰੇ ਜਲ ਦੇ ਵਿੱਚ ਜੀਵ ਨੇ ਇਹਨਾਂ 'ਤੇ ਕਿਰਪਾ ਰੱਖਣੀ ਚਾਹੀਦੀ ਹੈ ਰਾਜੇ ਨੂੰ ਆ ਜਿਹੜੇ ਤੇਰੇ ਕੋਲ ਇਹਨੇ ਹੀਰੇ ਮੋਤੀ ਧਾਰਨ ਹੈ ਮੈਂ ਦਿੱਤਾ ਸਮੁੰਦਰ ਦੇ ਵਿੱਚੋਂ ਆਉਂਦੇ ਨੇ ਨਾ ਬਹੁਤ ਨਿਕਲਦੇ ਨੇ ਹਾਂ ਜੀਵ ਕਾਏ ਸੰਘਾਰੀ ਹੈ ਸੁਣ ਲੀਜੀਏ ਨਿਰਪ ਬੈਨ ਹੇ ਰਾਜੇ ਤੈਨੂੰ ਇੰਨਾ ਕੁਛ ਮੈਂ ਦਿੱਤਾ ਹੈ ਹੀਰੇ ਜਵਾਹਰਾਤ ਇਹ ਮੇਰੇ ਜੀਵ ਕਿਉਂ ਸੰਘਾਰਦਾ ਤੂੰ ਇਹਨਾਂ ਨੇ ਕੀ ਕਸੂਰ ਕੀਤਾ ਵਿਚਾਰਿਆਂ ਨੇ ਜੇ ਮੱਛੀਆਂ ਨੇ ਖਾਣ ਦੇ ਕੰਮ ਆਉਂਦੀਆਂ ਨੇ ਪਰ ਜਾਂ ਤੁਹਾਡੀ ਹੋਈ ਹੈ ਇਸ ਤਰੀਕੇ ਨਾਲ ਇਹਨਾਂ ਦੇ ਸੰਘਾਰ ਸੰਘਾਰ ਕੇ ਸਿੱਟੀ ਜਾਂਦੇ ਉਹ ਸੜੀ ਜਾਂਦੀਆਂ ਨੇ ਇਹਨਾਂ ਨੇ ਕੀ ਵਿਗਾੜਿਆ ਵਿਚਾਰਿਆਂ ਨੇ ਤੇਰਾ ਇੰਨਾ ਤੁਸੀਂ ਅਨਿਆਏ ਕਿਉਂ ਕਰਨ ਲੱਗੇ ਹੋ ਇਹ ਮੇਰੇ ਕੋਲ ਦੁਖੀ ਮੇਰੀ ਪਰਜਾ ਹੈ ਮੇਰੇ ਕੋਲ ਪੁਕਾਰਨਾ ਇਹਨਾਂ ਨੇ ਆ ਕੇ ਇਹ ਨਾ ਕੰਮ ਕਰੋ ਜਾਣ ਕਾਰਜ ਕੋ ਚੱਲੇ ਤੁਮ ਸੋ ਨਹੀਂ ਇਹ ਠੈਣ ਉਹ ਜਿਹੜਾ ਕੰਮ ਤੁਸੀਂ ਟੋਲਦੇ ਹੋ ਇੱਥੇ ਨਹੀਂ ਹੈ ਉਹ ਤੁਹਾਨੂੰ ਕੋਈ ਭੁਲੇਖਾ ਲੱਗ ਗਿਆ ਉਹ ਇਹਨਾਂ ਜੀਵਾਂ ਦੇ ਵਿੱਚ ਨਹੀਂ ਹੈਗਾ ਜਿਹੜਾ ਤੁਸੀਂ ਜਿਹੜੀ ਚੀਜ਼ ਤੁਸੀਂ ਲੱਭਦੇ ਹੋ ਇੱਥੇ ਨਹੀਂ ਹੈ ਸਮੁੰਦਰ 'ਚ ਨਹੀਂ ਹੁੰਦੀ ਉਹ ਇਹਨਾਂ ਮੱਛਾਂ ਦੇ ਵਿੱਚ ਨਹੀਂ ਹੈ ਉਹ ਜਿਹੜਾ ਕਾਰਜ ਤੂੰ ਜੋ ਟੋਲਦਾ ਫਿਰਦਾ ਉਹ ਨਹੀਂ ਹੈਗਾ ਇੱਥੇ ਇਹਨਾਂ ਨੂੰ ਛੱਡ ਇਹਨਾਂ ਨੂੰ ਨਾ ਮਾਰ ਵਿਚਾਰਿਆਂ ਨੂੰ ਸਿੰਧ ਬਾਚ ਰੁਵਾਲ ਛੰਦ ਛੀਰ ਛੀਰ ਸਾਗਰ ਹੈ ਜਹਾਂ ਸੁਣ ਰਾਜ ਰਾਜ ਅਵਤਾਰ ਉਹ ਛੀਰ ਸਾਗਰ ਕਿਹਾ ਉਹਨੇ ਖੀਰ ਦਾ ਦੁੱਧ ਦਾ ਸਮੁੰਦਰ ਆ ਉਹ ਮੈਂ ਤਾਂ ਪਾਣੀ ਦਾ ਸਮੁੰਦਰ ਹਾਂ ਓਏ ਪਾ ਤੂੰ ਸਮੁੰਦਰ ਤਾਂ ਕਹਿ ਤਗਲੇ ਨੇ ਖੀਰ ਸਾਗਰ ਕਿਹਾ ਹੋਊ ਤੈਨੂੰ ਉਹ ਖੀਰ ਸਾਗਰ ਹੋਰ ਹੁੰਦਾ ਹੈ ਤਾਂ ਪਾਣੀ ਦਾ ਸਮੁੰਦਰ ਹੈ ਤੂੰ ਕਿਹੜੇ ਚੱਕਰ 'ਚ ਪੈ ਗਿਆ ਤਾਂ ਮੇਰੇ ਇਹੀ ਜੀਵ ਮਾਰ ਲਏ ਸ਼ੁਰੂ ਕਰਤੇ ਉਹ ਖੀਰ ਸਾਗਰ ਹੈ ਇੱਕ ਉਹ 'ਚ ਰਹਿੰਦਾ ਉਹ ਮੱਛ ਮੇਰੇ 'ਚ ਨਹੀਂ ਹੈਗਾ ਉਹ ਇੱਥੇ ਨਹੀਂ ਹੈ ਸਾਡੇ ਏਰੀਏ 'ਚ ਨਹੀਂ ਹੈ ਉਹ ਉੱਥੇ ਹੈ ਉੱਥੇ ਜਾ ਕੇ ਲੈ ਲੈ ਕੱਢ ਲੈ ਮੱਛ ਉਧਰ ਮੱਛ ਇਧਰ ਜੋਗੀ ਬੈਠ ਹੈ ਬ੍ਰਿਤ ਤਹਾਰ ਉੱਥੇ ਹਾਂ ਬਿਰਤੀ ਸਮਾਧੀ ਲਾ ਕੇ ਜੋਗੀ ਜ਼ਰੂਰ ਬੈਠਾ ਉਹ ਇਹ ਗੱਲ ਠੀਕ ਹੈ ਹੁਣ ਉਹਨੇ ਇਹ ਵੀ ਕਹਿਤਾ ਵੀ ਗੱਲ ਠੀਕ ਹੈ ਪਿਛਲੀ ਗੱਲ 'ਤੇ ਮੋਹਰ ਵੀ ਲਾਤੀ ਪਰ ਇਹ ਸਮੁੰਦਰ 'ਚ ਹੈ ਵੀ ਨਹੀਂ ਇਹ ਵੀ ਕਹਿਤਾ ਡਾਲ ਜਾਲ ਨਿਕਾਰ ਤਾਂ ਕਹੇ ਪੂਛ ਲਿਓ ਬਣਾਏ ਉੱਥੇ ਜਾ ਕੇ ਜਾਲ ਪਾ ਦੇ ਪੁੱਛ ਲਿਓ ਵੀ ਕਿੱਥੇ ਰਹਿੰਦਾ ਉਹਨਾਂ ਨੂੰ ਵੀ ਭਾਈ ਦੱਸੋ ਜਿਹੜਾ ਕੱਢੋਗੇ ਉਹਨੂੰ ਪੁੱਛ ਲਿਆ ਕਰਿਓ ਵੀ ਉਹ ਕਿੱਥੇ ਹੈ ਬਾਕੀ ਛੱਡਤਾ ਉੱਥੇ ਹੀ ਪਾੜਨ ਦੀ ਲੋੜ ਨਹੀਂ ਉਹਨੂੰ ਮਾਰਨ ਦੀ ਲੋੜ ਨਹੀਂ ਪੁੱਛਣ ਦੀ ਲੋੜ ਹੈ ਜੋ ਕਹਾ ਸੋ ਕੀਜੀਐ ਨਿਰਪ ਇਹੀ ਸੱਤ ਉਪਾਏ ਜੋ ਮੈਂ ਕਿਹਾ ਇਹ ਕਰੋ ਇਹੀ ਠੀਕ ਉਪਾਏ ਸੱਤ ਉਪਾਏ ਠੀਕ ਉਪਾਏ ਇਹੀ ਹੈ ਉਹਦਾ ਮਛਿੰਦਰ ਨਾਥ ਕੋਲ ਜਾਣ ਦਾ ਮਛਿੰਦਰ ਨਾਥ ਨੂੰ ਪੁੱਛਣ ਦਾ ਜੇ ਲੱਭੋਗੇ ਤਾਂ ਹੀ ਪੁੱਛੋਗੇ ਉਹਨੂੰ ਲੱਭਣ ਦਾ ਇਹੀ ਉਪਾਏ ਹੈ ਇੱਕ ਉੱਥੇ ਜਾ ਕੇ ਪੁੱਛੋ ਉਹਨਾਂ 'ਤੇ ਖੀਰ ਸਾਗਰ ਵਾਲੇ ਦੇ ਵਿੱਚੋਂ ਭਾਈ ਤੁਹਾਡੇ ਮਛਿੰਦਰ ਨਾਥ ਕੌਣ ਹੈ ਜੋਰ ਬੀਰਨ ਲਾਕ ਸਿੰਧ ਹੈ ਆਗ ਚਾਲ ਸੁਬਾਹ ਜੋ ਜੋਰ ਬੀਰਨ ਅੱਛਾ ਸਿੰਧ ਉਹ ਜੋਧੇ ਇਕੱਠੇ ਕਰ ਲਏ ਆਪਣੇ ਜਿਹੜੇ ਪਾਉਣ ਵਾਲੇ ਜਾਲ ਪਾਉਣ ਵਾਲੇ ਸੀ ਆਗ ਚਾਲ ਸੁਬਾਹ ਅੱਗੇ ਚੱਲ ਪਿਆ ਉਹ ਹੂਰਪੂਰ ਰਹੀ ਜਹਾਂ ਤਹਾਂ ਜੱਤਰ ਤੱਤਰ ਉਛਾਹ ਹੂਰਪੂਰ ਰਹੀ ਜਹਾਂ ਉੱਥੇ ਕੌਣ ਨੇ ਉੱਥੇ ਵਿਵੇਕ ਬੁੱਧੀਆਂ ਨੇ ਸਾਰੀ ਹੂਰਪੂਰ ਰਹੀ ਤਾਂ ਉੱਥੇ ਸਾਰੇ ਵਿਵੇਕ ਬੁੱਧੀ ਵਾਲੇ ਹੀ ਨੇ ਬੈਠੇ
हां जत्तर तत्तर जिथे किते देखो उथे विवेक बुद्धि वाले ही ने सारे, दुआ नहीं है कोई। भात भात बा जत्तर बा जंतर बा जत और कुरत निशान उथे पांच पांच दे बा जत, क्योंकि पांच पांच दी भाषावां ने उथे भाषा तो अड्ड अड चलती है ना, भाषा तो साढ़े कई बदल गई इतने ब्रह्म ज्ञान दी, पांच पांच दे बजंतर पांच पांच दी भाषा का पांच पांच का ही वाजा होंगे। और कुरत निशान निशान जेडे तौंसे ने उन्हां दी कोर भी पैंदी है बजदे ने। शीर सिंध होतो जहां दे ठाम पहुंचे आन जिथे शीर सागर हुंदा है दुध का सागर हुंदा है जिथे गुरमत का प्रचार हुंदा उथे पहुंच के जाके। सूतर जार बनाए कै ते मद डार अपार सूत दा जाल बना के उहदे विच पाउण पाता उन्होंने सूत दा जाल पाया ते मद डार अपार उहदे विच पाता बहुत बड़ा जाल पाता इक। और जीव घने गहे ना विकोल्यो शिव बार और ता जीव सारे फस गए सूत दे जाल च ना विलोक्यो शिव बार ओ नहीं आया। शिवार ओही है मछिंदर नाथ नहीं उथे ओहदे विच फस सकिया, मछिंदर नाथ नहीं फस सकिया ओहदे विच, असल च मच्छे मछिंदर नाथ है, मच्छ दा ही ना मछिंदर नाथ है, ओह जल की मछली चढ़ी खजूर ओह है मछिंदर नाथ है। ये असल च मन फड़ना सी, गल मन नूं फड़न दी है, ਇਹ ਫੜਨਾ ਸੀ ਉਹ ਫਿਰ ਕਹਿੰਦਾ ਵੀ ਇਹ ਜਾਲਣਾ ਨਹੀਂ ਫੜ ਹੋਣਾ ਇਹਨਾਂ ਜਾਲਾਂ ਨਹੀਂ ਫੜ ਹੋਣਾ ਉਹ ਕਿਹੜੇ ਜਾਲਣਾ ਫੜੂ ਜਾਲ ਦੱਸਦਾ ਹੁਣ। ਹਾਰ ਹਾਰ ਫਿਰੇ ਸਭੇ ਪਟ ਆਣ ਭੂਪਤ ਤੀਰ ਸਾਰੇ ਹਾਰ ਗਏ ਉਹ ਕਹਿੰਦੇ ਜੀ ਇਹ ਜਾਲ ਚ ਉਹ ਤਾਂ ਫਸਦਾ ਹੀ ਨਹੀਂ ਹੈ ਜ਼ਰੂਰ ਪਰ ਇਹ ਜਾਲ ਚ ਨਹੀਂ ਉਹ ਫਸਦਾ ਇਹ ਜਾਲ ਨਹੀਂ ਉਹ ਕਾਬਲ ਹੈਗੇ ਉਹਨੂੰ ਫਸਾਉਣ ਦੇ ਹੋਰ ਸਭ ਕੁਝ ਫਸ ਗਿਆ 84 ਲੱਖ ਜੂਨ ਫਸਦੀ ਆ ਪਰ ਆਦਮੀ ਦਾ ਜਿਹੜਾ ਹੈ ਉਹ ਨਹੀਂ ਫਸਦਾ ਹੋਰ ਜੀਵ ਫਸਦੇ ਨੇ ਨਾ ਉਹ ਕਿਹੜੇ ਜੀਵ ਨੇ ਫਿਰ ਜਿਹੜੇ ਫਸਦੇ ਨੇ ਵਿਵੇਕ ਬੁੱਧੀ ਆਦਮੀ ਦੇ ਜਨਮ ਚ ਹੁੰਦੀ ਹੈ ਥੱਲੇ ਦੇ ਜੀਵ ਤਾਂ ਸਾਰੇ ਹੀ ਫਸ ਜਾਣਗੇ ਇਹ ਦੂਏ ਜਾਲ ਚ ਸੂਤ ਦੇ ਚ ਉਹ ਨਹੀਂ ਫਸਦਾ ਇਹ ਉਹ ਮਨ ਨਹੀਂ ਫਸਦਾ ਹੈ ਇਹ ਚ ਮਨੁੱਖੀ ਮਨ ਨਹੀਂ ਫਸਦਾ ਇਹ ਚ ਔਰ ਜੀਵ ਘਨੇ ਗਹੇ ਪਰਸੋਂ ਨਾ ਪਾਪ ਫਕੀਰ ਬਸ ਉਹ ਫਕੀਰੀ ਜਿਹੜਾ ਉਹ ਨਹੀਂ ਫਸਿਆ ਇਹਦੇ ਵਿੱਚ ਬਾਕੀ ਜੀਵ ਸਾਰੇ ਆ ਗਏ ਬਾਕੀ ਜੀਵ ਇਹ ਗ੍ਰਿਫਤ ਚ ਆਉਂਦੇ ਨੇ ਇਹਦੇ ਚ ਦੇਹ ਨਾਲ ਜਿਹੜਾ ਜੁੜਿਆ ਹੋਇਆ ਉਹ ਸਾਰੇ ਆਉਂਦੇ ਨੇ ਜਿਹੜਾ ਦੇਹੀ ਤੇ ਉੱਪਰ ਉੱਠ ਗਿਆ ਉਹ ਏਰੀਏ ਚ ਆਉਂਦਾ ਮੱਛ ਪੇਟ ਮਛਿੰਦਰ ਜੋਗੀ ਬੈਠ ਹੈ ਬਿਨ ਆਸ ਮੱਛ ਦੇ ਪੇਟ ਚ ਬੈਠਾ ਬਿਨਾਂ ਆਸ ਤੇ ਉਹ ਮਛਿੰਦਰ ਨਾਥ ਜਿਹੜਾ ਬੈਠਾ ਉਹ ਸੁਨ ਸਮਾਧ ਹੋਇਆ ਬੈਠਾ ਬੈਠਾ ਬਿਨਾਂ ਆਸ ਬਿਨਾਂ ਸੁਨ ਸਮਾਧ ਉਹ ਸੁਨ ਸਮਾਧ ਹੈ ਤੇਰੇ ਪਵਣ ਸੁਨ ਸੁਨ ਬੈਠਾ ਉਹ ਯਾਰ ਭੇਟ ਸਕੇ ਨਾ ਵਾਕੋ ਮੌਨ ਅੰਗ ਸੁਬਾਸ ਉਹਨੂੰ ਜਾਲ ਦੇ ਨੇੜੇ ਨਹੀਂ ਜਾਂਦਾ ਜਾਲ ਨਹੀਂ ਉੱਥੇ ਜਾ ਸਕਦਾ ਹਾਂ ਮਾਇਆ ਦਾ ਜਾਲ ਨਹੀਂ ਨੇੜੇ ਜਾਂਦਾ ਉੱਥੇ ਮਾਇਆ ਦਾ ਜਾਲ ਜੇ ਬਾਹਰ ਆਊ ਜਾ ਜਾਂਦਾ ਬਾਹਰ ਹੁੰਦਾ ਨਹੀਂ ਮਾਇਆ ਦਾ ਜਾਲ ਉੱਥੇ ਪੈਂਦਾ ਨਹੀਂ ਇੱਕ ਜਾਲ ਸੁਣਾ ਨਯੋ ਤੈ ਡਾਰੀਏ ਅਭਿਚਾਰ ਇੱਕ ਹੋਰ ਜਾਲ ਸੁਣਿਆ ਨਵਾਂ ਅਸੀਂ ਦੇਖਿਆ ਨਹੀਂ ਸੁਣਿਆ ਉਹ ਜਾਲ ਪਾ ਕੇ ਦੇਖੋ ਸ਼ਾਇਦ ਉਹ ਚ ਫਸ ਜਾਵੇ ਸਤ ਬਾਤ ਕਹੂੰ ਤੁਮੈ ਸੁਣ ਰਾਜ ਰਾਜ ਅਵਤਾਰ ਸੱਚੀ ਗੱਲ ਦੱਸਦਾ ਰਾਜ ਰਾਜ ਅਵਤਾਰ ਕਿ ਇੱਕ ਜਾਲ ਹੋਰ ਸੁਣਿਆ ਉਹ ਦੇਖ ਲਓ ਮੰਗਾ ਕੇ ਉਹ ਪਾ ਕੇ ਦੇਖ ਲਓ ਉਹ ਚ ਫਸੂਗਾ ਉਹ ਇਹਨਾਂ ਜਾਲਾਂ ਚ ਨਹੀਂ ਫਸਦਾ ਗਿਆਨ ਨਾਮ ਸੁਣਾ ਹਮ ਤੇ ਜਾਲ ਕੋ ਨਿਰਪਰਾਏ ਉਹ ਗਿਆਨ ਦੇ ਜਾਲ ਚ ਫਸਦਾ ਹੈ ਹੋਰ ਜਾਲ ਚ ਨਹੀਂ ਫਸਦਾ ਕਿਹੜਾ ਜਾਲ ਹੈ ਹੁਣ ਇਹ ਗਿਆਨ ਦਾ ਵੱਧਾ ਮੰਨਦਾ ਹੈ ਉਹ ਗਿਆਨ ਤੋਂ ਬਿਨਾਂ ਕਿਸੇ ਜਾਲ ਚ ਨਹੀਂ ਫਸਦਾ ਉਹ ਤਾਂ ਗਿਆਨ ਦੇ ਜਾਲ ਚ ਫਸਦਾ ਮਨ ਹੋਰ ਨਹੀਂ ਫਸਦਾ ਕਿਸੇ ਜਾਲ ਚ ਉਹ
ਹੋਰ ਕੋਈ ਜਾਲ ਹੈ ਨਹੀਂ ਜਿਹਦੇ ਵਿੱਚ ਕਾਬੂ ਆ ਜਾਵੇ ਇਹ। ਹਾਂ ਤਾਉਣ ਤਾਂ ਮੈਂ ਡਰ ਕੈ ਮੁੜ ਰਾਜ ਲਿਓ ਗਹਾਏ, ਬਾ ਉਹਦੇ ਚ ਉਹਨੂੰ ਫੜ ਕੇ ਕਾਬੂ ਕਰਕੇ ਲਿਆਓ, ਹੋਰ ਨੀ ਕਿਸੇ ਜਾਲ ਚ ਆਉਂਦਾ। ਯੋਨਾ ਹਾਥ ਪਰੇ ਮੁਨੀਸ਼ਰ ਬੀਤ ਹੈ ਬਹੁ ਬਰਖ, ਬਹੁਤ ਸਾਲ ਹੋ ਗਏ ਉਹਨੂੰ ਕੋਈ ਫੜੇ ਨੀ ਸਕਿਆ, ਬਹੁਤ ਸਾਲ ਹੋ ਗਏ ਕਦੋਂ ਨੀ ਫੜ ਸਕਿਆ, ਕਿਵੇਂ ਕੀ ਗੱਲ ਕਰ ਰਹੇ ਨੇ। ਬੀਤ ਹੈ ਬਹੁ ਬਰਖ, ਬਹੁਤ ਬਰਖ ਬੀਤ ਗਏ, ਦੱਤਾਤਰੇ ਤੋਂ ਲੈ ਕੇ ਕਿਸੇ ਨੇ ਫੜਿਆ ਹੀ ਨਹੀਂ, ਉਹ ਤਾਂ ਪਹਿਲਾਂ ਤੋਂ ਲੈ ਕੇ ਨਹੀਂ ਫੜਿਆ, ਉਹ ਦੱਤਾਤਰੇ ਵੀ ਜੋਗ ਜਟਾਈ ਹੈ ਨਹੀਂ ਫੜਿਆ ਗਿਆ, ਉਹ ਬਹੁਤ ਸਾਲ ਹੋ ਗਏ ਹੁਣ ਨਹੀਂ ਫੜਿਆ ਕਿਸੇ ਨੇ। ਸੱਤ ਬਾਤ ਕਹੂੰ ਤੋਂ ਮੈਂ ਸੁਣ ਲੀਜੀਏ ਭਰਤ ਰੱਖ, ਹਾਂ ਸੱਚੀ ਗੱਲ ਤੁਹਾਨੂੰ ਦੱਸਦੇ ਹਾਂ, ਭਰਤ ਭਾਰਤ ਦੇ ਰਕਸ਼ਾ ਕਰਨ ਵਾਲੇ, ਇਹ ਸ੍ਰਿਸ਼ਟੀ ਦੀ ਰਕਸ਼ਾ ਕਰਨ ਵਾਲੇ ਰਾਜੇ, ਸਾਰਿਆਂ ਦੀ ਰਕਸ਼ਾ ਕਰਨ ਵਾਲੇ ਰਾਜੇ, ਇਹ ਸੱਚੀ ਗੱਲ ਹੈ, ਬਹੁਤ ਦੇਰ ਤੋਂ ਨਹੀਂ ਫੜਿਆ ਗਿਆ ਕਿਸੇ ਤੋਂ ਵੀ, ਉਹ ਬੇਕਾਬੂ ਹੈ, ਬਾਹਰ ਹੈ ਉਹ ਜਾਲ ਤੋਂ, ਜਾਲ 'ਚ ਨਹੀਂ ਆਉਂਦਾ।